ਸਿਆਸਤਦਾਨਾਂ ਦੇ ਸਫ਼ਰ ਤੇ ਨਵਾਂ ਪ੍ਰੋਗਰਾਮ ਨੇਤਾ ਜੀ ਸਤਿ ਸ੍ਰੀ ਅਕਾਲ। ਹਾਂਜੀ ਨੇਤਾ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਨਮਸਤੇ। ਠੀਕ ਠਾਕ ਹੋ ਜੀ? ਬਹੁਤ ਵਧੀਆ, ਤੁਸੀਂ ਸੁਣਾਓ? ਪੋਲੀਟਿਕਸ ਤੁਹਾਡੀ ਇੱਛਾ ਦੇ ਖਿਲਾਫ ਫੈਸਲਾ? ਨਹੀਂ, ਇੱਛਾ ਤੋਂ ਬਿਨਾਂ ਤਾਂ ਨਹੀਂ ਹੁੰਦਾ, ਬਟ ਮੇਰਾ ਹਜੇ ਇੰਨੀ ਕੋਈ ਕਾਹਲੀ ਨਹੀਂ ਸੀ ਮੈਨੂੰ ਸਿਆਸਤ ਦੇ ਵਿੱਚ ਆਉਣ ਦੀ। ਮੈਂ ਚਾਹੁੰਦਾ ਸੀਗਾ, ਕਿਉਂਕਿ ਮੈਂ MBA ਕੀਤੀ ਸੀ, ਮੇਰਾ ਵੀ ਥੋੜ੍ਹਾ ਜਿਹਾ ਬਿਜ਼ਨਸ ਵੱਲ ਵੀ ਇੰਟਰਸਟ ਸੀਗਾ, ਅਤੇ ਮੈਂ ਸੀਗਾ ਵੀ ਮੈਂ ਪਹਿਲਾਂ ਬਿਜ਼ਨਸ ਅਸਟੈਬਲਿਸ਼ ਕਰਾਂ। ਸੋ ਤਕਰੀਬਨ ਵਿਆਹ ਤੋਂ 2 ਮਹੀਨੇ ਬਾਅਦ ਹੀ ਜਿਹੜਾ ਮੈਂ ਸਿਆਸਤ ਦੇ ਵਿੱਚ ਆ ਗਿਆ। ਅੱਛਾ। ਅਤੇ ਜਦ ਮੈਂ ਵਿਆਹ ਮੇਰਾ ਹੋਇਆ ਉਦੋਂ ਮੈਂ ਬਿਜ਼ਨਸ ਕਰਦਾ ਸੀ, 2 ਮਹੀਨੇ ਬਾਅਦ ਮੈਂ ਸਿਆਸਤ ਦੇ ਵਿੱਚ ਆ ਗਿਆ। ਮਤਲਬ ਸਿਆਸਤ ਤੁਹਾਡਾ ਹਨੀਮੂਨ ਪੀਰੀਅਡ ਸੀ? ਹਾਂ, ਇਨਫੈਕਟ ਉਹ ਤਾਂ ਮਿਲੇ ਹੀ ਨਹੀਂ। ਚੀਟਸਾਂ ਦਾ ਕੋਈ ਕੈਨੇਡਾ 'ਚ ਕਹਿੰਦੇ ਆਈਲੈਂਡ ਹੈਗਾ, ਕੋਈ ਇਸ ਤਰ੍ਹਾਂ ਦੀ ਗੱਲ ਸੱਚੀ ਹੈ? ਦੇਖੋ, ਲੋਕ ਗੱਲਾਂ ਬਣਾਉਂਦੇ ਆ। ਇਹ ਮੇਰੀ ਵੱਡੀ ਬੇਟੀ ਤੋਂ 9.5 ਸਾਲ ਛੋਟਾ। ਮੈਂ ਬਹੁਤ ਪਾਠ ਕਰਦੀ ਹੁੰਦੀ ਸੀ, ਅਤੇ ਮਨ 'ਚ ਵੀ ਹੁੰਦਾ ਹੀ ਹੈ ਵੀ ਬੱਚਾ ਹੋਵੇ, ਅਤੇ ਵਾਹਿਗੁਰੂ ਦਾਤ ਬਖਸ਼ੇ। ਗੁਰੂ ਨਾਨਕ ਦੇਵ ਜੀ ਨੇ ਆ ਕੇ ਮੇਰੇ ਸਿਰ 'ਤੇ ਹੱਥ ਰੱਖ ਕੇ ਕਹਿੰਦੇ, ਬੀਬੀ ਹੁਣ ਤੈਨੂੰ ਕਿਸੇ ਚੀਜ਼ ਦੀ ਘਾਟ ਨਹੀਂ ਰਹਿਣੀ। ਉਦੋਂ ਬਾਅਦ ਇਹ ਨਾਲ ਦੀ ਨਾਲ ਹੀ ਇਹਦਾ ਜਨਮ ਹੋਇਆ। ਮੈਂ ਤਾਂ ਇਹੀ ਸਮਝਦੀ ਹਾਂ ਵੀ ਇਹ ਇੱਕ ਰੱਬ ਦੀ ਹੋਈ ਦਾਤ ਹੈ। ਤੁਸੀਂ ਨਾਰਾਜ਼ਗੀ ਦਾ ਮੰਥਨ ਨਹੀਂ ਕੀਤਾ ਵੀ ਕੀ ਚੱਲ ਕੀ ਰਿਹਾ, ਕਾਰਨ ਕੀ ਹੈ ਢੀਂਡਸਾ ਸਾਹਿਬ ਦੀ ਨਾਰਾਜ਼ਗੀ ਦਾ? ਨਹੀਂ, ਉਹ ਤਾਂ ਦੇਖੋ ਉਹੀ ਦੱਸ ਸਕਦੇ ਹਾਂ, ਕਿਉਂਕਿ ਉਹ ਜਿਹੜੀਆਂ ਕਈ ਗੱਲਾਂ ਉਹ ਖੁੱਲ੍ਹ ਕੇ ਵੀ ਨਹੀਂ ਕਰਦੇ, ਉਹਨਾਂ ਸ਼ੁਰੂ ਤੋਂ ਨੇਚਰ ਵੀ ਰਿਜ਼ਰਵਡ ਜਿਹਾ ਨੇਚਰ ਹੈ ਸ਼ੁਰੂ ਤੋਂ। ਕਿਵੇਂ ਹੋ ਸਕਦਾ ਢੀਂਡਸਾ ਸਾਹਿਬ, ਪਿਓ ਪੁੱਤ ਦੀ ਤਾਂ ਬਹੁਤ ਮਤਲਬ ਸਿਆਸਤ ਤੇ ਚਰਚਾ ਕਿਵੇਂ ਨਾ ਹੋਵੇ, ਗੱਲ ਮੰਨਣ ਯੋਗ ਨਹੀਂ ਹੈ, ਬਹੁਤ ਔਖਾ ਹੈ। ਚਰਚਾ ਹੁੰਦੀ ਹੈ, ਬਾਪ ਤੇ ਬੇਟਾ ਹਰ ਗੱਲ ਸ਼ੇਅਰ ਕਰਦੇ, ਖਾਸ ਤੌਰ ਤੇ ਦੋਵੇਂ ਪੋਲਿਟਿਕਸ 'ਚ ਹੋਣ ਤਾਂ। ਦੇਖੋ ਗੱਲ ਸੁਣੋ, ਚਰਚਾ ਹੁੰਦੀ ਹੈ, ਇਹ ਨਹੀਂ ਕੋਈ ਚਰਚਾ ਨਹੀਂ ਹੁੰਦੀ। ਅਸੀਂ ਇੱਕ ਗੱਲ ਪੁੱਛਣਾ ਚਾਹੁੰਦੇ ਹਾਂ ਭਗਵੰਤ ਮਾਨ ਸਾਹਿਬ ਤੋਂ, ਇੱਕੋ ਗੱਲ ਪੁੱਛਣੀ ਆ, ਜ਼ਿਆਦਾ ਗੱਲ ਨਹੀਂ ਕਰਦੇ, ਵੀ ਕਿੰਨਾ ਟਾਈਮ ਉਹਨਾਂ ਨੂੰ ਹੋਇਆ ਇੱਕ ਵਾਰੀ ਦੱਸ ਦੇਣ ਸਾਡੇ ਪਿੰਡ 'ਚ ਉਹਨਾਂ ਨੇ ਪੈਰ ਵੀ ਰੱਖਿਆ ਹੋਵੇ ਤਾਂ? ਸਾਡੇ ਚੜਾਨ ਦੇ ਵਿੱਚ ਤੁਸੀਂ ਮੰਤਰੀ ਆਉਂਦੇ ਹੋ, ਵੱਡੇ ਤੋਂ ਵੱਡੇ ਆਉਂਦੇ ਹੋ ਤੁਸੀਂ, ਕੋਈ ਸਾਡਾ ਦੇਖ ਲਓ ਵੀ ਇੱਥੇ ਢੰਗ ਆ ਕੋਈ, ਸਾਡਾ ਲੰਘਣ ਨੂੰ ਤੁਹਾਨੂੰ ਖੜਨ ਨੂੰ ਥਾਂ ਵੀ ਨਹੀਂ ਹੈਗੀ ਜੀ। ਹਾਂ, ਸਾਡੀ ਪੈਸਾ ਬਹੁਤ ਭੇਜਿਆ ਢੀਂਡਸਾ ਸਾਹਿਬ ਨੇ, ਪੈਸਾ ਬਹੁਤ ਭੇਜਿਆ, ਪਰ ਉਹਦੇ ਸਹੀ ਪੈਸਾ ਨਹੀਂ ਲੱਗਿਆ, ਪੈਸਾ ਰਫਾ ਦਫਾ ਹੋ ਗਿਆ ਸਾਰਾ। ਪੈਸਾ ਜੀ ਰਫਾ ਦਫਾ ਹੋ ਗਿਆ, ਅਕਾਲੀ ਸਰਕਾਰ ਦੇ ਵੇਲੇ ਲੋਕ ਇਹ ਗੱਲ ਮੰਨਦੇ ਆ, ਕਹਿੰਦੇ ਫੰਡ ਬਹੁਤ ਦਿੱਤੇ ਆ, ਪਰ ਕਹਿੰਦੇ ਕਿਤੇ ਸਰਪੰਚ ਖਾ ਗਏ, ਕਿਤੇ MLA ਖਾ ਗਏ, ਜਾਂ ਕਿਤੇ ਅਫਸਰ ਸ਼ਾਹੀ ਖਾ ਗਏ। ਸਤਿ ਸ਼੍ਰੀ ਅਕਾਲ, ਜਗਬਾਣੀ TV ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ, ਮੈਂ ਹਾਂ ਰਮਨਦੀਪ ਸਿੰਘ ਸੋਢੀ। ਪ੍ਰੋਗਰਾਮ ਨੇਤਾ ਜੀ ਸਤਿ ਸ਼੍ਰੀ ਅਕਾਲ ਦੇ ਤਹਿਤ ਅੱਜ ਅਸੀਂ ਪਹੁੰਚੇ ਹਾਂ ਇੱਕ ਵਾਰ ਫਿਰ ਲੋਕ ਸਭਾ ਹਲਕਾ ਸੰਗਰੂਰ ਵਿਖੇ, ਜਿੱਥੇ ਅਸੀਂ ਅੱਜ ਗੱਲਬਾਤ ਕਰਾਂਗੇ ਅਕਾਲੀ ਦਲ ਦੇ ਲੋਕ ਸਭਾ ਉਮੀਦਵਾਰ ਅਤੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਹੋਰਾਂ ਦੇ ਨਾਲ। ਇਸ ਵਕਤ ਅਸੀਂ ਸੰਗਰੂਰ ਵਿਖੇ ਢੀਂਡਸਾ ਸਾਹਿਬ ਦੀ ਰਿਹਾਇਸ਼ 'ਤੇ ਮੌਜੂਦ ਹਾਂ। ਇਹ ਢੀਂਡਸਾ ਸਾਹਿਬ ਦਾ ਘਰ ਹੈ ਜਿਹੜਾ ਕਿ ਸੰਗਰੂਰ ਦੇ ਵਿੱਚ ਸਥਿਤ ਹੈ, ਅਤੇ ਆਓ ਫਿਰ ਚੱਲਦੇ ਹਾਂ ਢੀਂਡਸਾ ਸਾਹਿਬ ਦੇ ਕੋਲ ਅਤੇ ਕਰਦੇ ਹਾਂ ਉਹਨਾਂ ਦੇ ਨਾਲ ਗੱਲਬਾਤ। ਹਾਂਜੀ ਨੇਤਾ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਨਮਸਤੇ। ਠੀਕ ਠਾਕ ਹੋ ਜੀ? ਬਹੁਤ ਵਧੀਆ, ਤੁਸੀਂ ਸੁਣਾਓ? ਤਿਆਰੀਆਂ ਜੀ ਫਿਰ ਹਲਕੇ ਜਾਣ ਦੀ? ਹਾਂ ਬਿਲਕੁਲ, ਤਾਂ ਥੋੜ੍ਹੀ ਉਡੀਕ ਕਰ ਰਹੇ ਸੀ। ਠੀਕ ਹੈ ਜੀ, ਕਿੱਦਾਂ ਚੱਲ ਰਿਹਾ ਜੀ ਰੂਟੀਨ ਫਿਰ? ਰੂਟੀਨ ਬਸ ਆ, ਸਵੇਰੇ
7 ਵਜੇ ਨਿਕਲ ਜਾਈਦਾ ਹੈਗਾ ਅਤੇ ਸ਼ਾਮ ਨੂੰ ਜਿਹੜੇ ਪ੍ਰੋਗਰਾਮ ਤਕਰੀਬਨ 10 ਕੁ ਵਜੇ ਤੱਕ ਨਿਬੜ ਜਾਂਦੇ। ਉਸ ਤੋਂ ਬਾਅਦ ਘਰ ਆ ਕੇ ਜਿਹੜੇ ਕੋਈ ਵਰਕਰ ਮਿਲਣ ਵਾਲੇ ਹੁੰਦੇ ਆ ਜਾਂ ਹੋਰ ਲੋਕਾਂ ਨੇ ਮਿਲਣਾ ਉਹ ਆ ਜਾਂਦੇ ਘੰਟਾ ਕੁ ਲੱਗ ਕੇ 11:30 ਵਜੇ। ਤੁਹਾਡੇ ਪੀ ਏ ਦਾ ਮੈਨੂੰ ਮਤਲਬ ਸਵੇਰੇ 6 ਵਜੇ ਫੋਨ ਆਉਣ ਲੱਗ ਪਿਆ ਸੀਗਾ, ਅਸੀਂ ਜਦੋਂ ਮਲੇਰਕੋਟਲਾ ਕ੍ਰੋਸ ਕੀਤੇ ਸੀ। ਮਤਲਬ ਮਾਰਨਿੰਗ ਉੱਠਦੇ ਕਿੰਨੇ ਵਜੇ ਹੋ ਸਰ? 5 ਵਜੇ, 5:15 ਉੱਠ ਚਾਹੀਦਾ ਅਤੇ ਫਿਰ ਕਿਉਂਕਿ ਸਾਰੀ ਤਿਆਰੀ ਕਰਨੀ ਹੁੰਦੀ ਹੈ, ਸਾਰਾ ਪ੍ਰੋਗਰਾਮ ਚੈੱਕ ਕਰਨੇ ਨੇ ਕੀ ਹੈ, ਜਿਹੜੇ ਕਿਸੇ ਨੂੰ ਫੋਨ ਕਰਨੇ ਸਵੇਰੇ ਫਿਰ ਟਾਈ ਅਪ ਕਰੀਦਾ ਜੀ। ਅੱਛਾ, 7 ਵਜੇ ਨਿਕਲ ਜਾਈਏ। ਪਰਮਿੰਦਰ ਜੀ, ਜੇ ਤੁਸੀਂ ਪੋਲੀਟੀਸ਼ੀਅਨ ਨਾ ਹੁੰਦੇ ਤਾਂ ਕੀ ਹੋਣਾ ਸੀ? ਦੇਖੋ, ਮੈਂ ਸਹੀ ਦੱਸਾਂ, ਮੈਂ ਤਾਂ ਇਨਫੈਕਟ ਬਿਜ਼ਨਸ ਸ਼ੁਰੂ ਕਰ ਲਿਆ ਸੀ ਐਕਸਪੋਰਟ ਦਾ। ਅੱਛਾ। ਅਤੇ ਉਦੋਂ ਮੈਂ ਰੋਟ ਆਇਰਨ ਦਾ ਫਰਨੀਚਰ ਬਣਾ ਕੇ ਐਕਸਪੋਰਟ ਕਰਦਾ ਸੀ, ਇਹ ਹੈਗੀ ਹੈ 98 ਦੀ ਗੱਲ। ਅੱਛਾ। ਜਦੋਂ ਸ਼ੁਰੂ ਕੀਤਾ ਅਤੇ ਫਿਰ ਅਚਾਨਕ ਜਿਹੜੀ ਹੈ 2000 ਦੀ ਬਾਈ ਇਲੈਕਸ਼ਨ ਆ ਗਈ ਜੀ, ਤਾਂ ਮੈਨੂੰ ਫਿਰ ਬਾਦਲ ਸਾਹਿਬ ਨੇ ਖਾਸ ਤੌਰ 'ਤੇ ਢੀਂਚਲ ਸਾਹਿਬ ਨੂੰ ਕਿਹਾ ਵੀ ਪਰਮਿੰਦਰ ਨੂੰ ਲੜਾਓ ਜੀ, ਤਾਂ ਕਰਕੇ ਫਿਰ ਮੈਨੂੰ ਸਿਆਸਤ ਦੇ ਵਿੱਚ ਆਉਣਾ ਪਿਆ। ਤੁਹਾਡੀ ਐਜੂਕੇਸ਼ਨ ਕਿੱਥੋਂ ਹੈਗੀ ਹੈ ਔਰ ਕਿੱਥੋਂ ਤੱਕ? ਮੇਰੀ ਸਕੂਲਿੰਗ ਜਿਹੜੀ ਹੈ 2 ਸਕੂਲਸ ਦੇ ਵਿੱਚ ਮੈਂ ਪੜ੍ਹਿਆ। ਇੱਕ ਤਾਂ 4 ਸਾਲ ਮੈਂ ਦਸ਼ਮੇਸ਼ ਅਕੈਡਮੀ ਅਨੰਦਪੁਰ ਸਾਹਿਬ ਲਾਏ, ਬਾਕੀ ਮੇਰੀ ਸਕੂਲਿੰਗ ਸੇਂਟ ਕਬੀਰ ਪਬਲਿਕ ਸਕੂਲ ਚੰਡੀਗੜ੍ਹ ਦੀ ਹੈ ਜੀ। ਅਤੇ ਫਿਰ ਉਸ ਤੋਂ ਬਾਅਦ ਮੈਂ ਬੀ ਕੌਮ ਗਵਰਨਮੈਂਟ ਕਾਲਜ ਸੈਕਟਰ 11 ਚੰਡੀਗੜ੍ਹ ਦੇ ਵਿੱਚ ਕੀਤੀ ਜੀ, ਅਤੇ ਜਿਹੜੀ ਆਪਦੀ ਫਿਰ ਜਿਹੜੀ ਐੱਮ ਬੀ ਏ ਉਹ ਪੰਜਾਬੀ ਯੂਨੀਵਰਸਿਟੀ ਤੋਂ ਕੀਤੀ। ਮਤਲਬ ਕਹਿਣ ਦਾ ਭਾਵ ਇਹ ਹੈ ਕਿ ਪੋਲੀਟਿਕਸ ਤੁਹਾਡੀ ਇੱਛਾ ਦੇ ਖਿਲਾਫ਼ ਫੈਸਲਾ? ਨਹੀਂ, ਇੱਛਾ ਤੋਂ ਬਿਨਾਂ ਤਾਂ ਨਹੀਂ ਹੁੰਦਾ, ਬਟ ਮੇਰਾ ਹਜੇ ਇੰਨੀ ਕੋਈ ਕਾਹਲੀ ਨਹੀਂ ਸੀ ਮੈਨੂੰ ਸਿਆਸਤ ਦੇ ਵਿੱਚ ਆਉਣ ਦੀ। ਮੈਂ ਚਾਹੁੰਦਾ ਸੀਗਾ ਕਿਉਂਕਿ ਮੈਂ ਐੱਮ ਬੀ ਏ ਕੀਤੀ ਸੀ, ਮੇਰਾ ਵੀ ਥੋੜ੍ਹਾ ਜਿਹਾ ਬਿਜ਼ਨਸ ਵੱਲ ਵੀ ਇੰਟਰਸਟ ਸੀਗਾ, ਅਤੇ ਮੈਂ ਸੀਗਾ ਵੀ ਮੈਂ ਪਹਿਲਾਂ ਬਿਜ਼ਨਸ ਅਸਟੈਬਲਿਸ਼ ਕਰਾਂ, ਫਿਰ ਕਦੇ ਫਿਊਚਰ 'ਚ ਜੇ ਕਦੇ ਹੋ ਸਕੇ ਤਾਂ ਵਿਚਾਰਿਆ ਜਾ ਸਕਦਾ ਸੀ ਜੀ, ਪਰ ਉਹ ਕੋਈ ਕੰਕਰੀਟ ਪਲੈਨ ਨਹੀਂ ਸੀ। ਪਰ ਅਚਾਨਕ ਹੀ ਇਹ ਬਾਈ ਇਲੈਕਸ਼ਨ ਆਉਣ ਕਰਕੇ ਮੈਨੂੰ ਜਿਹੜਾ ਸਿਆਸਤ ਦੇ ਵਿੱਚ ਜਿਹੜਾ ਕਦਮ ਰੱਖਣਾ ਪਿਆ। ਤੁਹਾਡਾ ਫੁਲਕਾ ਠੰਡਾ ਹੋ ਰਿਹਾ, ਤੁਸੀਂ ਲਓ ਪਲੀਜ਼। ਤੁਸੀਂ ਲਓ ਜੀ, ਮੈਂ ਲੈਣਾ। ਫੈਮਿਲੀ ਫਿਰ ਜਿਹੜੀ ਗ੍ਰਸਤੀ ਜ਼ਿੰਦਗੀ ਹੈ ਜੀ, ਇਹਦੇ 'ਚ ਕਦੋਂ ਕਿਹੜੇ ਸਾਲ 'ਚ ਆਏ? ਮੇਰਾ ਗ੍ਰਸਤੀ ਇਨਫੈਕਟ ਜਦ ਮੇਰਾ ਵਿਆਹ ਹੋਇਆ ਹਾਂਜੀ ਅਪ੍ਰੈਲ ਦੇ ਵਿੱਚ। ਅੱਛਾ ਜੀ। 2000 ਦੇ ਵਿੱਚ ਜੀ, ਅਤੇ ਇਲੈਕਸ਼ਨ ਜਿਹੜੀ ਹੈ ਉਹ ਜੂਨ 2000 ਦੇ ਵਿੱਚ ਆ ਗਈ ਬਾਈ ਇਲੈਕਸ਼ਨ। ਤੁਸੀਂ ਬਾਈ ਇਲੈਕਸ਼ਨ ਲੜੀ ਸੀ ਪਹਿਲੀ? ਬਾਈ ਇਲੈਕਸ਼ਨ ਅਤੇ ਮੇਰੀ ਸੋ ਤਕਰੀਬਨ ਵਿਆਹ ਤੋਂ 2 ਮਹੀਨੇ ਬਾਅਦ ਹੀ ਜਿਹੜਾ ਮੈਂ ਸਿਆਸਤ ਦੇ ਵਿੱਚ ਆ ਗਿਆ। ਅੱਛਾ। ਅਤੇ ਜਦ ਮੈਂ ਵਿਆਹ ਮੇਰਾ ਹੋਇਆ ਉਦੋਂ ਮੈਂ ਬਿਜ਼ਨਸ ਕਰਦਾ ਸੀ, 2 ਮਹੀਨੇ ਬਾਅਦ ਮੈਂ ਸਿਆਸਤ ਦੇ ਵਿੱਚ ਆ ਗਿਆ। ਮਤਲਬ ਸਿਆਸਤ ਤੁਹਾਡਾ ਹਨੀਮੂਨ ਪੀਰੀਅਡ ਸੀ? ਹਾਂ, ਇਨਫੈਕਟ ਉਹ ਤਾਂ ਮਿਲੀ ਨਹੀਂ। ਮੈਂ ਮੇ ਦੇ ਐਂਡ ਦੇ ਵਿੱਚ ਕਿ ਜੂਨ ਦੇ ਵਿੱਚ ਸਾਡੇ ਜੋ ਮਰਹੂਮ ਉੱਥੋਂ ਐੱਮ ਐੱਲ ਏ ਸਨ ਸ਼੍ਰੀ ਭਗਵਾਨ ਦਾਸ ਅਰੋੜਾ ਜੀ ਜੀ, ਉਹਨਾਂ ਦਾ ਦੇਹਾਂਤ ਹੋ ਗਿਆ ਸੀ, ਅਤੇ ਵਿਆਹ ਤੋਂ ਤਕਰੀਬਨ 1.5-2 ਮਹੀਨੇ ਬਾਅਦ ਹੀ ਜਿਹੜਾ ਹੈ ਸਿਆਸਤ ਦੇ ਵਿੱਚ ਕਦਮ ਰੱਖਣਾ ਪੈ ਗਿਆ। ਤੁਹਾਡੀ ਅਰੇਂਜ ਮੈਰਿਜ ਸੀ ਜਾਂ ਲਵ ਮੈਰਿਜ ਸੀ? ਅਰੇਂਜ ਮੈਰਿਜ। ਅਰੇਂਜ ਮੈਰਿਜ, ਅਰੇਂਜ ਮੈਰਿਜ ਜੀ। ਤੁਹਾਡੇ ਇਨ-ਲਾਜ ਦੇ ਬੜੇ ਚਰਚੇ ਰਹਿੰਦੇ ਆ ਖਾਸ ਤੌਰ 'ਤੇ ਸਿਆਸਤ 'ਚ, ਕਿ ਬੜੇ ਧਨਾੜਵੰਤ ਲੋਕ ਨੇ ਸੰਧੂ ਸਾਹਿਬ। ਸੰਧੂ ਸਾਹਿਬ ਦਾ ਵੀ ਸਿਆਸਤ 'ਚ ਰੋਲ ਹੈ ਤੁਹਾਡੀ 'ਚ? ਨਹੀਂ, ਉਹਨਾਂ ਦਾ ਇੰਨਾ ਸਿਆਸਤ 'ਚ ਰੋਲ ਹੈ ਵੀ ਮੇਰੀ ਇਲੈਕਸ਼ਨ ਦੇ ਵਿੱਚ ਆਉਂਦੇ ਆ, ਅਤੇ ਜੋ ਇੱਕ ਰਿਸ਼ਤੇਦਾਰ ਸਾਰੇ ਆਉਂਦੇ ਇਲੈਕਸ਼ਨ ਦੇ ਵਿੱਚ, ਉਸ ਤੋਂ ਇਲਾਵਾ ਉਹਨਾਂ ਦਾ ਕੋਈ ਮੇਰੀ ਸਿਆਸਤ 'ਚ ਨਹੀਂ। ਉਹ ਬੰਬੇ ਰਹਿੰਦੇ ਆ ਜੀ, ਉਹ ਤਾਂ ਕਦੇ ਉਹਨਾਂ ਦਾ ਪਿੰਡ ਜਿਹੜਾ ਅੰਮ੍ਰਿਤਸਰ ਕੋਲ ਹੈਗਾ ਸੀ, ਉਹਨਾਂ ਦੀ ਰਿਹਾਇਸ਼ ਜਿਹੜੀ ਉੱਥੇ ਅੰਮ੍ਰਿਤਸਰ ਹੀ ਹੈ, ਅਤੇ ਕਦੇ ਸਾਲ ਦੇ ਵਿੱਚ
ਦੋ ਤਿੰਨ ਵਾਰ ਉਹ ਅੰਮ੍ਰਿਤਸਰ ਆਉਂਦੇ ਆ ਚਾਰ ਪੰਜ ਦਿਨ ਲਈ ਜੀ, ਵੈਸੇ ਬੰਬਈ ਜਾਂ ਦਿੱਲੀ ਰਹਿੰਦੇ ਆ ਉਹ, ਸੋ ਇਸ ਲਈ ਉਹਨਾਂ ਦਾ ਪੰਜਾਬ ਦੇ ਨਾਲ ਕੋਈ ਬਹੁਤ ਜ਼ਿਆਦਾ ਜਿਹੜਾ ਸਿਆਸਤ ਦੇ ਨਾਲ ਕੋਈ ਬੜਾ ਸਰੋਕਾਰ ਨਹੀਂ ਹੈਗਾ। ਤੁਹਾਡੀ ਪੂਰੀ ਫੈਮਿਲੀ 'ਚ ਕੌਣ ਕੌਣ ਹੈ ਜ਼ਰਾ ਉਹਦੇ ਬਾਰੇ ਥੋੜ੍ਹਾ ਤਫਸੀਲ ਕਰੋ। ਦੇਖੋ ਸਾਡੀ ਫੈਮਿਲੀ ਤਾਂ ਛੋਟੀ ਜਿਹੀ ਹੈ ਜੀ, ਮਦਰ ਫਾਦਰ ਮੈਂ, ਮੇਰੀ ਵਾਈਫ, ਬੇਟਾ ਹੈ ਅਤੇ ਬੇਟੀਆਂ। ਉਹ ਕੀ ਕਰਦੇ ਆ? ਉਹ ਪੜ੍ਹਦੇ ਆ ਹਜੇ, ਬੇਟਾ 12th ਦੇ ਵਿੱਚ ਹੈ ਅਤੇ ਬੇਟੀ ਜਿਹੜੀ ਆ ਉਹ 9th ਕਲਾਸ ਵਿੱਚ ਪੜ੍ਹਦੀ। ਇੰਡੀਆ 'ਚ ਪੜ੍ਹਦੇ ਆ ਬਾਹਰ ਹੈਗੇ? ਬੇਟੀ ਇੱਥੇ ਪੜ੍ਹਦੀ ਇੰਡੀਆ 'ਚ ਹੀ ਹੈ, ਬੇਟਾ ਜਿਹੜਾ ਇੰਗਲੈਂਡ ਪੜ੍ਹਦਾ ਹੈਗਾ ਜੀ। ਹਾਂ, ਅਤੇ ਬਾਕੀ ਦੋ ਭੈਣਾਂ ਨੇ ਅਤੇ ਮੇਰੇ ਇੱਕ ਬ੍ਰਦਰ ਨਾਲ PCS ਹੈਗੇ ਨੇ ਜੀ, ਉਹ ਪੰਜਾਬ ਗਵਰਨਮੈਂਟ ਜੋਬ ਕਰ ਰਹੇ ਨੇ ਅਤੇ ਜਿਹੜੇ ਦੂਸਰੇ ਨੇ ਉਹ ਹੁਣ ਰਿਟਾਇਰਮੈਂਟ ਲੈ ਕੇ ਪਿਛਲੇ ਇਲੈਕਸ਼ਨ ਵਿੱਚ ਤੁਸੀਂ ਜਾਣਦੇ ਤਜਿੰਦਰਪਾਲ ਸਿੰਘ ਸਿੱਧੂ ਜੀ, DC ਰਹੇ ਹਾਂਜੀ ਆਪਣੇ ਮੋਹਾਲੀ, ਉਹ ਮੇਰੇ ਵੱਡੇ ਸਿਸਟਰ ਨੂੰ ਮਿਲੇ ਨੇ, ਉਹ ਸਾਡੀ ਫੈਮਿਲੀ। ਆਮ ਤੌਰ 'ਤੇ ਢੀਂਡਸਾ ਸਾਹਿਬ ਸਿਆਸਤਦਾਨਾਂ ਦਾ ਇੱਕੋ ਪੱਖ ਨਜ਼ਰ ਆਉਂਦਾ, ਉਹੀ ਕੁੜਤਾ ਪਜਾਮਾ, ਉਹੀ ਜੈਕਟ, ਉਹੀ ਰੂਟੀਨ, ਮਤਲਬ ਕਹਿ ਲਓ ਤੁਸੀਂ ਕਿ ਜਿਹੜਾ ਕਾਮਨ ਮੈਨ ਆ ਉਹਨੂੰ ਬੜੀ ਬੋਰਿੰਗ ਜੀ ਲਾਈਫ ਲੱਗਦੀ ਆ। ਪਰਦੇ ਦੇ ਪਿੱਛੇ ਸਿਆਸਤਦਾਨਾਂ ਦੇ ਵੀ ਸ਼ੌਂਕ ਹੁੰਦੇ ਹੋਣਗੇ, ਪਰਮਿੰਦਰ ਢੀਂਡਸਾ ਦੇ ਹੋਰ ਸ਼ੌਂਕ ਕੀ ਹੈਗੇ ਆ? ਇੱਕ ਤਾਂ ਦੇਖੋ ਮੈਂ ਸਪੋਰਟਸ ਐਡਮਿਨਿਸਟ੍ਰੇਸ਼ਨ ਦੇ ਨਾਲ ਜੁੜਿਆ ਹੋਇਆ, ਖੇਡਾਂ ਦੇ ਨਾਲ। ਮੈਂ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦਾ ਪ੍ਰਧਾਨ ਹਾਂ ਪਿਛਲੇ 7 ਸਾਲਾਂ ਤੋਂ ਜੀ, ਸੋ ਸਪੋਰਟ ਐਡਮਿਨਿਸਟ੍ਰੇਸ਼ਨ ਦੇ ਨਾਲ ਜੁੜੇ ਹੋਣ ਕਰਕੇ ਉਹ ਮੇਰਾ ਥੋੜ੍ਹਾ ਉੱਧਰ ਸ਼ੌਂਕ ਹੈ। ਦੂਸਰਾ, ਜੇ ਮੈਨੂੰ ਕਦੇ ਫਰੀ ਟਾਈਮ ਮਿਲੇ, ਮੈਨੂੰ ਟਰੈਵਲਿੰਗ ਦਾ ਸ਼ੌਂਕ ਹੈ। ਅੱਛਾ, ਕੋਈ ਨਵੀਂ ਜਗ੍ਹਾ ਦੇਖੋ, ਕੋਈ ਬੱਚਿਆਂ ਨਾਲ ਕਦੇ ਜਾਣ ਦਾ ਮੌਕਾ ਮਿਲਿਆ ਅਤੇ ਕਦੇ ਹਿਸਟੋਰੀਕਲ ਆਰਟੀਕਲਸ ਜਿਹੜੇ ਨੇ, ਬੁੱਕਸ ਨੇ ਹਿਸਟਰੀ ਦੀਆਂ, ਉਹ ਪੜ੍ਹਨ ਦਾ ਸ਼ੌਂਕ ਹੈਗਾ ਮੈਨੂੰ। ਕੋਈ ਰਾਈਟਰ ਹੈਗੇ ਨੇ ਪਸੰਦੀਦਾ ਤੁਹਾਡੇ? ਨਹੀਂ, ਪੁਰਾਣੇ ਜਿਹੜੇ ਰਾਈਟਰ ਨੇ ਲਤੀਫ ਜਾਂ ਹੋਰ, ਉਹਨਾਂ ਦੇ ਮੈਂ ਪੜ੍ਹਨਾ ਪਸੰਦ ਕਰਦਾ। ਅੱਜ ਕੱਲ੍ਹ ਜਿਹੜੇ ਨੇ ਉਹਨਾਂ ਨੂੰ ਜ਼ਰੂਰ ਅਸੀਂ ਉਹ ਕਰ ਲੈਂਦੇ ਹਾਂ, ਰੈਫਰ ਦੇਖ ਲਈਦਾ। ਜਗ੍ਹਾ ਕਿਹੜੀਆਂ ਵਧੀਆ ਲੱਗਦੀ ਆ ਤੁਹਾਨੂੰ ਇੰਡੀਆ 'ਚ ਜਾਂ ਪੰਜਾਬ 'ਚ? ਦੇਖੋ ਮੈਨੂੰ ਇੰਡੀਆ ਦੇ ਵਿੱਚ ਤਾਂ ਜ਼ਿਆਦਾਤਰ ਪਹਾੜ ਚੰਗੇ ਲੱਗਦੇ ਆ, ਕਦੇ ਸਮੁੰਦਰ ਦਾ ਕੰਢਾ ਹੋਵੇ ਅਤੇ ਉਹ ਵੀ, ਕਦੇ ਸਮੁੰਦਰ ਦੇ ਕੰਢੇ ਜਾਣਾ ਹੋਵੇ ਫਿਰ ਸਹੁਰਿਆਂ 'ਤੇ ਜਾਂਦੇ ਹੋਵੋ ਜ਼ਿਆਦਾ? ਨਹੀਂ, ਉੱਥੇ ਤਾਂ ਮੇਰਾ, ਤੁਸੀਂ ਹੈਰਾਨ ਹੋਵੋਗੇ, ਜਦ ਵੀ ਮੇਰਾ ਵਿਆਹ ਹੋਇਆ ਮੈਂ ਸਿਆਸਤ 'ਚ ਆ ਗਿਆ, ਮੈਨੂੰ ਅੱਜ 19 ਸਾਲ ਹੋ ਗਏ ਜੀ। ਮੈਂ ਕੁੱਲੀ ਬੰਬੇ ਮੈਂ ਲੱਗਦਾ 30 ਦਿਨ ਵੀ ਨਹੀਂ ਗਿਆ ਹੋਣਾ ਪੂਰੇ 19 ਸਾਲਾਂ 'ਚ। ਅੱਛਾ, ਸੋ ਬਹੁਤ ਘੱਟ ਮੌਕਾ ਮਿਲਦਾ ਹੈਗਾ ਉੱਥੇ ਜਾਣ ਦਾ, ਕੋਈ ਫੰਕਸ਼ਨ ਹੋਵੇ ਜਾਂ ਕੋਈ ਕੰਮ ਹੋਵੇ ਤਾਂ ਜਾਈਦਾ, ਅਤੇ ਅਦਰਵਾਈਜ਼ ਕਦੇ ਗੋਆ ਚਲ ਜਾ ਸਕਦੇ ਹਾਂ। ਅੱਛਾ, ਬਾਹਰ ਕਿਹੜੀ ਜਗ੍ਹਾ ਤੁਹਾਨੂੰ ਵਧੀਆ ਲੱਗਦੀ ਹੈ? ਅਤੇ ਉਹ ਕੋਸ਼ਿਸ਼ ਹੁੰਦੀ ਹੈ ਜੇ ਜਾਈਏ ਤਾਂ ਕੋਈ ਨਵੀਂ ਜਗ੍ਹਾ ਦੇਖੀ ਜਾਵੇ। ਸੋ ਵੈਸੇ ਤਾਂ ਤਕਰੀਬਨ ਮੈਂ 20-25-30 ਦੇਸ਼ ਘੁੰਮੇ ਹਾਂ, ਅਤੇ ਕਈ ਵਾਰ ਤਾਂ ਫੈਮਿਲੀ ਨਾਲ, ਕਈ ਵਾਰ ਕੰਮ ਵਾਸਤੇ ਵੀ ਜਾਣਾ ਪੈਂਦਾ, ਜਿਵੇਂ ਸਾਡੀ ਸਾਈਕਲਿੰਗ ਦਾ ਮੈਂ ਪ੍ਰਧਾਨ ਹਾਂ ਜੀ, ਸੋ ਉਹਦੇ ਵਾਸਤੇ ਵੀ ਸਾਡੀ ਮੀਟਿੰਗਸ ਲਈ ਹੋਰ ਲਈ ਟਰੈਵਲ ਕਰਨਾ ਪੈਂਦਾ। ਸੋ ਦੋਨਾਂ ਕੰਮਾਂ ਲਈ ਟਰੈਵਲ ਅਸੀਂ ਕਰ ਲਈਦਾ, ਪਰ ਬਹੁਤਾ ਜ਼ਿਆਦਾ ਨਹੀਂ, ਸਾਲ ਦੇ ਵਿੱਚ 10-15 ਦਿਨ ਜਿਹੜਾ ਹੈ ਦੋ ਵਾਰੀ 'ਚ ਕੱਟਣ ਦੀ ਕੋਸ਼ਿਸ਼ ਕਰੀਦੀ। ਹੋਰ ਤੁਹਾਡਾ ਕਾਰੋਬਾਰ ਕੀ ਹੈ ਜੀ? ਜਦੋਂ ਸਿਆਸਤ ਤਾਂ ਸਮਾਜ ਸੇਵਾ ਦਾ ਇੱਕ ਪਾਰਟ ਹੋ ਗਿਆ, ਵੈਸੇ ਤੁਹਾਡਾ ਕਾਰੋਬਾਰ ਕੀ ਹੈਗਾ? ਦੇਖੋ ਮੇਰਾ ਜਿਵੇਂ ਜ਼ਮੀਨ ਤਾਂ ਚਲੋ ਜ਼ਿਮੀਂਦਾਰਾਂ ਕੋਲ ਹੁੰਦੀ ਹੈ, ਬਾਕੀ ਇੱਕ ਪੈਟਰੋਲ ਪੰਪ ਅਸੀਂ ਲਾਇਆ ਹੋਏਗਾ, ਗੋਡਾਊਨਸ ਬਣਾਏ ਹੋਏ ਨੇ, ਬਾਕੀ ਪੁਰਾਣੀਆਂ ਕੋਈ ਰੈਂਟਲ ਜਿਹੜੀਆਂ ਨੇ ਹੈਗੀਆਂ ਨੇ, ਇਹੀ ਹੈ ਮੇਨ ਪੋਰਟ। ਜ਼ਮੀਨ ਕਿੰਨੀ ਜੱਦੀ ਪਿੰਡ 'ਚ ਹੈ ਜਾਂ ਕੋਈ ਹੋਰ? ਜੱਦੀ ਸਾਡੀ ਸੀਗੀ ਢੀਂਡਸਾ ਸਾਹਿਬ ਨੂੰ, ਜਿਹੜਾ 19 ਕਿੱਲੇ ਸੀਗੇ ਉਹ ਵੇਚ ਕੇ ਅਸੀਂ ਇੱਥੇ
ਹੋਰ ਜਗ੍ਹਾ 'ਤੇ ਲੈ ਲਈ ਸੀ। ਸੋ ਇੱਥੇ ਸਾਡੇ ਕੋਲ ਹੁਣ 40 ਕਿੱਲੇ ਜਗ੍ਹਾ ਜਿਹੜੀ ਜ਼ਮੀਨ ਹੈ। ਅੱਛਾ, ਇੱਕ ਹੋਰ ਚਰਚਾ, ਅੱਜ ਸੋਸ਼ਲ ਮੀਡੀਆ ਦਾ ਦੌਰ ਹੈ ਢੀਂਡਸਾ ਸਾਹਿਬ, ਬਹੁਤ ਸਾਰੀਆਂ ਹਾਈਪੋਥੈਟੀਕਲ ਗੱਲਾਂ ਵੀ ਹੁੰਦੀਆਂ ਅਤੇ ਕੁਝ ਚੀਜ਼ਾਂ ਮਿਥ ਬਣ ਜਾਂਦੀਆਂ, ਮਤਲਬ ਕਹਿੰਦੇ ਨਾ ਪੋਲੀਟਿਕਸ ਇਜ਼ ਆਲ ਅਬਾਊਟ ਦਾ ਪਰਸੈਪਸ਼ਨ। ਇੱਕ ਚਰਚਾ ਹੋਰ ਛੱਡੀ ਸੀ, ਕਹਿੰਦੇ ਕਿ ਢੀਂਡਸਿਆਂ ਦਾ ਕੋਈ ਕੈਨੇਡਾ 'ਚ ਕਹਿੰਦੇ ਆਈਲੈਂਡ ਹੈਗਾ, ਕੋਈ ਇਸ ਤਰ੍ਹਾਂ ਦੀ ਗੱਲ ਸੱਚੀ ਹੈ? ਦੇਖੋ, ਲੋਕ ਗੱਲਾਂ ਬਣਾਉਂਦੇ ਆ, ਕੋਈ ਐਸੀ ਗੱਲ ਨਹੀਂ ਹੈ, ਕੋਈ ਸਾਡਾ ਆਈਲੈਂਡ ਨਹੀਂ ਹੈਗਾ। ਉੱਥੇ ਪ੍ਰੋਪਰਟੀ ਹੈ ਤੁਹਾਡੀ ਕੋਈ ਫੋਰਨ 'ਚ? ਦੇਖੋ, ਮੈਂ, ਮੇਰਾ ਦੋਸਤ ਹੈ, ਉਹਨਾਂ ਦੇ ਨਾਲ ਮੈਂ 50 ਲੱਖ ਰੁਪਏ ਇਨਵੈਸਟ ਕੀਤਾ ਸੀ ਜੀ, ਤਕਰੀਬਨ 2 ਸਾਲ ਪਹਿਲਾਂ। ਅਤੇ ਉਹ ਸਾਰਾ ਮੇਰਾ ਜਿਹੜਾ ਹੈ, ਜਿਹੜਾ ਮੈਂ ਫਾਈਲ ਕਰਦਾ, ਜੋ ਵੀ ਅਸੀਂ ਸਰਕਾਰ ਨੂੰ ਦੱਸਦੇ ਹਾਂ ਆਪਣੀ ਰਿਟਰਨਸ, ਉਹ ਸਾਰਾ ਕੁਝ ਦਿੱਤਾ ਹੋਇਆ, ਕਿਉਂਕਿ ਸਾਰਾ ਜਿਹੜਾ ਜਿਹੜਾ ਹੈ ਥਰੂ ਪ੍ਰੋਪਰ ਪ੍ਰੋਸੈਸ, ਪ੍ਰੋਪਰ ਚੈਨਲ ਜੀ, ਮੈਂ ਆਪਣੇ ਦੋਸਤ ਨਾਲ ਇਨਵੈਸਟਮੈਂਟ ਕੀਤੀ ਸੀ। ਅਤੇ ਉਹ ਬੜੀ ਛੋਟੀ ਜਿਹੀ ਇਨਵੈਸਟਮੈਂਟ ਹੈ, ਕੋਈ ਉਹ ਨਹੀਂ ਹੈ। ਪਰ ਆਈਲੈਂਡ ਵਾਲੀ ਗੱਲਾਂ ਜਾਂ ਹੋਰ ਹੈ, ਉਹ ਤਾਂ ਜਿਵੇਂ ਕਹਿੰਦੇ ਨੇ ਬਹੁਤ ਵੱਡੀਆਂ ਗੱਲਾਂ ਹੋ ਜਾਂਦੀਆਂ ਨੇ। ਅਤੇ ਅਸੀਂ ਤਾਂ ਸਧਾਰਨ ਜਿਹੇ ਬੰਦੇ ਹਾਂ, ਅਤੇ ਸਧਾਰਨ ਜਿਹੀ ਲਾਈਫ ਹੈ ਸਾਡੀ। ਲਾਈਫ ਸਟਾਈਲ ਕਿਵੇਂ ਆ? ਮੈਂ ਹਰ ਪੋਲੀਟੀਸ਼ੀਅਨ ਨੂੰ ਪਿਛਲੇ ਦਿਨਾਂ ਦਾ ਸਵਾਲ ਕਰ ਰਿਹਾ, ਇਹ ਕੁੜਤਾ ਪਜਾਮਾ, ਇਹ ਸਾਰੀਆਂ ਚੀਜ਼ਾਂ, ਮਤਲਬ ਇੱਕ ਟ੍ਰੈਡੀਸ਼ਨਲ ਜਿਹਾ ਡਰੈਸਅਪ ਹੋ ਗਿਆ ਸਿਆਸਤ ਦਾ। ਤੁਹਾਨੂੰ ਮੈਂ ਕਈ ਵਾਰ ਦੇਖਦਾ, ਤੁਸੀਂ ਮਤਲਬ ਪੈਂਟ ਸ਼ਰਟ 'ਚ ਵੀ ਨਜ਼ਰ ਆਉਂਦੇ ਹੋ, ਤੁਹਾਡੇ ਸ਼ੌਂਕ ਕੀ ਹੈ, ਮਤਲਬ ਤੁਹਾਨੂੰ ਚੰਗਾ ਕੀ ਲੱਗਦਾ, ਕੁੜਤੇ ਪਜਾਮੇ ਜ਼ਿਆਦਾ ਰਹਿਣਾ ਜਾਂ ਪੈਂਟ ਸ਼ਰਟ 'ਚ ਰਹਿਣਾ? ਨਹੀਂ, ਦੋਨੇ ਠੀਕ ਹੈ, ਮੈਂ ਦੋਨਾਂ 'ਚ ਕੰਫਰਟੇਬਲ ਹਾਂ। ਅਤੇ ਕਿਉਂਕਿ ਜਦ ਫੀਲਡ ਦੇ ਵਿੱਚ ਹੋਈਦਾ ਤਾਂ ਕੁੜਤਾ ਪਜਾਮਾ ਕੰਫਰਟੇਬਲ ਰਹਿੰਦਾ ਹੈ ਜੀ। ਅਤੇ ਜਦ ਤੁਸੀਂ ਕੋਈ ਓਫਿਸ਼ਲੀ ਹੈ ਜਾਂ ਕਿਤੇ ਕੋਈ ਫੰਕਸ਼ਨ 'ਤੇ ਜਾਣਾ ਹੈ ਤਾਂ ਫਿਰ ਤੁਸੀਂ ਪੈਂਟ ਕਮੀਜ਼ ਪਾ ਲੈਂਦੇ ਹੋ। ਸ਼ੌਕੀਨ ਕਿਹੜੀ ਚੀਜ਼ ਦੇ ਹੋ, ਮਤਲਬ ਕੋਈ ਖਾਣ ਪੀਣ ਦਾ ਸ਼ੌਕੀਨ ਹੈ, ਕੋਈ ਸੰਗੀਤ ਦਾ ਸ਼ੌਕੀਨ ਹੈ, ਫਿਲਮਾਂ ਵੇਖਣੀਆਂ ਜਾਂ ਲਿਟਰੇਚਰ ਪੜ੍ਹਨਾ, ਤੁਸੀਂ ਪਹਿਲਾਂ ਦੱਸਿਆ ਹੈ, ਇਹਨਾਂ ਸ਼ੌਂਕਾਂ 'ਚ ਕੋਈ ਸ਼ੌਂਕ ਹੈਗਾ ਹੋਰ ਤੁਹਾਨੂੰ ਕਿ ਮਿਊਜ਼ਿਕ ਸੁਣਨਾ? ਸਾਰਾ ਸਾਰਾ, ਕਿਉਂਕਿ ਇੱਕ ਜੇ ਫੈਮਲੀ ਦਾ ਜਿਹੜਾ ਬੰਦਾ ਉਹਨੂੰ ਥੋੜ੍ਹਾ ਮੋਟਾ ਸਾਰਾ ਹੀ ਕਰਨਾ ਪੈਂਦਾ। ਬਿਲਕੁਲ, ਬੱਚਿਆਂ ਨਾਲ ਮੂਵੀ ਵੀ ਜਾਣਾ ਪੈਂਦਾ ਕਦੇ ਕਦੇ, ਕਦੇ ਸਾਲ 'ਚ 2-4 ਵਾਰੀ ਮੂਵੀ ਵੀ ਦੇਖ ਲਈ। ਲਾਸਟ ਕਦੋਂ ਗਏ ਸੀ? ਲਾਸਟ ਮੈਨੂੰ ਲੱਗਦਾ 1.5 ਮਹੀਨਾ ਹੋ ਗਿਆ। ਅੱਛਾ, ਹਾਂ। ਅਤੇ ਪੰਜਾਬੀ ਮੂਵੀ ਵੇਖੀ ਆਈ ਸੀ, ਯਾਦ ਹੈ ਕਿਹੜੀ ਸੀ? ਮੈਨੂੰ ਹੁਣ ਯਾਦ ਨਹੀਂ, ਮੂਵੀ ਇੰਗਲਿਸ਼ ਮੂਵੀ ਗਏ ਸੀ। ਅੱਛਾ, ਬੱਚੇ ਆਏ ਹੋਏ ਸੀਗੇ। ਹਾਂ, ਮੈਨੂੰ ਤਾਂ ਹੁਣ ਉਹਦਾ ਨਾਮ ਵੀ ਨਹੀਂ ਯਾਦ। ਚਲੋ, ਨਹੀਂ ਹੋ ਗਿਆ, 1.5 ਮਹੀਨਾ ਹੋ ਗਿਆ। ਹਾਂ, 1.5-2 ਮਹੀਨੇ ਹੋ ਗਏ। ਅੱਛਾ, ਤੁਹਾਡੇ ਮਤਲਬ ਵੈਸੇ ਕਹਿੰਦੇ ਜਿਹੜਾ ਜਿਹੜਾ ਬੇਟਾ ਹੁੰਦਾ ਉਹ ਫਾਦਰ ਦੇ ਜ਼ਿਆਦਾ ਨਜ਼ਦੀਕ ਹੁੰਦਾ ਅਤੇ ਲੜਕੀਆਂ ਜਿਹੜੀਆਂ ਮਾਂ ਦੇ ਜ਼ਿਆਦਾ ਨੇੜੇ ਹੁੰਦੀਆਂ ਹੈ, ਤੁਹਾਡਾ ਬਚਪਨ ਕਿੱਦਾਂ ਦਾ ਸੀ? ਤੁਸੀਂ ਮੰਮਾ ਦੇ ਜ਼ਿਆਦਾ ਨਜ਼ਦੀਕ ਸੀਗੇ ਜਾਂ ਫਿਰ ਢੀਂਡਸਾ ਸਾਹਿਬ? ਨਹੀਂ, ਬਚਪਨ 'ਚ ਮੇਰੀ ਮਦਰ ਦੇ ਨਾਲ ਜ਼ਿਆਦਾ ਅਟੈਚਮੈਂਟ ਹੁੰਦੀ ਹੈ, ਨੈਚੁਰਲੀ, ਜਿਹੜਾ ਮੁੰਡਿਆਂ ਦੀ। ਹਾਂਜੀ। ਅਤੇ ਸਲੋਲੀ ਜਿਵੇਂ ਉਮਰ ਵਧੀ ਅਤੇ ਵਿਆਹ ਤੋਂ ਬਾਅਦ ਫਿਰ ਮੇਰੀ ਫਾਦਰ ਦੇ ਨਾਲ ਅਟੈਚਮੈਂਟ ਵੱਧ ਗਈ, ਅਤੇ ਫਿਰ ਮੈਂ ਇਹਨਾਂ ਦਾ ਦੋਨਾਂ ਨਾਲ ਹੀ ਮੇਰੀ ਬਰਾਬਰ ਦੀ ਤਕਰੀਬਨ ਅਟੈਚਮੈਂਟ। ਕਿਵੇਂ ਦਾ ਸੁਭਾਅ ਸੀ ਢੀਂਡਸਾ ਸਾਹਿਬ ਦਾ? ਗਰਮ ਸੁਭਾਅ ਦੇ ਆ ਤੁਸੀਂ ਤੁਹਾਡੇ ਨਾਲ ਜਾਂ ਕਿੱਦਾਂ ਸੀ? ਨਹੀਂ, ਬਹੁਤ ਗਰਮ ਸੁਭਾਅ ਦੇ ਨਹੀਂ, ਪਰ ਉਹਨਾਂ ਦੀ ਜਿਹੜੀ ਸ਼ਖਸੀਅਤ ਹੈ ਬੜੀ ਕਰੋਧਦਾਰ ਜਿਹੀ ਸ਼ਖਸੀਅਤ ਹੈ, ਸੋ ਉਹਦਾ ਇੱਕ ਸਟਰੋਂਗ ਪਰਸਨੈਲਿਟੀ ਹੋਣ ਦੇ ਨਾਤੇ ਮੈਨੂੰ ਦਾ ਸਾਡਾ ਥੋੜ੍ਹਾ ਜਿਹਾ ਬਚਪਨ ਦੇ ਵਿੱਚ ਅਸੀਂ ਕੋਈ ਬਹੁਤ ਫਾਦਰ ਦੇ ਨਾਲ ਬਾਹਲੇ ਖੁੱਲ੍ਹੇ ਹੋਏ ਨਹੀਂ ਸੀਗੇ। ਅੱਛਾ, ਬਹੁਤ ਜ਼ਿਆਦਾ ਕੋਈ ਗੱਲਾਂ ਨਹੀਂ ਸੀ ਕਰਦੇ, ਤਿੰਨੋਂ ਹੀ ਮੇਰੀਆਂ ਦੋਨੇ ਸਿਸਟਰਸ ਅਤੇ ਮੈਂ, ਮੇਰੀ ਸਾਰੀ ਸੋ ਇਸ ਲਈ ਉਹ ਜਦ ਅਸੀਂ ਵੱਡੇ ਹੋਏ ਵਿਆਹ ਤੋਂ ਬਾਅਦ ਫਿਰ ਥੋੜ੍ਹਾ ਥੋੜ੍ਹਾ, ਕਿਉਂਕਿ ਢੀਂਡ ਸਾਹਿਬ ਕੋਲ ਤੋਂ ਟਾਈਮ ਹੀ ਨਹੀਂ ਸੀ ਹੁੰਦਾ, ਅਤੇ ਹੌਲੀ ਹੌਲੀ ਜਿਹੜਾ ਹੈ ਚੇਂਜਸ ਆਈਆਂ ਅਤੇ ਸਾਡੇ ਰਿਲੇਸ਼ਨਸ਼ਿਪਸ ਵੀ ਚੇਂਜ ਆਈ, ਇਸ ਕਰਕੇ ਉਹ ਸਾਰਾ ਅਸੀਂ ਦੇਖਿਆ, ਥਰੂ ਮਹਿਸੂਸ ਕੀਤਾ ਜੀ। ਹੁਣ ਅੱਜ ਦਾ ਤੁਹਾਡਾ ਕੀ ਸ਼ਡਿਊਲ ਹੈਗਾ ਜੀ, ਕਿਹੜੇ ਕਿਹੜੇ ਪਿੰਡਾਂ 'ਚ ਜਾਣਾ? ਅੱਜ ਮੇਰੇ ਲਹਿਰੇ ਹਲਕੇ ਦੀ ਜਿਹੜਾ ਹੈ 13-14 ਪਿੰਡਾਂ ਦਾ ਦੌਰਾ ਰੱਖਿਆ ਹੋਇਆ ਜੀ, ਸੋ ਮੈਂ ਹੁਣ ਇਸ ਤੋਂ ਬਾਅਦ ਜਾਵਾਂਗਾ ਉੱਥੇ,
ਅਤੇ ਦੋ ਪ੍ਰੋਗਰਾਮ ਸ਼ਹਿਰ ਦੇ ਨੇ ਜੀ ਸ਼ਾਮ ਦੇ, ਅਤੇ ਫਿਰ ਤਕਰੀਬਨ 9 ਵਜੇ ਉੱਥੋਂ ਹੋਪਫੁਲੀ ਵਿਹਲਾ ਹੋ ਜਾਏਗਾ ਜੀ, 9-9:30 ਤੱਕ ਜੀ। ਫਿਰ ਮੈਂ ਇੱਥੇ ਆ ਕੇ ਕੁਛ ਲੋਕਾਂ ਨੂੰ ਟਾਈਮ ਦਿੱਤਾ ਹੋਇਆ ਮਿਲਣ ਦਾ ਸ਼ਾਮ ਨੂੰ, ਫਿਰ ਉਹਨਾਂ ਨੂੰ ਮਿਲਣਾ। ਆਪਾਂ ਖਾਣਾ ਖਾ ਰਹੇ ਹਾਂ, ਢੀਂਡਸਾ ਸਾਹਿਬ ਮੈਨੂੰ ਯਾਦ ਆ ਗਿਆ, ਚੀਜ਼ਾਂ ਦੀ ਜਿਹੜੀ ਮਿਲਾਵਟਖੋਰੀ ਹੈਗੀ ਆ ਉਹ ਬਹੁਤ ਵੱਡਾ ਕਹਿ ਲਓ ਤੁਸੀਂ ਕਿ ਧੱਬਾ ਲੱਗ ਚੁੱਕਿਆ ਸਾਡੇ ਸਪੈਸੀਫਿਕ ਪੰਜਾਬ 'ਤੇ, ਜਿਹਨੂੰ ਅਸੀਂ ਹਰੀ ਕ੍ਰਾਂਤੀ ਕਹਿੰਦੇ ਸੀ, ਕਿਤੇ ਕਹਿੰਦਾ ਕਿਤੇ ਉਹ ਸਾਰੀ ਕ੍ਰਾਂਤੀ ਨੇ ਹੀ ਮਾਹੌਲ ਬੜਾ ਖਰਾਬ ਕਰ ਦਿੱਤਾ। ਤੁਸੀਂ ਸਰਕਾਰ 'ਚ ਰਹੇ ਹੋ ਲੰਬਾ ਸਮਾਂ, MLA ਵੀ ਰਹੇ ਹੋ, ਇਹ ਚੀਜ਼ਾਂ ਦਾ ਸਿਆਸਤਦਾਨ ਚਿੰਤਨ ਕਰਦੇ ਆ ਇਕੱਲੇ ਬੈਠੇ ਵੀ ਹਾਂ ਭਾਈ ਰੋਟੀ ਤਾਂ ਆਪਾਂ ਵੀ ਉਸੇ ਅੱਟ ਦੀ ਖਾਣੀ ਹੈ, ਉਹ ਬਹੁਤ ਜ਼ਿਆਦਾ ਖਰਾਬ ਹੋ ਰਿਹਾ, ਦਵਾਈਆਂ ਸਪਰੇਆਂ, ਪਾਣੀ ਪੀਣ ਨੂੰ ਸ਼ੁੱਧ ਨਹੀਂ ਆ, ਹਵਾ ਜਿਹੜੀ ਆਕਸੀਜਨ ਲੈਣ ਨੂੰ ਸ਼ੁੱਧ ਨਹੀਂ ਰਹੇਗੀ। ਦੇਖੋ ਹੈਗੀਆਂ ਨੇ ਪਰ ਦੋ ਚੀਜ਼ਾਂ ਹੁੰਦੀਆਂ, ਇਹਦੇ 'ਚ ਤੁਸੀਂ ਜਦ ਕਿਸਾਨ ਦੇ ਹਾਲਾਤ ਦੇਖਦੇ ਹੋ, ਆਖਿਰ ਇਹਨੂੰ ਚੀਜ਼ ਨੂੰ ਤੁਹਾਨੂੰ ਇੰਪਲੀਮੈਂਟ ਕਰਨ ਵਾਸਤੇ ਕਿਸਾਨ ਹੀ ਕਰ ਸਕਦਾ, ਬਿਲਕੁਲ ਸਹੀ ਗੱਲ, ਸਰਕਾਰ ਉਹਨੂੰ ਪ੍ਰੈਸ਼ਰ ਪਾਏਗੀ ਜਾਂ ਜਿਸ ਤਰ੍ਹਾਂ ਵੀ ਉਹਨੂੰ, ਜਾਂ ਤਾਂ ਤੁਸੀਂ ਜ਼ਿਮੀਂਦਾਰ ਨੂੰ ਜਿਹੜਾ ਹੈ ਉਹ ਸਾਧਨ ਮੁਹੱਈਆ ਕਰਾਓ। ਨਹੀਂ ਮੈਂ ਜਿਵੇਂ ਆਸਟ੍ਰੇਲੀਆ ਗਿਆ, ਆਸਟ੍ਰੇਲੀਆ ਉੱਥੇ ਗਰੇਵਾਲ ਫਾਰਮ ਆਪਣੇ ਪੰਜਾਬੀ ਹੈਗੇ ਆ, ਉਹ ਆਟਾ ਬਣਾ ਕੇ ਅਤੇ ਸਪਲਾਈ ਕਰਦੇ ਆ, ਵੈਸੇ ਵੀ ਹੋਰ ਕਈ ਤਰ੍ਹਾਂ ਦੇ ਫਰੂਟਸ ਜਿਹੜੇ ਪੈਦਾ ਕਰਦੇ ਆ। ਉਹ ਕਹਿੰਦੇ ਕਿ ਸਾਡੇ ਜਿਹੜਾ ਇੱਥੇ ਐਗਰੀਕਲਚਰ ਸਿਸਟਮ ਹੈ ਉਹਦੇ 'ਚ ਕਹਿੰਦੇ ਕਿ ਉਹਨਾਂ ਨੇ ਪੈਰਾਮੀਟਰਸ ਹੈਗੇ ਆ ਕਿ ਜੇਕਰ ਤੁਹਾਡੀ 1 ਏਕੜ ਫਸਲ ਹੈ ਤਾਂ ਉਹ ਜਿਹੜਾ ਐਗਰੀਕਲਚਰ ਡਿਪਾਰਟਮੈਂਟ ਹੈ ਉਹਨੇ 19 ਹੀ ਸਪਰੇਅ ਜਿਹੜੀ ਹੈ ਉਹਨਾਂ ਨੂੰ ਸਪਲਾਈ ਕਰਨੀ ਹੈ, ਮਤਲਬ 19 ਖਰੀਦ ਸਕਦੇ ਆ। ਪਰ ਸਾਡੇ ਤਾਂ ਇੱਥੇ ਕੋਈ ਸਿਸਟਮ ਹੀ ਨਹੀਂ ਹੈ ਜੀ, ਜੇ ਕੋਈ 5 ਏਕੜ ਦਾ ਮਾਲਕ ਆ ਤਾਂ 25 ਏਕੜ ਦੀ ਦਵਾਈ ਵੀ ਲਿਆ ਸਕਦਾ। ਦੇਖੋ ਉੱਥੇ ਜਿਹੜਾ ਹੈ ਸਿਸਟਮ ਕਿਉਂ ਹੈ, ਕਿਉਂਕਿ ਉੱਥੇ ਜਿਹੜੀ ਸਕੇਲ ਆਫ ਫਾਰਮਿੰਗ ਬਹੁਤ ਵੱਡਾ, ਉੱਥੇ ਫਾਰਮਿੰਗ ਦੀ ਵਾਇਬਿਲਿਟੀ ਵੀ ਹੈ। ਯੈਸ, ਜ਼ਮੀਨਾਂ ਬਹੁਤ ਮਹਿੰਗੀਆਂ ਨਹੀਂ ਹੈਗੀਆਂ ਅਤੇ ਲਾਰਜ ਸਕੇਲ ਹੋਣ ਕਰਕੇ ਵਾਇਬਿਲਿਟੀ ਹੈ। ਆਪਣੇ ਜਿਹੜਾ ਬਹੁਤਾ ਜ਼ਿਮੀਂਦਾਰ ਛੋਟਾ ਹੈ ਜੀ, ਉਹ ਵਿਚਾਰਾ ਹੈਂਡ ਟੂ ਮਾਊਥ ਹੈ, ਉਹਨੂੰ ਜੇ ਅਸੀਂ ਕਹੀਏ ਵੀ ਕੱਲ੍ਹ ਨੂੰ ਅਸੀਂ ਉਹਦੇ 'ਤੇ ਰਿਸਟ੍ਰਿਕਸ਼ਨ ਲਾਈਏ, ਉਹਦੀ ਝਾੜ ਘੱਟਦਾ, ਉਹਦੇ ਆਮਦਨ ਘੱਟਦੀ ਹੈ, ਤਾਂ ਫਿਰ ਜਿਹੜਾ ਹੈ ਮੈਂ ਸਮਝਦਾ ਉਹਨੂੰ ਇੱਕ ਡੈਡ ਸਾਈਕਲ ਦੇ ਵਿੱਚ ਫਸ ਜਾਏਗਾ। ਸੋ ਇਹ ਜਿਹੜਾ ਪ੍ਰੋਸੈਸ ਹੈ ਇਹਨੂੰ ਤੁਸੀਂ ਇੱਕੋ ਦਮ ਇਨਫੋਰਸ ਨਹੀਂ ਕਰ ਸਕਦੇ, ਇਹਨੂੰ ਹੌਲੀ 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 ਫਾਰਮਰ ਨੂੰ ਕਨਵਿੰਸ ਕਰਕੇ ਉਹਨਾਂ ਨੂੰ ਫਿਰ ਹੀ ਸਾਰਾ ਕੁਛ ਕੀਤਾ ਜਾ ਸਕਦਾ। ਕੁਛ ਤੁਸੀਂ ਗਵਰਨਮੈਂਟ ਵੱਲੋਂ ਸਪੋਰਟ ਮਿਲੇ, ਕੁਛ ਤੁਸੀਂ ਉਹਨਾਂ ਨੂੰ ਕਨਵਿੰਸ ਕਰੋ, ਉਹਨਾਂ ਦੀ ਅਤੇ ਜਿਹੜੀ ਹੈ ਪ੍ਰੋਪਰ ਟ੍ਰੇਨਿੰਗ ਦਿਓ ਜਾਂ ਉਹਨਾਂ ਨੂੰ ਜਾਣਕਾਰੀ ਦਿਓ ਤਾਂ ਕਿ ਉਹ ਖੁਦ ਬ ਖੁਦ ਅਪਣਾਉਣ। ਜੇ ਤੁਸੀਂ ਫੋਰਸ ਕਰਦੇ ਹੋ ਤਾਂ ਮੈਂ ਸਮਝਦਾ ਇਹ ਕਿਸਾਨ ਦੇ ਵਾਸਤੇ ਕਈ ਚੀਜ਼ਾਂ ਜਿਹੜੀਆਂ ਕਿਸੇ ਸਟੇਜ 'ਤੇ ਬੜੀਆਂ ਔਖੀਆਂ ਹੋ ਜਾਂਦੀਆਂ। ਅਤੇ ਆਪਾਂ ਇੱਕ ਪਾਸੇ ਤਾਂ ਫਾਰਮ ਸੁਸਾਈਡ ਦੀ ਗੱਲ ਕਰਦੇ ਹਾਂ, ਕਰਜ਼ੇ ਦੀ ਗੱਲ ਕਰਦੇ ਹਾਂ ਵੀ ਕਿਸਾਨ ਕਰਜ਼ਈ ਹੋਇਆ ਪਿਆ। ਸੋ ਉਹਦਾ ਜਿਹੜਾ ਐਗਰੀਕਲਚਰ ਦਾ ਮਾਰਜਨ ਹੈ ਬਹੁਤ ਥੋੜ੍ਹਾ ਮਾਰਜਨ ਹੈ। ਸੋ ਜੇ ਉਹ ਵੀ ਅਸੀਂ ਖਾ ਲਿਆ ਜੀ ਜਾਂ ਤੁਸੀਂ ਉਹਨੂੰ ਫੋਰਸ ਕਰਕੇ ਕਿਸੇ ਤਰੀਕੇ ਨਾਲ, ਤਾਂ ਫਿਰ ਹਾਲਾਤ ਖਰਾਬ ਹੋ ਸਕਦੇ ਆ। ਸੋ ਇਸ ਲਈ ਉਰੇ ਜਿਹੜੀਆਂ ਸਰਕਾਰਾਂ ਨੂੰ ਬੜਾ ਸੋਚ ਵਿਚਾਰ ਕੇ ਚੱਲਣਾ ਪੈਂਦਾ। ਉੱਥੇ ਤਾਂ ਜਿਹੜਾ ਐਗਰੀਕਲਚਰ ਹੈਗਾ ਸਿਰਫ 2-3% ਲੋਕ ਕਰਦੇ ਪੂਰੇ ਦੇਸ਼ ਦੀ ਆਬਾਦੀ 'ਚੋਂ, 2-3%। ਉਰੇ ਮੈਨੂੰ ਲੱਗਦਾ 40% ਲੋਕ ਤੋਂ ਵੱਧ ਖੇਤੀਬਾੜੀ 'ਚ ਲੱਗੇ ਹੋਏ ਆ। ਸੋ ਇਹ ਚੀਜ਼ਾਂ ਨੇ ਜਿਹੜੀਆਂ ਇਹਨਾਂ ਨੂੰ ਜੇ ਆਪਾਂ ਕਈ ਉਹਨਾਂ ਦੇ ਨਾਲ ਆਪਾਂ ਜੋੜ ਕੇ ਦੇਖ ਸਕਦੇ ਹਾਂ, ਉਹਨਾਂ ਨੂੰ ਦੇਖਣਾ ਚਾਹੀਦਾ ਵੀ ਨਹੀਂ ਅਤੇ ਜਾਇਆ ਵੀ ਨਹੀਂ ਜਾ ਸਕਦਾ। ਸੋ ਕਿਸਾਨਾਂ ਦੀ ਆਪਦੀਆਂ ਕੋਈ, ਦੇਖੋ ਜ਼ਿਮੀਂਦਾਰ ਕੋਈ ਨਹੀਂ ਚਾਹੁੰਦਾ ਵੀ ਮੈਂ ਰੇਸ ਪਰੇ ਵੱਧ ਪਾਵਾਂ, ਬਿਲਕੁਲ, ਕਿਉਂਕਿ ਉਹਨੂੰ ਪਤਾ ਵੀ ਮੈਂ ਵੀ ਖਾਣਾ, ਮੇਰੇ ਜਵਾਕਾਂ ਨੇ ਵੀ ਖਾਣਾ ਜੀ। ਉਹ ਨਹੀਂ ਚਾਹੁੰਦਾ ਵੀ ਉਹ ਅੱਗ ਲਾਵੇ, ਕਿਉਂਕਿ ਸਭ ਤੋਂ ਪਹਿਲਾਂ ਜੇ ਉਹ ਧੂੰਏ ਨੂੰ ਕਿਸੇ ਦੇ ਜਿਹੜਾ ਹੈ ਲੰਗਸ ਦੇ ਵਿੱਚ ਜਾਣਾ ਤਾਂ ਉਹ ਜ਼ਿਮੀਂਦਾਰ ਦੇ ਬੱਚਿਆਂ ਦੇ ਤਾਂ ਆਪਦੇ 'ਚ ਜਾਣਾ ਜਿਹਨੇ ਉੱਥੇ ਖੜ ਕੇ ਕਦੇ ਅੱਗ ਲਾਊਗਾ ਜੀ। ਸੋ ਸਭ ਤੋਂ ਪਹਿਲਾਂ ਉਹਨੇ ਪ੍ਰਭਾਵਿਤ ਹੋਣਾ, ਬਿਮਾਰੀ ਵੀ ਸਭ ਤੋਂ ਪਹਿਲਾਂ ਉਹਨੂੰ ਚਿੰਬੜਨੀ ਹੈ, ਇਹ ਉਹਨੂੰ ਜਾਣਕਾਰੀ ਹੈ ਪਰ ਫਿਰ ਵੀ ਉਹਦੀ ਮਜਬੂਰੀ ਹੈ, ਆਪਾਂ ਦੇਖੋ। ਸੋ ਸਰਕਾਰ ਨੂੰ ਹੌਲੀ 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 ਇਹ ਸਲੋ ਐਂਡ ਸਟੱਡੀ ਪ੍ਰੋਸੈਸ ਦੇ ਨਾਲ ਹੀ ਜਿਹੜਾ
ਕਿਸਾਨ ਨੂੰ ਕਨਵਿੰਸ ਕੀਤਾ ਜਾ ਸਕਦਾ, ਮੇਰੀ ਤਾਂ ਮੰਗਣਾ ਹੈ ਜੀ। ਤੁਸੀਂ ਬ੍ਰੇਕਫਾਸਟ ਕੰਪਲੀਟ ਕਰੋ ਜੀ, ਆਪਾਂ ਫਿਰ ਹਲਕੇ ਚੱਲਦੇ ਹਾਂ। ਬ੍ਰੇਕਫਾਸਟ ਕਰਦੇ ਆ ਢੀਂਡਸਾ ਸਾਹਿਬ ਦੀ ਮਾਤਾ ਜੀ ਨਾਲ ਗੱਲ ਕਰਦੇ। ਮਾਤਾ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬੇਟੇ, ਸਤਿ ਸ਼੍ਰੀ ਅਕਾਲ। ਤੁਸੀਂ ਕਿਵੇਂ ਦਾ ਮਹਿਸੂਸ ਕਰਦੇ ਹੋ? ਪਰਮਿੰਦਰ ਹੋਰਾਂ ਨੇ ਸਿਆਸਤ 'ਚ ਕਾਫੀ ਨਾਂ ਕਮਾਇਆ, ਫਾਈਨਾਂਸ ਮਿਨਿਸਟਰ ਕਈ ਵਾਰ, MLA ਵੀ ਰਹੇ ਆ, ਤੁਸੀਂ ਕਿਸ ਤਰ੍ਹਾਂ ਵੇਖਦੇ ਹੋ? ਮੈਂ ਐਦੂ ਵੱਡੀ ਹੋਰ ਕੀ ਖੁਸ਼ੀ ਹੈ ਜਿਹਦਾ ਬੱਚਾ 5 ਵਾਰ MLA ਬਣ ਗਿਆ ਹੋਵੇ ਅਤੇ ਹੁਣ MP ਦੀ ਚੋਣ ਲੜ ਰਿਹਾ ਹੈਗਾ, ਅਤੇ ਮਾਂ ਪਿਓ ਵਾਸਤੇ ਹੋਰ ਇੱਦੂ ਵੱਡੀ ਕੀ ਗੱਲ ਹੈਗੀ? ਅਤੇ ਬਾਕੀ ਤਾਂ ਫਿਰ ਹੁਣ ਸਾਰੀਆਂ ਗੱਲਾਂ ਇੱਦੂ ਹੇਠ ਹੀ ਨੇਗੀਆਂ। ਹੁਣ ਤਾਂ ਪਰਮਿੰਦਰ ਤਾਂ ਬਹੁਤ ਸੂਝਵਾਨ ਅਤੇ ਸੁਲਝਿਆ ਹੋਇਆ ਅਤੇ ਬੜਾ ਸਿਆਣਾ ਨਜ਼ਰ ਆਉਂਦਾ। ਪਰਮਿੰਦਰ ਹੋਰਾਂ ਬਾਰੇ ਸਿਆਸਤ 'ਚ ਵੀ ਕਿਹਾ ਜਾਂਦਾ ਕਿ ਉਹ ਬਹੁਤ ਘੱਟ ਬੋਲਦੇ ਆ, ਮਤਲਬ ਪਹਿਲਾਂ ਤੋਲਦੇ ਆ ਫਿਰ ਬੋਲਦੇ ਆ। ਛੋਟਾ ਹੁੰਦਾ ਪਰਮਿੰਦਰ ਕਿੱਦਾਂ ਦਾ ਸੀ? ਛੋਟੇ ਹੁੰਦੇ ਦੀ ਵੀ ਉਹਦੀ ਇਹੀ ਜਿਹੀ ਆਦਤ ਸੀਗੀ, ਕਿਸੇ ਨਾਲ ਸਕੂਲ 'ਚ ਨਾ ਲੜਾਈ ਨਾ ਝਗੜਾ, ਨਾ ਕਦੇ ਕੋਈ ਸਕੂਲ 'ਚੋਂ ਅਲੰਭ ਆਇਆ ਸੀ ਇਹਦਾ, ਨਾ ਕਦੇ ਕੋਈ ਗਾਹਾਂ ਕਾਲਜ 'ਚੋਂ, ਨਾ ਕਦੇ ਕੋਈ ਮਤਲਬ ਗਾਹਾਂ ਇਹਨੇ MBA ਕਰੀਏ ਉੱਥੋਂ। ਮਤਲਬ ਇਹ ਹੈ ਇਹਨੇ ਜਿੰਨੇ ਵੀ ਬਣਾਏ ਨੇ ਆਪਦੇ ਦੋਸਤ ਬਣਾਏ ਨੇ, ਕਦੇ ਕਿਸੇ ਨਾਲ ਕਦੇ ਵੀ ਝਗੜਾ ਨਹੀਂ ਕਰਿਆ। ਕੋਈ ਸ਼ਰਾਰਤ ਯਾਦ ਆ ਤੁਹਾਨੂੰ ਪਰਮਿੰਦਰ? ਨਾ ਨਾ, ਮੈਂ ਤਾਂ ਜੇ ਸ਼ਰਾਰਤ ਕਰੀ ਹੋਊ ਤਾਂ ਹੀ ਯਾਦ ਹੋਊਗੀ, ਕਦੇ ਕੋਈ ਸ਼ਰਾਰਤ ਨਹੀਂ। ਜਿਹੜਾ ਚੀਜ਼ ਜਿਹੜੀ ਖਾਣ ਨੂੰ ਦੇ ਦੇਣਾ ਖਾ ਲੈਣਾ, ਜਿਹੜਾ ਪਹਿਨਣ ਨੂੰ ਦੇ ਦੇਣਾ ਪਹਿਨ ਲੈਣਾ। ਵੀ ਸ਼ੁਰੂ ਤੋਂ ਹੀ ਇਹ ਮੈਂ ਤਾਂ ਹੀ ਸਮਝਦੀ ਹਾਂ ਵੀ ਇਹ ਇੱਕ ਰੱਬ ਦੀ ਹੀ ਦਾਤ ਹੈ। ਇਹ ਮੇਰੀ ਵੱਡੀ ਬੇਟੀ ਤੋਂ 9.5 ਸਾਲ ਛੋਟਾ ਹੈ। ਮੈਂ ਬਹੁਤ ਪਾਠ ਕਰਦੀ ਹੁੰਦੀ ਸੀ ਅਤੇ ਮਨ 'ਚ ਵੀ ਹੁੰਦਾ ਹੀ ਹੈ ਵੀ ਬੱਚਾ ਹੋਵੇ ਅਤੇ ਵਾਹਿਗੁਰੂ ਦਾਤ ਬਖਸ਼ੇ। ਗੁਰੂ ਨਾਨਕ ਦੇਵ ਜੀ ਨੇ ਆ ਕੇ ਮੇਰੇ ਸਿਰ 'ਤੇ ਹੱਥ ਰੱਖ ਕੇ ਕਹਿੰਦੇ, ਬੀਬੀ ਹੁਣ ਤੈਨੂੰ ਕਿਸੇ ਚੀਜ਼ ਦੀ ਘਾਟ ਨਹੀਂ ਰਹਿਣੀ। ਉਦੋਂ ਬਾਅਦ ਇਹ ਨਾਲ ਦੀ ਨਾਲ ਹੀ ਇਹਦਾ ਜਨਮ ਹੋਇਆ ਹੈ। ਇਹ ਨਾਂ ਕਿਹਨੇ ਰੱਖਿਆ ਸੀ ਪਰਮਿੰਦਰ? ਨਾ ਇਹਦਾ ਗੁਰੂ ਗ੍ਰੰਥ ਸਾਹਿਬ ਦਾ ਪਾਠ, ਜਦੋਂ 2 ਮਹੀਨਿਆਂ ਦੀ ਅਸੀਂ ਇਹ ਅਖੰਡ ਪਾਠ ਸਾਹਿਬ ਕਰਾਇਆ ਸੀ, ਉਹਦੇ ਵਿੱਚ ਇਹਦਾ ਨਾਂ ਪਹਿਲਾ ਅੱਖਰ ਪੱਪਾ ਨਿਕਲਿਆ ਸੀ ਅਤੇ ਬਸ ਫਿਰ ਸਾਰੇ ਹੀ ਵੀ ਪਰਮਿੰਦਰ ਨਾਂ ਰੱਖ ਲਿਆ। ਹਾਂ, ਬਸ ਉਹ ਨਾਂ ਸਾਰਿਆਂ ਨੇ ਰਲ ਮਿਲ ਕੇ ਹੀ ਰੱਖਿਆ ਸੀਗਾ। ਹੁਣ ਤੁਹਾਡਾ ਬੇਟਾ ਇਲੈਕਸ਼ਨ ਲੜ ਰਿਹਾ, ਸੁਭਾਵਿਕ ਤੌਰ 'ਤੇ ਮਾਂ ਦਾ ਕਾਲਜਾ ਕਹਿੰਦੇ ਸਭ ਤੋਂ ਵੱਧ ਧੜਕਦਾ ਹੁੰਦਾ, ਹੁਣ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ? ਮੈਂ ਤਾਂ ਵਾਹਿਗੁਰੂ ਅੱਗੇ ਹੀ ਅਰਦਾਸ ਕਰਦੀ ਹਾਂ ਵੀ ਸੱਚੇ ਪਾਤਸ਼ਾਹ ਜਿਵੇਂ ਪਹਿਲਾਂ ਬੇੜੀ ਬੰਨੇ ਲਾਉਂਦਾ ਰਿਹਾ, ਹੁਣ ਵੀ ਲਾਈ ਅਤੇ ਸਾਰਿਆਂ ਨੂੰ ਨਾਲ ਜੋੜੀ ਅਤੇ ਸਾਰਿਆਂ 'ਚ ਹਿੰਮਤ ਬਖਸ਼ੀ ਜਿਹੜੇ ਵਰਕਰ ਨੇਗੇ, ਅਤੇ ਸੋ ਵੀ ਤੂੰ ਦਾਤਾ ਕਾਮਯਾਬੀ ਬਖਸ਼ੀ। ਕਹਿੰਦੇ ਕੋਈ ਬੇਟਾ ਗਲਤੀ ਕਰਦਾ ਤਾਂ ਮਾਂ ਪਰਦਾ ਪਾਉਂਦੀ ਆ, ਪਿਓ ਪੁੱਤ 'ਚ ਮਾੜੀ ਮੋਟੀ ਨਾਰਾਜ਼ਗੀ ਹੈ ਤਾਂ ਮਾਂ ਸੁਲਾ ਕਰਵਾਊਗੀ? ਮੈਨੂੰ ਤਾਂ ਲੱਗਦਾ ਕੋਈ ਨਾਰਾਜ਼ਗੀ ਕਦੇ ਕਿਸੇ ਨਾਲ ਇਹਦੀ ਹੋਈ ਹੋਈ ਨਹੀਂ। ਚਾਹੇ ਇਹਦਾ ਕੋਈ ਨੁਕਸਾਨ ਵੀ ਕਰਦੇ ਫਿਰ ਵੀ ਚੁੱਪ ਕਰ ਜਾਂਦਾ ਹੈ, ਮਤਲਬ ਵੀ ਇਹਦਾ ਇਹੋ ਜਿਹਾ ਸੁਭਾਅ ਹੈਗਾ ਵੀ ਕਦੇ ਕਿਸੇ ਦੇ ਅੱਗੇ ਆ ਕੇ ਇਹਨੇ ਲੜਨਾ ਨਹੀਂ, ਬਸ ਵਾਹਿਗੁਰੂ ਦੀ ਉਹ ਸਮਝੋ ਤੁਸੀਂ ਇਹ ਦਾਤ। ਥੈਂਕ ਯੂ।
ਢੀਂਡਸਾ ਸਾਹਿਬ ਦੇ ਨਾਲ ਅਸੀਂ ਹਲਕੇ 'ਚ ਨਿਕਲ ਪਏ ਹਾਂ। ਬਖੋਰਾ ਪਿੰਡ ਜਿਹੜਾ ਹੈਗਾ ਇਹਨਾਂ ਦਾ ਪਹਿਲਾ ਪ੍ਰੋਗਰਾਮ, ਉਸ ਤੋਂ ਪਹਿਲਾਂ ਕੁਝ ਲੋਕਾਂ ਨੂੰ ਇਹਨਾਂ ਨੇ ਮਿਲਣਾ ਵੀ ਹੈ। ਢੀਂਡਸਾ ਸਾਹਿਬ ਮਾਹੌਲ ਕੀ ਨਜ਼ਰ ਆਉਂਦਾ ਪ੍ਰਚਾਰ 'ਚ ਤੁਸੀਂ ਉਤਰ ਪਏ? ਦੇਖੋ ਹਜੇ ਤਕਰੀਬਨ ਮਹੀਨੇ ਤੋਂ ਉੱਤੇ ਦਾ ਸਮਾਂ ਪਿਆ ਚੋਣ ਪ੍ਰਚਾਰ ਦਾ, ਹਜੇ ਸਾਰੀ ਗੱਲ ਮੈਂ ਹਿਸਾਬ ਨਾਲ 10-15 ਦਿਨ ਤੱਕ ਨਿਖਰ ਕੇ ਆਈ ਜੀ। ਭਾਵੇਂ ਕੋਈ ਕੁਛ ਕਹੀ ਜਾਵੇ ਜੇ ਹਜੇ ਕੋਈ ਕਲੈਰਿਟੀ ਸਾਨੂੰ, ਪਰ ਇੱਕ ਗੱਲ ਹੈ ਵੀ ਜੋ ਲੋਕਾਂ ਦਾ ਰਿਸਪੋਂਸ ਹੈ ਉਹ ਬਹੁਤ ਵਧੀਆ ਲੱਗ ਰਿਹਾ। ਸੋ ਪਰ ਮੈਂ ਸਮਝਦਾ ਹਜੇ ਟੂ ਅਰਲੀ ਟੂ ਸੇ ਵੀ ਕੀ ਹਾਲਾਤ ਬਣਦੇ ਨੇ। ਹਾਲ ਦੀ ਘੜੀ ਤੁਸੀਂ ਆਪਣੇ ਆਪ ਨੂੰ ਕਿੱਥੇ 'ਚ ਵੇਖਦੇ ਹੋ, ਕਮਜ਼ੋਰ ਉਮੀਦਵਾਰ ਵੇਖਦੇ ਹੋ ਜਾਂ ਬਹੁਤ ਮਜ਼ਬੂਤ? ਨਹੀਂ ਮੈਂ ਤਾਂ ਦੇਖੋ ਸਹੀ ਗੱਲ ਦੱਸਾਂ, ਮੈਂ ਤਾਂ ਹਮੇਸ਼ਾ ਜਦ ਚੋਣ ਲੜੀ ਆਪਦੇ ਆਪ ਨੂੰ ਕਮਜ਼ੋਰ ਉਮੀਦਵਾਰ ਸਮਝ ਕੇ ਸ਼ੁਰੂ ਕਰਦਾ, ਅਤੇ ਬਾਕੀ ਜਿਹੜੇ ਉਮੀਦਵਾਰਾਂ ਦੀਆਂ ਸਾਰੀਆਂ ਦੀ ਸਟਰੈਂਥਸ ਦੇਖ ਕੇ ਉਹਦੇ ਮੁਤਾਬਕ ਆਪਣੀ ਜਿਹੜੀ ਹੈ ਤਿਆਰੀ, ਕਿਉਂਕਿ ਜੇ ਤੁਸੀਂ ਆਪਦੇ ਆਪ ਨੂੰ ਤਕੜਾ ਸਮਝਦੇ ਹੋ ਤਾਂ ਫਿਰ ਤਾਂ ਤੁਸੀਂ ਪਹਿਲੇ ਦਿਨ ਹੀ ਅੱਧੀ ਲੜਾਈ ਹਾਰ ਕੇ ਤੁਸੀਂ ਮਿਹਨਤ ਨਹੀਂ ਕਰੋਗੇ। ਜੋ ਸਾਡੇ ਅੱਜ ਵੀ ਮੈਂ ਮਹਿਸੂਸ ਕਰਦਾ ਵੀ ਕਾਫੀ ਜਿਹੜਾ ਹੈ ਸਾਡੇ ਜਿਹੜੇ ਵੀਕ ਏਰੀਆਜ਼ ਨੇ ਉਹਨਾਂ ਨੂੰ ਅਸੀਂ ਐਡਰੈਸ ਕਰ ਰਹੇ ਹਾਂ। ਕੈਂਡੀਡੇਟਸ ਤਾਂ ਬਹੁਤ ਆਲਰੇਡੀ ਚੋਣ ਮੈਦਾਨ 'ਚ ਹੈ ਕਿਉਂਕਿ ਪਾਰਟੀਆਂ ਬਹੁਤ ਹੋ ਗਈਆਂ, ਤੁਸੀਂ ਵੈਸੇ ਮੁਕਾਬਲਾ ਕਿਹੜੀਆਂ ਧਿਰਾਣਾ ਮੰਨਦੇ ਹੋ ਆਪਦਾ? ਤਾਂ ਮੈਨੂੰ ਜੋ ਲੱਗਦਾ ਹੈਗਾ ਵੀ ਜੋ ਕਾਂਗਰਸ ਅਤੇ ਅਕਾਲੀ ਦਲ ਤਾਂ ਰਵਾਇਤੀ ਪਾਰਟੀਆਂ, ਇਹਨਾਂ ਦਾ ਹੈ ਹੀ ਹੈ, ਇੱਕ ਆਮ ਆਦਮੀ ਪਾਰਟੀ ਕਿਉਂਕਿ ਉਹਨਾਂ ਦੇ ਜਿਹੜੇ ਨੇ ਸਟੇਟ ਦੇ ਲੀਡਰ ਭਗਵੰਤ ਮਾਨ ਇੱਥੋਂ ਲੜ ਰਹੇ ਨੇ। ਸੋ ਮੁੱਖ ਮੁਕਾਬਲਾ ਮੇਰੇ ਹਿਸਾਬ ਨਾਲ ਤਿੰਨਾਂ ਤਿੰਨਾਂ 'ਚ ਹੋਊਗਾ। ਢੀਂਡਸਾ ਸਾਹਿਬ ਪਹਿਲਾਂ ਇੱਥੋਂ 2 ਵਾਰ ਹਾਰੇ ਹੈ, ਤੁਹਾਨੂੰ ਉਹਨਾਂ ਦੇ ਇੱਥੇ ਵਿਚਰਨ ਦਾ ਲਾਹਾ ਮਿਲੂਗਾ ਜਾਂ ਫਿਰ ਕੀ ਲੱਗਦਾ ਤੁਹਾਨੂੰ? ਦੇਖੋ ਲਾਹਾ ਤਾਂ ਸਾਨੂੰ ਜ਼ਰੂਰ ਮਿਲੇਗਾ ਕਿਉਂਕਿ ਲੋਕ ਸਾਨੂੰ ਜਾਣਦੇ ਹੈ, ਲੋਕਾਂ ਨੂੰ ਸਾਡੇ ਬਾਰੇ ਸਾਰਾ ਕੁਛ ਪਤਾ ਹੈ, ਅਤੇ ਤਕਰੀਬਨ ਹਰ ਪਿੰਡ ਦੇ ਵਿੱਚ ਹੀ ਸਾਡੇ ਆਪਦੇ ਡਾਇਰੈਕਟ ਲਿੰਕ ਨੇ, ਸੰਬੰਧ ਨੇ। ਸੋ ਉਹ ਚੀਜ਼ ਦਾ ਫਾਇਦਾ ਤਾਂ ਹੈ ਹੀ ਹੈ, ਇਸ 'ਚ ਤਾਂ ਕੋਈ ਦੋ ਰਾਏ ਨਹੀਂ। ਟਿਕਟ ਨੂੰ ਲੈ ਕੇ ਬੜੀ ਕਸ਼ਮਕਸ਼ ਚੱਲਦੀ ਜਦੋਂ ਪਹਿਲਾਂ ਢੀਂਡਸਾ ਸਾਹਿਬ ਦੀ ਨਾਰਾਜ਼ਗੀ ਦੀਆਂ ਖਬਰਾਂ ਆਈਆਂ ਕਿ ਢੀਂਡਸਾ ਸਾਹਿਬ ਪਾਰਟੀ ਤੋਂ ਨਾਰਾਜ਼ ਚੱਲ ਰਹੇ ਹੈ, ਉਹਨਾਂ ਨੇ ਤੁਹਾਨੂੰ ਮਸ਼ਵਰਾ ਵੀ ਦਿੱਤਾ ਸੀ ਕਿ ਪਰਮਿੰਦਰ ਨੂੰ ਇਲੈਕਸ਼ਨ ਨਹੀਂ ਲੜਨੀ ਚਾਹੀਦੀ, ਇਹਦੇ ਬਾਵਜੂਦ ਬਾਪੂ ਦੇ ਫੈਸਲੇ ਤੋਂ ਉਲਟ ਕਿਉਂ ਜਾਣਾ ਪਿਆ? ਨਹੀਂ, ਬਾਪੂ ਜੀ ਦੇ ਫੈਸਲੇ ਦੇ ਉਲਟ ਨਹੀਂ, ਇਹ ਜਿਵੇਂ ਉਹਨਾਂ ਦੀ ਰਾਏ ਸੀ, ਉਹਨਾਂ ਨੇ ਮੈਨੂੰ ਕਿਹਾ ਜੋ ਮੈਂ ਆਪਦੀ ਚੀਕ ਸਮਝੀ, ਮੈਂ ਪਾਰਟੀ ਨੂੰ ਬੇਨਤੀ ਕੀਤੀ ਸੀ ਵੀ ਜੇ ਮੇਰੇ ਤੋਂ ਬਿਨਾਂ ਕਿਸੇ ਨੂੰ ਤੁਸੀਂ ਲਾ ਦਿਓ ਮੈਂ ਪੂਰੀ ਮਦਦ ਕਰਾਂਗਾ, ਅਤੇ ਕਿਸੇ ਤਰ੍ਹਾਂ ਦਾ ਕੋਈ ਕਮੀ ਨਹੀਂ ਛੱਡਾਂਗਾ ਚੋਣ ਦੇ ਵਿੱਚ। ਪਰ ਪਾਰਟੀ ਨੇ ਫਿਰ, ਪ੍ਰਧਾਨ ਸਾਹਿਬ ਨੇ ਮੈਨੂੰ ਹਦਾਇਤ ਕੀਤੀ ਵੀ ਤੈਨੂੰ ਚੋਣ ਲੜਨੀ ਚਾਹੀਦੀ ਹੈ ਅਤੇ ਲੜਨੀ ਪੈਣੀ ਹੈ। ਸੋ ਮੈਂ ਉਹਨਾਂ ਦਾ ਕਿਸੇ ਨੂੰ ਫਿਰ ਸਾਰੇ 'ਤੇ ਵਿਚਾਰ ਕੀਤਾ, ਢੀਂਡਸਾ ਸਾਹਿਬ ਨੂੰ ਮੈਂ ਸਾਰੀ ਗੱਲ ਦੱਸੀ, ਅਤੇ ਉਹਨੂੰ ਕਿਹਾ ਵੀ ਦੇਖੋ ਪਾਰਟੀ ਦੇ ਵਿੱਚ ਤਕਰੀਬਨ ਸਾਡੇ ਪਰਿਵਾਰ ਨੂੰ ਸ਼੍ਰੋਮਣੀ ਅਕਾਲੀ ਦਲ 70-80 ਸਾਲ ਦਾ ਸਮਾਂ ਹੋ ਗਿਆ, ਮੇਰੇ ਗ੍ਰੈਂਡਫਾਦਰ, ਮੇਰੇ ਦਾਦਾ ਜੀ ਵੀ ਸ਼੍ਰੋਮਣੀ ਅਕਾਲੀ ਦਲ ਸੀ, ਢੀਂਡਸਾ ਸਾਹਿਬ ਦਾ ਵੀ ਸਾਰਾ ਜੀਵਨ ਸ਼੍ਰੋਮਣੀ ਅਕਾਲੀ ਦਲ, ਅੱਜ ਵੀ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੀ ਨੇ, ਅਤੇ ਇਸ ਲਈ ਪਾਰਟੀ ਦੇ ਹੁਕਮ ਨੂੰ ਜਿਹੜਾ ਇਸੇ ਮੌਕੇ 'ਤੇ ਆ ਕੇ ਜਦ ਪਾਰਟੀ ਨੂੰ ਲੋੜ ਹੈ, ਜੇ ਮੈਂ ਨਹੀਂ ਮੰਨਦਾ ਤਾਂ ਲੋਕਾਂ ਦੇ ਵਿੱਚ ਵੀ ਚੰਗਾ ਪ੍ਰਭਾਵ ਨਹੀਂ ਜਾਏਗਾ, ਕਿਉਂਕਿ ਮੈਂ ਤਕਰੀਬਨ 10 ਸਾਲ ਮੰਤਰੀ ਰਿਹਾ ਜੀ, ਅਤੇ 5 ਵਾਰੀ MLA ਬਣ ਗਿਆ, ਉਹਦੇ ਵਿੱਚ ਪਾਰਟੀ ਦਾ ਕਾਫੀ ਵੱਡਾ ਰੋਲ ਹੈ। ਨਾ ਮੰਨਣ ਦਾ ਕੀ ਕਾਰਨ ਸੀ ਵੈਸੇ, ਤੁਹਾਡੇ ਨਾ ਕਰਨ ਦਾ ਰੀਜ਼ਨ ਕੀ ਸੀ? ਤੁਸੀਂ 2 ਵਾਰ ਇੱਥੋਂ ਹਾਰੇ ਸੀ ਤਾਂ ਕਰਕੇ ਤੁਸੀਂ ਪਛਾਣਦੇ ਸੀ ਜਾਂ ਕੋਈ ਹੋਰ ਵਜ੍ਹਾ ਸੀ? ਮੈਂ ਕਿਉਂਕਿ ਢੀਂਡਸਾ ਸਾਹਿਬ ਨੇ ਕਿਹਾ ਸੀਗਾ ਵੀ ਦੇਖੋ ਉਹਨਾਂ ਨੇ ਇਨੀਸ਼ੀਅਲ ਬਿਆਨ ਦਿੱਤੇ ਸੀ ਤੁਸੀਂ ਨਾ ਲੜੋ, ਇੱਕ ਤਾਂ ਉਹ ਸੀ, ਦੂਜਾ ਦੇਖੋ ਮੈਂ MLA ਹੈਗਾ, ਤਕਰੀਬਨ ਸਾਰੇ MLA ਤੁਸੀਂ ਕਿਸੇ ਨਾਲ ਵੀ ਕਰ ਲਓ, ਭਾਵੇਂ ਰੂਲਿੰਗ ਦੇ ਨੇ ਭਾਵੇਂ ਓਪੋਜੀਸ਼ਨ ਦੇ ਨੇ, ਜਿਹਨਾਂ ਨੂੰ ਵੀ ਚੋਣ ਲੜਨ ਲਈ ਕਿਹਾ ਗਿਆ ਸਾਰੇ ਨਹੀਂ ਕਿਹਾ ਵੀ ਸਾਰੀ ਚਾਹਵਾਨੀ ਚੋਣ ਲੜਨ ਦੇ, ਤੁਸੀਂ ਕਾਂਗਰਸ ਦੇ ਦੇਖ ਲਓ
ਜੀ ਆਮ ਆਦਮੀ ਪਾਰਟੀ ਦੇ ਦੇਖ ਲਓ, ਅਕਾਲੀ ਦਲ ਦੇ। ਤੁਹਾਡੀ ਇੱਛਾ ਵੀ ਸਟੇਟ ਪੋਲਿਟਿਕਸ 'ਚ ਰਹਿਣ ਦੀ ਹੈ? ਇੱਛਾ ਤਾਂ ਇਹੀ ਸੀ ਵੀ ਚਲੋ MLA ਹੈਗਾ, ਮੈਂ ਆਪਦੀ ਡਿਊਟੀ ਵਜਾ ਰਿਹਾ ਅਤੇ ਲੋਕਾਂ ਨੇ ਲਹਿਰੇ ਹਲਕੇ ਦੇ ਲੋਕਾਂ ਨੇ ਮੈਨੂੰ ਬੜਾ ਵੱਡਾ ਮਾਣ ਦਿੱਤਾ ਅਤੇ ਵੀ ਮੈਂ ਇੱਥੇ ਜਿਹੜਾ ਵਿਧਾਨ ਸਭਾ ਵਿੱਚ ਉਹਨਾਂ ਦੀ ਨੁਮਾਇੰਦਗੀ ਕਰ ਸਕਾਂ, ਭਾਵੇਂ ਪਾਰਲੀਮੈਂਟ ਦੇ ਵਿੱਚ ਵੀ ਹੈ ਲਹਿਰਾਂ ਪਰ ਜਿਹੜਾ ਇੱਕ MLA ਦਾ ਹੁੰਦਾ ਉਹ ਥੋੜ੍ਹਾ ਜਿਹਾ ਤੁਸੀਂ ਜ਼ਿਆਦਾ ਨੇੜੋ ਵਿਚਰ ਸਕਦੇ ਹੋ, MP ਦਾ ਥੋੜ੍ਹਾ ਦਾਇਰਾ ਵੱਡਾ ਹੁੰਦਾ। ਇਹਦਾ ਮਤਲਬ ਭਗਵੰਤ ਦੀ ਗੱਲ ਸੱਚੀ ਹੈ, ਉਹ ਥੋੜ੍ਹਾ ਜਿਹਾ ਚੁਟਕਲੇ ਨੁਮਾ ਗੱਲਾਂ ਕਰਦਾ ਰਹਿੰਦਾ ਭਗਵੰਤ ਤੋਂ, ਕਹਿੰਦਾ ਕਿ ਢੀਂਡਸੇ ਸਾਹਿਬ ਤਾਂ ਜਿੰਦੇ ਗੁੰਡੇ ਲਾ ਕੇ ਰੱਖਦੇ ਸੀ, ਕਿਤੇ ਰਾਤ ਨੂੰ ਸੁਖਬੀਰ ਸਿੰਘ ਬਾਦਲ ਟਿੱਟੀ ਨਾ ਕਰੇ ਸਿੱਟ ਜੇ। ਨਹੀਂ ਨਹੀਂ ਐਸੀ ਕੋਈ ਗੱਲ ਨਹੀਂ, ਜੇ ਅਸੀਂ ਉਹਨਾਂ ਨੇ ਕਿਹਾ ਤਾਂ ਤਾਂ ਹੀ ਮੈਂ ਲੜ ਰਿਹਾ, ਜੇ ਸਿੱਟਣ ਵਾਲੀ ਗੱਲ ਤਾਂ ਕੋਈ ਐਸੀ ਨਹੀਂ। ਪਾਰਟੀ ਵਾਸਤੇ ਦੇਖੋ, ਕੋਈ ਪਾਰਟੀ ਟਿਕਟ ਦਿੰਦੀ ਹੈ, ਲੋਕ ਪੂਰੀ ਪੂਰੀ ਜ਼ਿੰਦਗੀ ਲਾ ਦਿੰਦੇ ਹੈ ਟਿਕਟਾਂ ਨੂੰ ਤਰਸਦੇ ਹੈ ਜੀ, ਜੇ ਪਾਰਟੀ ਟਿਕਟ ਦਿੰਦੀ ਹੈ ਉਹ ਹਰ ਕਿਸੇ ਵਿਅਕਤੀ ਵਾਸਤੇ ਮਾਣ ਵਾਲੀ ਗੱਲ ਹੁੰਦੀ ਹੈ, ਇੱਕ ਭਰੋਸਾ ਹੁੰਦਾ ਪਾਰਟੀ ਦਾ ਜੇ ਤੁਹਾਡੇ 'ਤੇ ਪ੍ਰਗਟ ਕੀਤਾ ਤਾਂ ਉਹ ਵੀ ਮਾਣ ਹੈ। ਸੋ ਉਹ ਇਸ ਕਰਕੇ ਮੈਂ ਇਹ ਨਹੀਂ ਕਿਹਾ ਵੀ ਕੋਈ ਜ਼ਬਰਦਸਤੀ ਹੈ ਜਾਂ ਕੁਛ ਹੋਰ ਹੈ, ਪਰ ਜਿਵੇਂ ਇੱਕ MLA ਮੈਂ ਆਲਰੇਡੀ ਸੇਵਾ ਕਰ ਰਿਹਾ, ਜੇ ਮੈਂ ਹੋ ਸਕਦਾ MLA ਨਾ ਹੁੰਦਾ ਮੈਂ ਖੁਦ ਹੀ ਕਹਿੰਦਾ ਵੀ ਮੈਂ ਲੜਨ ਨੂੰ ਤਿਆਰ। ਤੁਹਾਨੂੰ ਇਹ ਸੀ ਵੀ ਕਿਸੇ ਹੋਰ ਲੀਡਰ ਨੂੰ ਮੌਕਾ ਦਿੱਤਾ ਜਾਵੇ? ਕੋਈ ਜਿਸ ਤਰ੍ਹਾਂ ਮਰਜ਼ੀ ਉਹਨੂੰ ਤੁਸੀਂ ਦੇਖ ਸਕਦੇ ਹੋ, ਮੈਂ ਸਟੇਟ ਪੋਲਿਟਿਕਸ ਵੀ ਚਾਹਵਾਂ ਸੀ, ਪਰ ਅਲਟੀਮੇਟਲੀ ਮੈਂ ਸਮਝਦਾ ਇਹ ਪਾਰਟੀ ਡਿਸਾਈਡ ਕਰਦੀ ਹੈ ਵੀ ਕਿੱਥੇ ਤੁਹਾਡੀਆਂ ਸੇਵਾਵਾਂ ਜ਼ਿਆਦਾ ਬੈਟਰ ਤੁਸੀਂ ਯੂਜ਼ ਕਰ ਸਕਦੇ ਹੋ ਅਤੇ ਕਿੱਥੇ ਪਾਰਟੀ ਨੂੰ ਫਾਇਦਾ। ਆਖਰ ਜੇ ਪਾਰਟੀ ਮਜ਼ਬੂਤ ਹੈ ਤਾਂ ਹੀ ਅਸੀਂ ਮਜ਼ਬੂਤ ਹਾਂ। ਮੰਨਿਆ ਜਾਵੇ ਫਿਰ ਅਕਾਲੀ ਦਲ ਦੇ ਕੋਲ ਉਮੀਦਵਾਰਾਂ ਦਾ ਕ੍ਰਾਈਸਿਸ ਹੈਗਾ, ਇਸ ਕਰਕੇ ਪਰਮਿੰਦਰ ਸਿੰਘ ਢੀਂਡਸਾ ਨੂੰ ਫੋਰਸ ਕੀਤਾ ਗਿਆ? ਨਹੀਂ, ਕ੍ਰਾਈਸਿਸ ਨਹੀਂ ਹੈ, ਉਮੀਦਵਾਰ ਹੋ ਰਹੀ ਸੀ ਅਕਾਲੀ ਦਲ ਕੋਲ, ਐਸੀ ਗੱਲ ਨਹੀਂ ਉਮੀਦਵਾਰ ਅਕਾਲੀ ਦਲ ਕੋਲ ਹੈ ਨਹੀਂ ਸੀ, ਪਰ ਉਹਨਾਂ ਨੇ ਮੇਰੇ ਹਿਸਾਬ ਨਾਲ ਉਹਨੇ ਸੋਚਿਆ ਵੀ ਬੈਸਟ ਉਮੀਦਵਾਰ ਇਹ ਨੇ, ਸ਼ਾਇਦ ਤਾਂ ਹੀ ਉਹਨਾਂ ਨੇ ਦਿੱਤਾ ਹੁਣ, ਕਿਉਂਕਿ ਪਾਰਟੀ ਚਾਹੁੰਦੀ ਹੈ ਵੀ ਜੇ MP ਦੇ ਵਿੱਚ ਵੱਧ ਤੋਂ ਵੱਧ ਸੀਟਾਂ ਜਿੱਤਣਗੇ ਤਾਂ ਜਾ ਕੇ ਅਸੈਂਬਲੀ ਵਾਸਤੇ ਇੱਕ ਮਾਹੌਲ ਬਣੇਗਾ। ਸੋ ਨਿਸ਼ਾਨਾ ਕੀ ਹੈ ਪਾਰਟੀ ਦਾ ਵੀ ਵੱਧ ਤੋਂ ਵੱਧ ਸੀਟਾਂ ਅਸੀਂ ਲੋਕ ਸਭਾ ਨਹੀਂ ਜਿੱਤੀ। ਢੀਂਡਸਾ ਸਾਹਿਬ ਨਾਲ ਤੁਹਾਡੀ ਗੱਲਬਾਤ ਹੁੰਦੀ ਰਹਿੰਦੀ ਹੈ, ਕੀ ਕਹਿੰਦੇ ਆ, ਪ੍ਰਚਾਰ 'ਚ ਆਉਣਗੇ? ਢੀਂਡਸਾ ਸਾਹਿਬ ਨਾਲ ਰੋਜ਼ ਮੇਰੀ ਗੱਲ ਹੁੰਦੀ ਹੈ, ਢੀਂਡਸਾ ਸਾਹਿਬ ਨੂੰ ਅਸੀਂ, ਮੈਂ ਹੁਣ ਤਾਂ ਚਲੋ 3-4 ਦਿਨ ਤੋਂ ਉਹਨਾਂ ਨੂੰ ਮਿਲਿਆ ਨਹੀਂ, ਉਹ ਦਿੱਲੀ ਗਏ ਹੋਏ ਸੀਗੇ ਅਤੇ ਜਦ ਵੀ ਉਹ ਮੈਨੂੰ ਮਿਲਦੇ ਆ ਪ੍ਰੋਪਰ ਸਾਰੀ ਡਿਸਕਸ਼ਨ ਹੁੰਦੀ ਹੈ ਵੀ ਕੀ ਚੱਲ ਰਿਹਾ, ਕੀ ਕਿਵੇਂ ਕੈਂਪੇਨਿੰਗ ਹੋ ਰਹੀ ਹੈ, ਕੀ ਸਾਰਾ ਕੁਛ ਉਹਨਾਂ ਨਾਲ ਸੋ ਚਰਚਾ ਹੁੰਦੀ ਹੈ, ਕੋਈ ਐਸੀ ਗੱਲ ਨਹੀਂ। ਇਹ ਤਾਂ ਵਿਰੋਧੀ ਜਿਹੜੇ ਨੇ ਭਾਵੇਂ ਜੋ ਮਰਜ਼ੀ ਕਹੀਆਂ ਜੀ, ਫਰਕ ਹੋ ਗਿਆ ਪਾਟ ਗਿਆ, ਕੋਈ ਐਸਾ ਨਹੀਂ। ਮੇਰੇ ਮਾਤਾ ਜੀ ਦੀ ਸਭ ਤੋਂ ਪਹਿਲਾਂ ਚੋਣ ਪ੍ਰਚਾਰ 'ਚ ਲੱਗੇ ਹੋਏ ਨੇ ਅਤੇ ਹੁਣ ਆਪ ਆਉਣਗੇ ਢੀਂਡਸਾ ਸਾਹਿਬ ਪ੍ਰਚਾਰ ਕਰਨ? ਉਹ ਦੱਸ ਸਕਦੇ ਮੈਨੂੰ, ਮੈਂ ਤਾਂ ਕੀ ਕਹਿ ਸਕਦਾ, ਮੇਰੀ ਇੱਛਾ ਤਾਂ ਹੋਏਗੀ। ਤੁਸੀਂ ਕਿਹਾ ਪਰ ਉਹਨਾਂ ਦੀ ਦੇਖੋ, ਇੱਕ ਗੱਲ ਮੈਂ ਜ਼ਰੂਰ ਮੇਰੀ ਇੱਛਾ ਉਹ ਕਰਨ, ਪਰ ਦੂਸਰੀ ਗੱਲ ਹੈ ਇਹ ਮੈਂ ਕਈ ਵਾਰ ਕਹਿ ਚੁੱਕਿਆ, ਐਕਚੁਲੀ ਉਹਨਾਂ ਦੀ ਜਿਹੜੀ ਸਿਹਤ ਹੈ ਉਹ ਪਿਛਲੇ ਕੁਛ ਸਮੇਂ ਤੋਂ ਸਰਵਾਈਕਲ ਕਰਕੇ ਥੋੜ੍ਹੀ ਜਿਹੀ ਤਬੀਅਤ ਠੀਕ ਨਹੀਂ ਚੱਲ ਰਹੀ ਸੀ, ਉਹਨਾਂ ਨੂੰ ਇੱਕ ਦੋ ਵਾਰ ਚੱਕਰ 'ਚ ਆਏ ਅਤੇ ਉਹਨਾਂ ਦਾ ਫਿਰ ਅਸੀਂ ਚੈੱਕਅਪ ਵੀ ਕਰਾਇਆ, ਇਲਾਜ ਵੀ ਕਰ ਚੱਲ ਰਿਹਾ। ਸੋ ਗਰਮੀ ਦੇ ਇਸ ਰੁੱਤ ਦੇ ਵਿੱਚ ਮੈਂ ਨਹੀਂ ਚਾਹੁੰਦਾ ਵੀ ਉਹ ਜਿਹੜਾ ਹੈ ਜ਼ਿਆਦਾ ਆਪਦੇ ਸਰੀਰ ਨੂੰ ਕਸ਼ਟ ਦੇਣ, ਅਤੇ ਉਹਨਾਂ ਦਾ ਬੈਠਿਆਂ ਦਾ ਆਸ਼ੀਰਵਾਦ ਨਾਲ ਹੈ, ਉਹ ਸਾਰਿਆਂ ਨੂੰ ਜਿੱਥੇ ਲੋੜ ਹੈ ਉਹ ਫੋਨ ਵੀ ਕਰਦੇ ਆ। ਤੁਸੀਂ ਮਹਿਸੂਸ ਕਰਦੇ ਹੋ ਕਿ ਇੱਕ ਢੀਂਡਸਾ ਸਾਹਿਬ ਕਿਤੇ ਚੋਣ ਮੈਦਾਨ ਦੇ ਵਿੱਚ ਹੁੰਦੇ ਤਾਂ ਉਹਦਾ ਸ਼ਾਇਦ ਹੋਰ ਫਰਕ ਹੋਣਾ ਸੀ? ਫਰਕ ਤਾਂ ਹੁੰਦਾ, ਇਸ 'ਚ ਤਾਂ ਕੋਈ ਦੋ ਰਾਏ ਨਹੀਂ, ਉਹਨਾਂ ਦਾ ਜਿਹੜਾ ਹੈ ਆਸ਼ੀਰਵਾਦ ਜਦ ਓਪਨਲੀ ਜਾਂਦੇ ਆ ਲੋਕਾਂ ਦੇ ਵਿੱਚ ਤਾਂ ਉਹਨਾਂ ਦਾ ਆਪਦਾ ਪ੍ਰਭਾਵ ਹੈ ਉਹਨਾਂ ਦਾ। ਤੁਸੀਂ ਨਾਰਾਜ਼ਗੀ ਦਾ ਮੰਤਵ ਨਹੀਂ ਕੀਤਾ ਵੀ ਕੀ ਚੱਲ ਕੀ ਰਿਹਾ, ਕਾਰਨ ਕੀ ਹੈ ਢੀਂਡਸਾ ਸਾਹਿਬ ਦੀ ਨਾਰਾਜ਼ਗੀ ਦਾ? ਨਹੀਂ, ਉਹ ਤਾਂ ਦੇਖੋ ਉਹੀ ਦੱਸ ਸਕਦੇ ਆ, ਕਿਉਂਕਿ ਉਹ ਜਿਹੜੀਆਂ ਕਈ ਗੱਲਾਂ ਉਹ ਖੁੱਲ੍ਹ ਕੇ ਵੀ ਨਹੀਂ ਕਰਦੇ, ਉਹਨਾਂ ਸ਼ੁਰੂ ਤੋਂ ਨੇਚਰ ਵੀ ਰਿਜ਼ਰਵਡ ਜਾਂ ਨੇਚਰ ਹੈ ਸ਼ੁਰੂ ਤੋਂ। ਕਿਵੇਂ ਹੋ ਸਕਦਾ ਢੀਂਡਸਾ ਸਾਹਿਬ, ਪਿਓ ਪੁੱਤ ਦੀ ਤਾਂ ਬਹੁਤ ਮਤਲਬ ਸਿਆਸਤ ਤੇ ਚਰਚਾ ਕਿਵੇਂ ਨਾ ਹੋਵੇ, ਗੱਲ ਮੰਨਣ ਯੋਗ ਨਹੀਂ ਹੈ, ਬਹੁਤ ਔਖਾ ਹੈ। ਚਰਚਾ ਹੁੰਦੀ ਹੈ, ਬਾਪ ਤੇ ਬੇਟਾ ਹਰ ਗੱਲ ਸ਼ੇਅਰ ਕਰਦੇ ਆ, ਖਾਸ ਤੌਰ ਤੇ ਦੋਵੇਂ ਪੋਲਿਟਿਕਸ 'ਚ ਹੋਣ ਤੱਕ। ਗੱਲ ਸੁਣੋ, ਚਰਚਾ ਹੁੰਦੀ ਹੈ, ਇਹ ਨਹੀਂ ਹੈ ਕੋਈ ਚਰਚਾ ਨਹੀਂ ਹੁੰਦੀ, ਮੰਥਨ ਕੀਤਾ। ਕਾਰਨ ਦੇਖੋ ਇੱਕ ਨਹੀਂ ਹੁੰਦੇ, ਕਾਰਨ ਕਈ ਹੋ ਜਾਂਦੇ ਆ,
ਪਰ ਇੱਕ ਜੇ ਮੈਂ ਕਹਾਂ ਆਹ ਇੱਕ ਕੰਕਰੀਟ ਕਾਰਨ ਹੈ, ਉਹ ਕਾਰਨ ਨਹੀਂ ਹੈ। ਅਤੇ ਉਹਨਾਂ ਨੂੰ ਜਿਹੜਾ ਹੈ ਜਿਹੜੀ ਗੱਲ ਉਹਨਾਂ ਦੇ ਮਨ 'ਚ ਉਹਨਾਂ ਨੇ ਪ੍ਰੈਸ 'ਚ ਵੀ ਕਹੀ ਹੈ, ਸੋ ਉਸ 'ਚ ਤਾਂ ਹੁਣ ਕੋਈ ਜਿਹੜੀ ਕਿ ਕੋਈ ਜਨਰੇਸ਼ਨ ਗੈਪ ਦਾ ਰੌਲਾ ਹੈਗਾ ਹੈ ਕਿ ਦਿੱਕਤ ਕੀ ਹੈ, ਕੁਛ ਨਾ ਕੁਛ ਉਹ ਵੀ ਹੈ ਸਾਰੇ। ਦੇਖੋ ਕਿਉਂਕਿ ਵੱਡੇ ਬਾਦਲ ਸਾਹਿਬ ਨਾਲ ਉਹਨੂੰ ਅੱਜ ਤੱਕ ਦਿੱਕਤ ਨਹੀਂ ਆਈ। ਦੇਖੋ ਬਾਦਲ ਸਾਹਿਬ ਦਾ ਉਹਨਾਂ ਦੀ ਇੱਕ ਹੁੰਦਾ ਨਾ ਜਿਵੇਂ ਵਰਕਿੰਗ ਰਿਲੇਸ਼ਨਸ਼ਿਪ ਹੁੰਦਾ, ਜਿਹਦਾ ਤੁਹਾਨੂੰ ਕੰਮ ਕਰਨਾ ਥੋੜ੍ਹਾ ਜਿਹਾ ਤੁਸੀਂ ਕਿਸੇ ਦੀ ਵਰਕਿੰਗ 'ਚ ਯੂਜ਼ ਟੂ ਹੋ ਜਾਂਦੇ ਹੋ, ਕਿਸੇ ਦੇ ਵਰਕਿੰਗ ਤੋਂ, ਸਟਾਈਲ ਆਫ ਵਰਕਿੰਗ ਤੋਂ, ਸੋ ਉਹ ਚੀਜ਼ਾਂ ਦਾ ਫਰਕ ਹੁੰਦਾ ਹੀ ਹੁੰਦਾ। ਸੋ ਉਹਨਾਂ ਨੇ ਪੂਰੀ ਜ਼ਿੰਦਗੀ ਵੱਡੇ ਬਾਦਲ ਸਾਹਿਬ ਨਾਲ ਕੰਮ ਕੀਤਾ, ਅੱਜ ਵੀ ਉਹ ਵੱਡੇ ਬਾਦਲ ਸਾਹਿਬ ਦਾ ਬਹੁਤ ਜ਼ਿਆਦਾ ਸਤਿਕਾਰ ਕਰਦੇ ਨੇ। ਕੋਈ ਐਸੀ ਗੱਲ ਨਹੀਂ, ਪਾਰਟੀ ਦੇ ਵਿੱਚ ਹੀ ਨੇ, ਉਹ ਕਿਹੜਾ ਪਾਰਟੀ ਉਹਨਾਂ ਨੇ ਛੱਡੀ ਹੈ, ਅਤੇ ਉਹ ਸਿਰਫ ਸਿਆਸਤ ਤੋਂ ਕਿਤੇ ਨਾ ਕਿਤੇ ਥੋੜ੍ਹੇ ਜਿਹੇ ਲਾਂਭੇ ਹੋਏ ਨੇ। ਜਿਹੜੇ ਸੰਗਰੂਰ ਨੇ ਤੁਹਾਨੂੰ ਸਰਕਾਰਾਂ ਦੇ ਰਹਿੰਦਿਆਂ ਸਫਲਤਾ ਨਹੀਂ ਦਿੱਤੀ, ਹੁਣ ਤੁਸੀਂ ਕੀ ਵਜ੍ਹਾ ਮੰਨਦੇ ਹੋ ਕਿ ਲੋਕ ਤੁਹਾਨੂੰ ਕਿਉਂ ਜਿਤਾਉਣਗੇ? ਦੇਖੋ ਗੱਲ ਇਹ, ਸਿਆਸਤ ਦੇ ਵਿੱਚ ਜਿਹੜੀ ਇਹ ਪੋਲੀਟਿਕਸ ਹੈ, ਉਹਦੇ ਮੌਕੇ 'ਤੇ ਜਿਹੜੀ ਵੋਟਾਂ ਦੇ ਵਿੱਚ ਹਾਲਾਤ ਹੁੰਦੇ ਆ, ਕੀ ਹਾਲਾਤ ਬਣ ਜਾਣ, ਕੀ ਏਜੰਟ, ਕੀ ਇਸ਼ੂਜ਼ ਆ ਜਾਣ, ਉਹਦੇ ਬੜਾ ਡਿਪੈਂਡ ਕਰਦਾ ਹੈ। ਹੁਣ ਕਿੱਦਾਂ ਦੇ ਹਾਲਾਤ, ਤੁਹਾਨੂੰ ਕੀ ਲੱਗਦਾ ਕਿ ਲੋਕ ਕਿਉਂ ਬਦਲ ਗਏ? ਪਹਿਲਾਂ ਨਾਲੋਂ ਬੈਟਰ ਹੈ, ਹੁਣ ਕਾਂਗਰਸ ਤੋਂ ਬੜੀਆਂ ਆਸਾਂ ਸੀ ਉਹਨਾਂ ਨੂੰ। ਆਮ ਆਦਮੀ ਪਾਰਟੀ ਨੇ ਬੜੇ ਵੱਡੇ ਵੱਡੇ ਸਬਜ਼ਵਾਗ ਦਿਖਾਏ ਵੀ ਅਸੀਂ ਸਿਸਟਮ ਨੂੰ ਚੇਂਜ ਕਰਾਂਗੇ, ਅਸੀਂ ਆਹ ਕਰਾਂਗੇ, ਅਸੀਂ ਇੱਕ ਨਵੀਂ ਰਾਜਨੀਤੀ, ਨਵੀਂ ਸੋਚ ਲੈ ਕੇ ਆਵਾਂਗੇ। ਕਾਂਗਰਸ ਨੇ ਤੁਸੀਂ ਦੇਖਿਆ ਵੀ ਆਹ ਕਰਨਾ ਉਹ ਕਰਨਾ, ਪਰ ਸਾਰੇ ਲੋਕਾਂ, ਸਾਰੇ ਇਹਨਾਂ ਦੋਨੇ ਪਾਰਟੀਆਂ ਤੋਂ ਹੁਣ ਨਿਰਾਸ਼ ਹੈ, ਕਿਉਂਕਿ ਉਹਨਾਂ 'ਤੇ ਜੋ ਲੋਕਾਂ ਨੇ ਗੱਲਾਂ ਕੀਤੀਆਂ ਉਹ 'ਤੇ ਪੂਰੇ ਨਹੀਂ ਉਤਰ ਸਕੇ। ਮੋਦੀ ਸਰਕਾਰ ਤੋਂ ਲੋਕ ਨਾਰਾਜ਼ ਨਹੀਂ ਹੈਗੇ ਤੁਹਾਨੂੰ ਲੱਗਦਾ? ਨਹੀਂ, ਮੋਦੀ ਸਰਕਾਰ ਨੇ ਕੋਈ ਕਿਸੇ ਦਾ ਮਾੜਾ ਨਹੀਂ ਕੀਤਾ, ਚੰਗਾ ਹੀ ਕੀਤਾ ਜੇ ਕਿਸੇ ਕੀਤਾ, ਕਿਸੇ ਨਾ ਕਿਸੇ ਸਟੇਜ ਦੇ ਵਿੱਚ। ਅਤੇ ਆਪਾਂ ਕਹੀਏ ਮੋਦੀ ਸਰਕਾਰ 'ਤੇ ਤੁਸੀਂ ਕੋਈ ਐਸੀ ਨਹੀਂ ਗੱਲ ਕਰ ਸਕਦੇ ਵੀ ਕਿਸੇ ਵਰਗ ਦਾ ਮੋਦੀ ਸਰਕਾਰ ਨੇ ਮਾੜਾ ਕੀਤਾ ਹੋਵੇ ਜਾਂ ਕੋਈ ਵਾਅਦਾ ਕਰਕੇ ਲੋਕਾਂ ਤੋਂ ਉਹ ਮੁੱਕਰ ਗਏ ਹੋਣ ਜਾਂ ਭੱਜ ਗਏ ਹੋਣ। ਸੋ ਐਸੀ ਗੱਲ ਨਹੀਂ ਹੈ, ਜ਼ਮੀਨ ਲੈਵਲ 'ਤੇ ਮੋਦੀ ਸਰਕਾਰ ਦਾ ਇੱਕ ਪੋਜ਼ੀਟਿਵ ਸੈਂਟੀਮੈਂਟ ਹੀ ਹੈ, ਕੋਈ ਨੈਗੇਟਿਵ ਨਹੀਂ ਹੈ। ਕਿਸਾਨੀ ਦੇ ਪੱਖੋਂ ਜੇਕਰ ਆਪਾਂ ਵੇਖੀਏ ਪੰਜਾਬ ਦੇ, ਤਾਂ ਬਹੁਤਾ ਕੋਈ ਵੱਡਾ ਪੈਕੇਜ ਨਹੀਂ ਮਿਲ ਸਕਿਆ ਪੰਜਾਬ ਨੂੰ, ਇਸ ਗੱਲ ਦਾ ਰੋਸਾ ਪੰਜਾਬ ਦੀ ਕਿਸਾਨੀ 'ਚ ਹਮੇਸ਼ਾ ਰਿਹਾ। ਤੁਸੀਂ ਫਾਈਨਾਂਸ ਮਿਨਿਸਟਰ ਰਹੇ ਹੋ, ਤੁਸੀਂ ਮਹਿਸੂਸ ਕਰਦੇ ਹੋ ਕਿ ਮੋਦੀ ਸਾਹਿਬ ਨੇ ਪੰਜਾਬ ਦੇ ਨਾਲ ਕਿਤੇ ਨਾ ਕਿਤੇ ਵਿਤਕਰੇ ਵਾਲਾ ਸਲੂਕ ਕੀਤਾ? ਨਹੀਂ, ਇਹ ਗੱਲ ਨਹੀਂ। ਦੇਖੋ ਜਿਹੜਾ ਕੋਈ ਪ੍ਰਧਾਨ ਮੰਤਰੀ ਹੈ ਜਾਂ ਕੋਈ ਦੇਸ਼ ਦਾ ਨੇਤਾ, ਉਹਨੂੰ ਸਾਰੇ ਦੇਸ਼ ਵਾਸਤੇ ਪੋਲਿਸੀ ਬਣਦੀ ਹੈ, ਕੋਈ ਇੱਕ ਸੂਬੇ ਵਾਸਤੇ ਤਾਂ ਬਣਦੀ ਨਹੀਂ। ਜਿਹੜੇ ਕੋਈ ਕਿਸਾਨਾਂ ਨੂੰ, ਜੇ ਕੋਈ ਦੂਜੇ ਸੂਬਿਆਂ ਦੇ ਕਿਸਾਨ ਨੇ, ਉਹਨਾਂ ਨੂੰ ਤਾਂ ਇੱਕੋ ਹੀ ਜਿਹੜਾ ਹੈ ਪਾਇਦਾਨ ਤੇ ਰੱਖ ਕੇ, ਦੂਜੇ ਸੂਬਿਆਂ 'ਚ ਵੱਡੇ ਵੱਡੇ ਪੈਕੇਜ ਦਿੰਦੇ ਰਹੇ ਆ, ਐਲਾਨ ਕਰਦੇ ਰਹੇ, ਚਾਹੇ ਬਿਹਾਰ ਦੀ ਗੱਲ ਹੋਵੇ ਜਾਂ ਫਿਰ ਹੋਰ ਪੈਕੇਜ, ਡਿਵੈਲਪਮੈਂਟ ਦੇ ਪੈਕੇਜ ਨੇ, ਡਿਵੈਲਪਮੈਂਟ ਪੈਕੇਜ, ਉਹਨੂੰ ਪੈਕੇਜ ਕਹਿ ਲਓ ਜਾਂ ਉਹਨਾਂ ਨੂੰ ਇਨਵੈਸਟਮੈਂਟ ਕਹਿ ਲਓ, ਉਹ ਸੈਪਰੇਟ ਚੀਜ਼ ਹੈ। ਪੰਜਾਬ ਦੇ ਵਿੱਚ ਤੁਸੀਂ ਇਹ ਵੀ ਪੈਕੇਜ ਹੀ ਹੈ, ਤੁਸੀਂ ਦੱਸੋ ਤਕਰੀਬਨ 20,000 ਕਰੋੜ ਦੇ ਕਰੀਬ ਦੀਆਂ ਸੜਕਾਂ ਦੇ ਵਿੱਚ ਇਨਵੈਸਟਮੈਂਟ ਕੀਤੀ, ਉਹ ਵੀ ਪੈਕੇਜ ਹੈ। ਏਮਸ ਦਿੱਤਾ ਪੰਜਾਬ ਦੇ ਵਿੱਚ, ਪੰਜਾਬ ਦੇ ਵਿੱਚ ਇੰਡੀਅਨ ਇੰਸਟੀਟਿਊਟ ਆਫ ਮੈਨੇਜਮੈਂਟ ਦਿੱਤਾ ਹੈ, ਪੰਜਾਬ 'ਚ ਮੇਜ਼ ਰਿਸਰਚ ਇੰਸਟੀਟਿਊਟ ਦਿੱਤਾ ਹੈ। ਸੋ ਉਹ ਵੀ ਇੱਕ ਸਟੇਟ ਨੂੰ ਪੈਕੇਜ ਹੀ ਹੈ। ਸੋ ਕਈ ਥਾਂ 'ਤੇ ਕੀ ਕਹਿੰਦੇ ਨੇ, ਅਨਾਊਂਸ ਕਰਦੇ ਅਸੀਂ ਜੀ 25,000 ਕਰੋੜ ਦਾ ਪੈਕੇਜ ਦਿੱਤਾ, ਉਹ 'ਚ ਕੀ ਹੁੰਦਾ? ਉਹ 'ਚ ਕੀ ਹੁੰਦਾ ਵੀ ਕੋਈ ਕੋਈ ਨਹਿਰਾਂ ਵਾਸਤੇ ਦਿੱਤਾ, ਇਨਫਰਾਸਟ੍ਰਕਚਰ 'ਤੇ ਜ਼ਿਆਦਾ ਹੁੰਦੇ ਨੇ। ਕੋਈ ਪੈਕੇਜ, ਕੋਈ ਅੱਡ ਪੋਲਿਸੀ ਨਹੀਂ ਹੁੰਦੀ, ਪੈਕੇਜ ਇਨਫਰਾਸਟ੍ਰਕਚਰ ਵਾਸਤੇ ਹੁੰਦੇ। ਪਹਿਲਾਂ ਸਮਾਂ ਹੁੰਦਾ ਸੀ ਜਾਂ ਸੂਬਿਆਂ ਨੂੰ ਤੁਸੀਂ ਜਿਹੜਾ ਹੈ ਪੈਕੇਜ ਐਸੇ ਫਿਸਕਲ ਜਾਂ ਫਾਈਨੈਂਸ਼ੀਅਲ ਪੈਕੇਜ ਦੇ ਦਿੰਦੇ ਸੀ ਵੀ ਉੱਥੇ ਦੀ ਇੰਡਸਟਰੀ ਨੂੰ ਛੋਟ ਦਿੱਤੀ, ਉੱਥੇ ਜਿਹੜਾ ਹੈ ਉਹਨਾਂ ਨੂੰ ਟੈਕਸ ਦੀ ਜਿਹੜੀ ਹੈ ਐਕਸਾਈਜ਼ ਦੀ ਛੋਟ ਦਿੱਤੀ। ਉਹ ਪਹਿਲਾਂ ਸਰਕਾਰਾਂ ਕਰਦੀਆਂ ਰਹੀਆਂ ਅੱਜ ਤੋਂ 20-25 ਸਾਲ ਪਹਿਲਾਂ, ਪਰ ਹੁਣ ਕਿਸੇ ਵੀ ਸੂਬੇ ਨੂੰ ਕੋਈ ਐਸਾ ਪੈਕੇਜ ਨਹੀਂ ਦਿੱਤਾ ਉਹਨਾਂ ਨੇ ਵੀ ਜਿਹਦਾ ਬਾਕੀਆਂ ਨਾਲ ਕੋਈ ਸੈਪਰੇਟ ਹੋਵੇ। ਜਿਹੜੇ ਪੈਕੇਜ ਸੀਗੇ ਵੀ ਜਿਹਨਾਂ ਕੋਲ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਜੰਮੂ ਕਸ਼ਮੀਰ, ਉਹ ਵੀ ਖਤਮ ਕਰਤੇ ਉਹਨਾਂ ਨੇ।
ਪੰਜਾਬ 'ਚ ਮਨਪ੍ਰੀਤ ਬਾਦਲ ਲਗਾਤਾਰ ਇਹ ਗੱਲ ਕਹਿੰਦੇ ਕਹਿੰਦੇ ਕਿ ਬਹੁਤ ਵੱਡਾ ਫਾਈਨੈਂਸ਼ੀਅਲ ਕ੍ਰਾਈਸਿਸ ਹੈਗਾ, ਹਰ ਗੱਲ 'ਤੇ ਹਵਾਲਾ ਦਿੱਤਾ ਜਾ ਰਿਹਾ ਕਿ ਖਜ਼ਾਨਾ ਖਾਲੀ ਹੈ, ਅਕਾਲੀ ਦਲ ਨੇ ਸਾਰਾ ਖਜ਼ਾਨਾ ਖਾਲੀ ਕੀਤਾ, ਤੁਸੀਂ ਕਿਵੇਂ ਟੈਕਲ ਕਰਦੇ ਸੀ ਇਸ ਸਿਚੁਏਸ਼ਨ ਨੂੰ? ਦੇਖੋ ਗੱਲ ਇਹ ਵੀ ਜਦ ਤੁਸੀਂ ਕੋਈ ਗੱਲ ਤੋਂ ਭੱਜਣਾ ਹੋਵੇ, ਤੁਸੀਂ ਵੱਡੇ ਵੱਡੇ ਵਾਅਦੇ ਕਰ ਬੈਠੋ ਅਤੇ ਤੁਸੀਂ ਇਹ ਰਿਲਾਈਜ਼ ਕਰੋ ਵੀ ਹੁਣ ਅਸੀਂ ਨਹੀਂ ਪੂਰੇ ਕਰ ਸਕਦੇ, ਫਿਰ ਬੰਦਾ ਬਹਾਨੇ ਲੱਭਦਾ ਵੀ ਕੀ ਬਹਾਨਾ ਬਣਾਈਏ। ਪਰ ਉਹਨਾਂ ਨੇ ਸਿਰਫ ਇੱਕੋ ਬਣਾ ਲਿਆ ਖਜ਼ਾਨਾ ਖਾਲੀ ਹੈ। ਤੁਸੀਂ ਚੰਗਾ ਜਿਹੜਾ ਹੈ ਅਰਥ ਸ਼ਾਸਤਰੀ ਹੈ ਉਹ ਇਹੋ ਜਿਹੀ ਗੱਲ ਕਰਦਾ, ਫਾਈਨੈਂਸ ਮਿਨਿਸਟਰ ਨੂੰ ਤਾਂ ਇਹੋ ਜਿਹੀ ਗੱਲ ਕਰਦੇ ਵੈਸੇ ਨਹੀਂ ਸ਼ੋਭਦੀ ਵੀ ਖਜ਼ਾਨਾ ਖਾਲੀ ਹੈ। ਖਜ਼ਾਨਾ ਖਾਲੀ ਦਾ ਕਨਸੈਪਟ ਕੀ ਹੈ? ਸਾਡੇ ਤਾਂ ਰੋਜ਼ ਰੈਵਨਿਊਜ ਆਉਂਦੇ ਨੇ, ਟੈਕਸ ਇਕੱਠਾ ਹੁੰਦਾ ਅਤੇ ਅਸੀਂ ਖਰਚ ਦਿੰਦੇ ਹਾਂ ਜੀ। ਬਾਕੀ ਜਿਹੜਾ ਹਰ ਸਾਲ ਪੈਸਾ ਖਰਚਦੇ ਹਾਂ, ਬਾਕੀ ਸਿਰਫ ਕੁਛ ਪੈਸਾ ਅਸੀਂ ਲੋਨ ਲੈ ਸਕਦੇ ਹਾਂ ਜੀ। ਉਹ ਲੋਨ ਦੀ ਲਿਮਿਟ ਹੈ ਵੀ ਇਸ ਤੋਂ ਵੱਧ ਕੋਈ ਸਰਕਾਰ ਪੈਸਾ ਨਹੀਂ ਲੈ ਸਕਦੀ। ਜਿਹੜੀਆਂ ਸੂਬੇ ਦੇ ਉਹਨਾਂ ਦੀ ਅਰਥਚਾਰੇ ਮੁਤਾਬਕ, ਜਿਹੜੇ ਸੂਬੇ ਦਾ ਵੱਡਾ ਅਰਥਚਾਰਾ ਹੈ ਉਹ ਵੱਧ ਲੋਨ ਲੈ ਸਕਦਾ, ਜਿਹਨਾਂ ਦਾ ਛੋਟਾ ਉਹ ਘੱਟ ਲੈ ਸਕਦਾ। ਅਪਰੋਕਸੀਮੇਟਲੀ ਰੈਵਨਿਊ ਕਿੰਨਾ ਕੁ ਆ ਪੰਜਾਬ ਨੂੰ ਪਰ ਮੰਥ ਦੀ ਗੱਲ ਕਰੀਏ, ਜਾਂ ਆਪਾਂ ਜੇ ਡੇਲੀ ਐਵਰੇਜ ਤੁਹਾਡੇ ਕੋਲ ਕੁਝ ਅੰਕੜੇ ਹੋਣ ਤਾਂ? ਦੇਖੋ ਪੰਜਾਬ ਦਾ ਮੈਂ ਸਮਝਦਾ ਤਕਰੀਬਨ 50,000 ਕਰੋੜ ਦੇ ਇਰਦ ਗਿਰਦ ਤਾਂ ਰੈਵਨਿਊ ਹੋਏਗਾ ਜੀ। ਬਾਕੀ 15,000 ਕਰੋੜ ਰੁਪਏ ਦਾ ਅਸੀਂ ਕਰਜ਼ਾ ਲੈਂਦੇ ਹਾਂ, 15,000 ਕਰੋੜ ਦਾ। ਸੋ ਉਹ ਤਕਰੀਬਨ ਇੰਨਾ ਕੁ ਮੈਂ ਸਮਝਦਾ। ਕਰਜ਼ ਮਾਫੀ ਵਾਲਾ ਫੈਸਲਾ ਜੇ ਪਰਮਿੰਦਰ ਢੀਂਡਸਾ ਹੁੰਦੇ ਵਿੱਤ ਮੰਤਰੀ, ਤੁਸੀਂ ਇਹ ਫੈਸਲਾ ਲੈਂਦੇ ਪੰਜਾਬ ਦੀ ਮਾਲੀ ਹਾਲਾਤ ਨੂੰ ਵੇਂਦੇ ਹੋਏ ਸਰਕਾਰਾਂ ਦੇ? ਦੇਖੋ ਕਰਜ਼ ਮਾਫੀ ਦੋ ਪਹਿਲੂ ਨੇ ਵੀ ਕੀ, ਇੱਕ ਤਾਂ ਹੈ ਕਰਜ਼ ਮਾਫੀ ਕੀ ਸੰਭਵ ਹੈ ਸੂਬੇ ਨੂੰ ਦੇਣੀ ਜੀ, ਦੂਜਾ ਹੈ ਵੀ ਕੀ ਕਿਸਾਨਾਂ ਨੂੰ ਕਰਜ਼ ਮਾਫੀ ਦੀ ਲੋੜ ਹੈ। ਪਰ ਤੁਸੀਂ ਤਾਂ ਫਾਈਨੈਂਸ਼ੀਅਲ ਸਿਚੁਏਸ਼ਨ ਬਾਰੇ ਚੰਗੀ ਤਰ੍ਹਾਂ ਜਾਣੂ ਸੀ, ਕਰਜ਼ ਮਾਫੀ ਦੀ ਕਿਸਾਨਾਂ ਨੂੰ ਲੋੜ ਹੈ ਇਸ 'ਚ ਕੋਈ ਦੋ ਰਾਏ ਨਹੀਂ। ਪਰ ਕੀ ਕੋਈ ਵੀ ਸੂਬਾ ਐਸੀ ਫੈਸਲਾ ਵੀ ਸਾਰਾ ਕਰਜ਼ਾ ਮਾਫ ਕਰ ਸਕਦਾ ਇਹ ਲੈਣ ਦੀ ਸਮਰੱਥਾ 'ਚ ਨਹੀਂ, ਕਿਸੇ ਸੂਬੇ ਕੋਲ ਐਸੀ ਇੰਨੀ ਫਿਸਕਲ ਸਪੇਸ ਨਹੀਂ ਹੈ ਵੀ ਉਹ ਕਿਸਾਨਾਂ ਦਾ ਮੁਕੰਮਲ ਕਰਜ਼ਾ ਮਾਫ ਕਰ ਸਕੇ। ਸੋ ਇਸ ਲਈ ਅਸੀਂ ਵੀ ਕੇਂਦਰ ਨੂੰ ਬੇਨਤੀ ਕੀਤੀ ਸੀ ਵੀ ਕਿਸਾਨਾਂ ਨੂੰ ਕੋਈ ਐਸਾ ਪੈਕੇਜ ਹੋਵੇ ਵੀ ਉਹਨਾਂ ਦੇ ਸਾਰਾ ਜਿਹੜਾ ਕਰਜ਼ਾ ਹੈ ਉਹਦਾ ਵਿਆਜ ਦਰ ਘਟਾ ਦਿੱਤਾ ਜਾਵੇ। ਅਸਲ 'ਚ ਕਰਜ਼ਾ ਨਹੀਂ, ਵੀ ਅਸਲ ਜਿਹੜਾ ਵਿਆਜ ਹੈ ਉਹ ਮਾਰਦਾ ਕਿਸਾਨ ਨੂੰ ਜੀ। 12-12% 'ਤੇ ਵਿਆਜ 'ਤੇ ਜਿਹੜਾ ਕਰਜ਼ਾ ਚੱਕਿਆ ਹੋਇਆ ਅਤੇ ਇੰਨੀ ਤਾਂ ਕਿਸਾਨ ਜਿਹੜੀ ਹੈ ਜ਼ਮੀਨ 'ਚੋਂ ਤੁਹਾਡੀ ਰਿਟਰਨ ਨਹੀਂ ਹੈ ਵੀ ਜਿੰਨਾ ਤੁਹਾਨੂੰ ਵਿਆਜ ਪੈ ਜਾਂਦਾ ਜੀ, ਉਨੀ ਰਿਟਰਨ ਹੀ ਨਹੀਂ ਹੈ ਜ਼ਮੀਨ 'ਚੋਂ। ਸੋ ਉਹ ਵਿਸ਼ਸ ਸਾਈਕਲ 'ਚ ਫਸ ਜਾਂਦਾ। ਮੈਂ ਕਰਦਾ ਵੀ ਕਿਸਾਨਾਂ ਨੂੰ ਬਹੁਤ ਥੋੜ੍ਹੇ ਦਰ 'ਤੇ ਜਿਹੜਾ ਇੱਕ ਤਾਂ ਹੋ ਗਿਆ ਕ੍ਰੋਪ ਲੋਨ ਜਿਹੜਾ ਖੇਤੀਬਾੜੀ ਵਾਸਤੇ ਵਰਤਦੇ ਜੀ, ਉਹ ਤਾਂ ਪਹਿਲਾਂ ਹੀ 4% 'ਤੇ ਹੈ, ਉਹ ਮੈਂ ਸਮਝਦਾ ਵੀ ਕਿਸਾਨ ਕੋਈ ਪ੍ਰੋਬਲਮ ਨਹੀਂ। ਹੁਣ ਇਹ ਵੀ ਜਿਹੜੇ ਬਾਕੀ ਕਰਜ਼ਾ ਹੈ ਕਿਸਾਨ ਦਾ ਜਿਹੜਾ ਬਾਕੀ ਆਪਾਂ ਅਸੀਂ 90,000 ਕਰੋੜ ਦੀ ਗੱਲ ਕਰਦੇ ਹਾਂ, ਉਹਨੂੰ ਜੇ ਵਿਆਜ ਦਰ ਘਟਾ ਦਿੱਤੀ ਜਾਵੇ, ਜੇ 12% ਤੋਂ ਘਟਾ ਕੇ ਉਹਨੂੰ 4% ਤੱਕ ਲਿਆਂਦਾ ਜਾਵੇ, ਤਾਂ ਫਿਰ ਸਾਰਾ ਕਿਸਾਨ ਨੇ ਜਿਹੜੇ ਨੇ ਉਹ ਇਸ ਜਿਹੜਾ ਕਰਜ਼ੇ ਦਾ ਸਾਈਕਲ ਹੈ ਉਹਦੇ 'ਚੋਂ ਨਿਕਲ ਸਕਦਾ ਜੀ। ਉਹ ਫਿਰ ਉਹਦੀ ਮੋੜਨ ਦੀ ਸਮਰੱਥਾ ਬਣ ਜਾਏਗੀ, ਉਹਦੀਆਂ ਕਿਸ਼ਤਾਂ ਲੰਬੀਆਂ ਹੋ ਸਕਦੀਆਂ ਨੇ, ਵਿਆਜ ਦਰ ਘੱਟ ਸਕਦੀ ਹੈ। ਸੋ ਇਹੋ ਜਿਹਾ ਕੋਈ ਸਿਸਟਮ ਜੇ ਸਰਕਾਰ ਕੱਢੇ ਤਾਂ ਕਿਸਾਨਾਂ ਨੂੰ ਕਰਜ਼ੇ ਤੋਂ ਹੌਲੀ ਹੌਲੀ ਕਰਕੇ ਮੁਕਤੀ ਦਵਾਈ ਜਾ ਸਕਦੀ ਹੈ। ਇੱਕੋ ਟਾਈਮ ਵਨ ਟਾਈਮ ਸਲਿਊਸ਼ਨ ਵੀ ਜਿਹੜਾ ਸਾਰਾ ਦਾ ਸਾਰਾ ਕਰਜ਼ਾ, ਜੇ ਪੰਜਾਬ ਦੇ ਵਿੱਚ 90,000 ਕਰੋੜ ਦੀ ਆਪਾਂ ਗੱਲ ਕਰਦੇ ਹਾਂ ਤਾਂ ਹਿੰਦੁਸਤਾਨ ਦੇ ਵਿੱਚ ਤੁਸੀਂ ਹਿਸਾਬ ਲਾ ਲਓ ਕਿੰਨਾ, ਤਕਰੀਬਨ 10-15 ਲੱਖ ਕਰੋੜ ਰੁਪਏ ਦਾ ਕਰਜ਼ਾ ਹੋਵੇਗਾ ਜਿਹੜੀ ਕੋਈ ਸਰਕਾਰ ਇੱਕ ਯਕਮੁਸ਼ਤ ਨਹੀਂ ਮਾਫ਼ ਕਰ ਸਕਦੀ। ਸੋ ਇਹ ਚੀਜ਼ਾਂ ਨੇ ਵੀ ਕਿਸਾਨਾਂ ਨੂੰ ਲੌਂਗ ਟਰਮ ਜੀ ਉਹਨਾਂ ਨੂੰ ਰਿਲੀਫ ਦਿੱਤੀ ਜਾਵੇ ਤਾਂ ਕਿ ਉਹ ਜਿਹੜਾ ਹੈ ਇਸ ਕਰਜ਼ੇ ਦੇ ਸਾਈਕਲ 'ਚੋਂ ਨਿਕਲ ਸਕਣ ਜੀ।
ਕੁਛ ਨਾ ਕੁਛ ਮਾਫ਼ ਕਰ ਦਿਓ, ਕੁਛ ਪਰਸੈਂਟੇਜ, ਬਾਕੀ ਵਿਆਜ ਘਟਾ ਦਿਓ ਲੰਬੇ ਸਮੇਂ ਲਈ। ਅਤੇ ਉਹਦੇ ਨਾਲ ਮੈਂ ਮਹਿਸੂਸ ਕਰਦਾ ਵੀ ਇਹ ਇੱਕ ਬਹੁਤ ਅੱਛਾ ਸਲਿਊਸ਼ਨ ਹੋਏਗਾ ਕਿਸਾਨਾਂ ਨੂੰ ਰਾਹਤ। ਮੈਂ ਵਾਪਸੀ ਫਿਰ ਲੋਕ ਸਭਾ ਹਲਕੇ 'ਤੇ ਆਊਂਗਾ। ਪਹਿਲਾਂ ਤੁਸੀਂ ਸੁਨਾਮ ਤੋਂ ਇਲੈਕਸ਼ਨ ਲੜੀ ਸੀ, ਫਿਰ ਤੁਸੀਂ ਲਹਿਰੇ ਗਏ, ਹੁਣ ਤੁਸੀਂ ਐਮ ਪੀ ਇਲੈਕਸ਼ਨ ਲੜਨ ਜਾ ਰਹੇ ਹੋ। ਤੁਹਾਨੂੰ ਲੱਗਦਾ ਨਹੀਂ ਹੈ ਕਿ ਉਹ ਨਾਰਾਜ਼ਗੀ ਵੀ ਤੁਹਾਨੂੰ ਝੇਲਣੀ ਪਊਗੀ ਜਿਨ੍ਹਾਂ ਨੇ ਤੁਹਾਨੂੰ ਐਮ ਐਲ ਏ ਬਣਾਇਆ? ਤਾਂ ਹੀ ਮੈਂ ਕਿਹਾ ਸੀ, ਦੇਖੋ ਲੋਕ ਅੱਜ ਕੱਲ੍ਹ ਬੜੇ ਸਿਆਣੇ ਨੇ, ਸਮਝਦੇ ਨੇ। ਮੈਂ ਆਪਣੇ ਹਲਕੇ ਦੇ ਵਰਕਰਾਂ ਨੂੰ ਵੀ ਇਸ ਗੱਲ ਦਾ ਸਭ ਨੂੰ ਅਹਿਸਾਸ ਹੈ ਵੀ ਮੈਂ ਨਹੀਂ ਲੜਨਾ ਚਾਹੁੰਦਾ ਸੀ, ਅਤੇ ਮੈਂ ਇਸ ਕਰਕੇ ਇਹ ਜ਼ਰੂਰ ਹੋਏਗਾ ਉਹਨਾਂ ਨੂੰ। ਦੇਖੋ ਕਿਤੇ ਨਾ ਕਿਤੇ ਮਨ 'ਚ ਤਾਂ ਹੋਏਗੀ ਗੱਲ ਵੀ ਜੀ ਅਸੀਂ ਚੁਣਿਆ ਸੀ ਅਤੇ ਹੁਣ ਇਹ ਐਮ ਪੀ ਬਣ ਚੱਲਿਆ, ਅਤੇ ਜੇ ਜਿੱਤ ਜਾਂਦਾ ਤਾਂ ਸੀਟ ਖਾਲੀ ਹੋ ਜਾਏਗੀ, ਕੋਈ ਨਵਾਂ ਐਮ ਐਲ ਏ ਦੀ ਚੋਣ ਹੋਏਗੀ। ਦੇਖੋ ਇਹ ਇਹ ਸੁਭਾਵਿਕ ਹੈ, ਅਤੇ ਪਰ ਕਈ ਵਾਰੀ ਕੀ ਹੁੰਦਾ ਹੁਣ ਤੁਹਾਨੂੰ ਜਿਹੜੀ ਹੈ ਪਾਰਟੀ ਦੀਆਂ ਸਿਆਸੀ ਮਜਬੂਰੀਆਂ ਨੇ ਜਿਹੜੀਆਂ ਉਹ ਕਈ ਵਾਰੀ ਤੁਹਾਨੂੰ ਫੈਸਲਾ ਲੈਣ ਲਈ ਮਜਬੂਰ ਕਰਦੀਆਂ। ਢੀਂਡਸਾ ਸਾਹਿਬ, ਤੁਹਾਨੂੰ ਕਿਤੇ ਇਹ ਸਾਰਾ ਘਟਨਾਕ੍ਰਮ ਬਾਦਲ ਪਰਿਵਾਰ ਦੀ ਸ਼ਤਰੰਜ ਤਾਂ ਨਹੀਂ ਨਜ਼ਰ ਆਉਂਦਾ ਕਿਤੇ ਕਿਤੇ ਢੀਂਡਸਾ ਪਰਿਵਾਰ ਨੂੰ ਸਿਆਸਤ 'ਚੋਂ ਲੋਪ ਕਰਨ ਦੇ ਲਈ ਇਹੋ ਜਿਹੇ ਫੈਸਲੇ ਧੱਕੇ ਨਾਲ ਤਾਂ ਨਹੀਂ ਥੋਪੇ ਜਾ ਰਹੇ? ਨਹੀਂ, ਮੈਨੂੰ ਨਹੀਂ ਲੱਗਦਾ, ਕਿਉਂਕਿ ਪੰਜਾਬ ਦੀ ਸਿਆਸਤ ਦੀ ਬਹੁਤ ਵੱਡੀ ਤਰਾਸਦੀ ਹੈ। ਸਿਆਸੀ ਤੌਰ 'ਤੇ ਇਹਨੂੰ ਕੁਆਲਿਟੀ ਮੰਨਿਆ ਜਾਂਦਾ ਕਿ ਹਾਣ ਦਾ ਲੀਡਰਸ਼ਿਪ ਨਾ ਖੜਾ ਹੋਣ ਦਿੱਤਾ ਜਾਵੇ, ਪਰ ਪਰਮਿੰਦਰ ਢੀਂਡਸਾ ਦੇ ਨਾਲ ਅਜਿਹਾ ਕੁਝ ਹੋ ਰਿਹਾ ਕਿਤੇ ਨਾ ਕਿਤੇ। ਸਿਆਸੀ ਪੰਡਿਤ ਤੇ ਕਹਿੰਦੇ ਆ ਕਿ ਜਿਸ ਤਰ੍ਹਾਂ ਦੀ ਰਵਾਇਤ ਚੱਲਦੀ ਆ ਰਹੀ ਹੈ ਕੈਪਟਨ ਅਮਰਿੰਦਰ ਸਿੰਘ ਤੇ ਬਾਦਲ ਸਾਹਿਬ ਨੇ ਆਪਦੇ ਹਾਣ ਦਾ ਕੋਈ ਲੀਡਰ ਖੜਾ ਨਹੀਂ ਹੋਣ ਦਿੱਤਾ, ਤੇ ਸ਼ਤਰੰਜ ਤਾਂ ਨਹੀਂ ਹੈ ਕਿਤੇ ਢੀਂਡਸਾ ਪਰਿਵਾਰ ਦੇ ਨਾਲ? ਮੈਂ ਤਾਂ ਕੋਈ ਹਾਣ ਦਾ ਲੀਡਰ ਨਹੀਂ ਹਾਂ। ਦੇਖੋ ਤੁਸੀਂ ਹਾਣ ਦੇ ਢੀਂਡਸਾ ਸਾਹਿਬ ਵੀ ਹੈਗੇ ਨੇ। ਚਲੋ ਉਹ ਤਾਂ ਸਿਆਸਤ ਤੇ ਕੁਝ ਛੱਡ ਗਏ ਨੇ, ਦੂਜੀ ਗੱਲ ਹੈ ਵੀ ਕੋਈ ਐਸੀ ਗੱਲ ਨਹੀਂ। ਮੇਰਾ ਸੁਖਬੀਰ ਜੀ ਨਾਲ ਬਹੁਤ ਹੀ ਮੈਂ ਸਮਝਦਾ ਇੱਕ ਵੱਡੇ ਅਤੇ ਛੋਟੇ ਭਰਾ ਵਾਲਾ ਰਿਸ਼ਤਾ ਹੈ। ਮੈਂ ਸਿਰਫ ਤੁਹਾਡੇ ਕਰਕੇ ਨਹੀਂ ਕਹਿ ਰਿਹਾ, ਕਿਉਂਕਿ ਜਿਹੜਾ ਜਿੰਨਾ ਮੈਂ ਉਹਨਾਂ ਦੇ ਨਾਲ ਵਿਚਰਿਆ, ਕੋਈ ਲੋਕਾਂ ਦੇ ਮਨ 'ਚ ਕਈ ਭਰਮ ਭੁਲੇਖੇ ਵੀ ਨੇ, ਜਾਂ ਕਈ ਜਿਵੇਂ ਗਲਤ ਇੱਕ ਪਰਸੈਪਸ਼ਨ ਬਣ ਜਾਂਦੀ ਹੈ। ਬੜੇ ਸਾਫ਼ ਦਿਲ ਦੇ ਨੇ, ਕੋਈ ਦਿਲ ਦੇ ਵਿੱਚ ਉਹਨਾਂ ਦੇ ਕੋਈ ਕਦੇ ਮੈਂ ਗਿਲ 'ਚ ਲੁਕੋ ਨਹੀਂ ਰੱਖਦੇ। ਇਹ ਇਹ ਉਹਨਾਂ ਦੀ ਖਾਸੀਅਤ ਹੈ, ਅਤੇ ਇਹ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਦੀ ਕੋਈ ਹੈ। ਉਹ ਸੰਸੀਅਰਲੀ ਜਿਹੜਾ ਉਹਨਾਂ ਨਾਲ ਜਦ ਮੇਰੀ ਚਰਚਾ ਹੋਈ ਹੈ, ਮੈਨੂੰ ਮਹਿਸੂਸ ਹੋਇਆ ਵੀ ਉਹ ਦਿਨੋਂ ਉਹ ਚਾਹੁੰਦੇ ਸੀ ਵੀ ਮੈਂ ਲੜਾਂ, ਕੋਈ ਇਹਦੇ ਵਿੱਚ ਸਿਆਸਤ ਜਾਂ ਹੋਰ ਚੀਜ਼ ਨਹੀਂ। ਹੁਣ ਬਾਦਲ ਫੈਮਿਲੀ 'ਚ ਤੁਹਾਡੇ ਹਲਕੇ 'ਚ ਪ੍ਰਚਾਰ ਕਰਨ ਕੌਣ ਕੌਣ ਆਊਗਾ? ਦੇਖੋ ਜਾ ਸੁਖਬੀਰ ਜੀ ਆਉਣਗੇ, ਉਹ ਆ ਕੇ ਗਏ ਨੇ ਪਹਿਲਾਂ ਵਰਕਰ ਮਿਲਣੀਆਂ ਕਰਕੇ ਗਏ, ਹੁਣ ਸ਼ਾਇਦ ਅਸੀਂ ਅੱਗੇ ਦਾ ਪ੍ਰੋਗਰਾਮ ਫਾਈਨਲ ਕਰ ਰਹੇ ਹਾਂ ਜੀ। ਅਤੇ ਮੈਂ ਤਾਂ ਚਾਹਾਂਗਾ ਵੀ ਵੱਡੇ ਬਾਲ ਸਾਹਿਬ ਵੀ ਆਉਣ, ਪਰ ਮੈਨੂੰ ਨਹੀਂ ਲੱਗਦਾ, ਸ਼ਾਇਦ ਉਹ ਮੈਨੂੰ ਦੱਸਿਆ ਵੀ ਉਹ ਹੋਰ ਹਲਕਿਆਂ ਕਿਤੇ ਮਤਲਬ ਘੱਟ ਬਾਹਰ ਪ੍ਰਚਾਰ ਕਰ ਨਹੀਂ ਰਹੇ। ਸੰਗਰੂਰ ਦੇ ਲਈ ਤੁਹਾਡਾ ਕੀ ਬਲੂ ਪ੍ਰਿੰਟ ਹੈ? ਕਿਉਂਕਿ ਭਗਵੰਤ ਜਿਹੜੇ ਸਿਟਿੰਗ ਐਮ ਪੀ ਨੇ ਉਹ ਐਲੀਗੇਸ਼ਨ ਲਾਉਂਦੇ, ਕਹਿੰਦੇ ਕਿ ਇੰਨਾ ਲੰਬਾ ਸਮਾਂ ਢੀਂਡਸੇ ਸਿਆਸਤ 'ਚ ਰਹੇ ਆ ਪਰ ਸੰਗਰੂਰ ਨੂੰ ਕਹਿੰਦੇ ਕੁਝ ਵੱਡਾ ਪ੍ਰੋਜੈਕਟ ਦੇ ਨਹੀਂ ਪਾਏ। ਖਾਸ ਤੌਰ 'ਤੇ ਉਹ ਸੁਨਾਮ ਦੀ ਗੱਲ, ਸ਼ਹੀਦ ਊਧਮ ਸਿੰਘ ਦੀ ਗੱਲ ਕਰਦੇ, ਕਹਿੰਦੇ ਮੈਮੋਰੀਅਲ ਬਣਾਉਣਾ ਸੀ ਢੀਂਡਸਾ ਸਾਹਿਬ ਤੋਂ, ਉਹ ਨਹੀਂ ਬਣ ਸਕਿਆ, ਕਹਿੰਦੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਮੈਂ ਆ ਕੇ ਬਣਵਾਈਆਂ। ਦੇਖੋ ਮੈਮੋਰੀਅਲ ਤਾਂ ਅਸੀਂ ਪਿਛਲੀ ਸਰਕਾਰ ਦੇ ਸ਼ੁਰੂ 'ਚ ਹੀ ਸੈਂਕਸ਼ਨ ਕਰਤਾ ਸੀ, ਜਗ੍ਹਾ ਅਸੀਂ ਫਾਈਨਲਾਈਜ਼ ਕੀਤੀ ਸੀ ਸ਼ਹਿਰ ਦੇ ਵਿੱਚ, ਉਹ ਜਗ੍ਹਾ ਸੀ ਮਿਊਂਸੀਪਲ ਕਮੇਟੀ ਦੀ, ਜਿਹਦੇ 'ਤੇ ਕੁਛ ਲੋਕਾਂ ਦਾ ਜਾਂ ਗੁਰਦੁਆਰਾ ਕਮੇਟੀ ਦਾ ਕੁਛ ਕਬਜ਼ਾ ਸੀਗਾ ਜੀ। ਅਸੀਂ ਉਹਨੂੰ ਬੇਨਤੀ ਕੀਤੀ ਵੀ ਅਸੀਂ, ਕਿਉਂਕਿ ਇਹ ਸ਼ਹੀਦ ਊਧਮ ਸਿੰਘ ਦਾ ਮੈਮੋਰੀਅਲ ਹੈ, ਤੁਹਾਨੂੰ ਅਸੀਂ ਫਿਕਸਡ ਜਿਹੜੀ ਹੈ ਗੁਰਦੁਆਰਾ ਕਮੇਟੀ ਨੂੰ ਕੋਈ ਐਸਾ ਹੱਲ ਲੱਭ ਦਿੰਦੇ ਹਾਂ ਵੀ ਤੁਹਾਨੂੰ ਮਹੀਨੇ ਦਾ ਮਹੀਨੇ ਕੁਛ ਇਨਕਮ ਮਿਲੀ ਜਾਵੇ, ਤੁਸੀਂ ਇਹ ਜਗ੍ਹਾ ਸਾਨੂੰ ਦੇ ਦਿਓ। ਅਤੇ ਹੈ ਵੀ ਮਿਊਂਸੀਪਲ ਕਮੇਟੀ ਨੇ ਮਤਾ ਪਾਤਾ ਜੀ, ਉਹਨਾਂ ਨੇ ਅਸੀਂ ਉਹਨਾਂ ਨੇ ਪਹਿਲਾਂ ਹਾਂ ਕਰਤੀ, ਫਿਰ ਬਾਅਦ 'ਚ ਜਾ ਕੇ ਕੋਰਟ 'ਚ ਸਟੇਅ ਲੈ ਲਈ। ਉਹ ਤਕਰੀਬਨ ਸਾਲ ਡੇਢ ਸਾਲ ਕੰਮ ਚੱਲਦਾ ਰਿਹਾ, ਫਿਰ ਅਸੀਂ ਫਾਈਨਲਾਈਜ਼ ਕੀਤਾ ਵੀ ਹੁਣ ਚਲੋ ਸ਼ਹਿਰ ਦੇ ਵਿੱਚ ਜੇ ਜਗ੍ਹਾ ਨਹੀਂ ਮਿਲ ਰਹੀ, ਸ਼ਹਿਰ ਦੇ ਵਿੱਚ ਇੱਕੋ ਜਗ੍ਹਾ ਸੀ ਉਹ ਜਿਹੜੀ ਜਿੱਥੇ ਬਣ ਸਕਦਾ ਸੀਗਾ, ਅਸੀਂ ਕਿਹਾ ਚਲੋ ਸ਼ਹਿਰ ਤੋਂ ਥੋੜ੍ਹਾ ਜਿਹਾ ਬਾਹਰ। ਫਿਰ ਅਸੀਂ ਜਗ੍ਹਾ ਲਈ, ਉਹਦਾ ਨਕਸ਼ਾ ਵੀ ਤਿਆਰ ਹੋ ਗਿਆ, ਜਗ੍ਹਾ ਦੇ ਪੈਸੇ ਦੇ ਤੇ ਇਸ ਜਗ੍ਹਾ ਅਕਵਾਇਰ ਕਰ ਲਈ,
ਅਤੇ ਉਹਨਾਂ ਨੂੰ ਜਿਹੜਾ ਹੈ ਚੋਣ ਜ਼ਾਬਤਾ ਲੱਗ ਗਿਆ ਅਤੇ ਉਹ ਕੰਮ ਨਹੀਂ ਸ਼ੁਰੂ ਹੋ ਸਕਿਆ, ਟੈਂਡਰਿੰਗ ਹੋ ਗਈ ਸੀ, ਸਾਰਾ ਕੁਛ ਹੋ ਗਿਆ ਸੀ। ਸੋ ਉਹ ਤਾਂ ਹੈ ਜਿਹੜੀ ਸ਼ਹੀਦ ਊਧਮ ਸਿੰਘ ਸਮਾਰਕ ਦੀ ਗੱਲ ਹੈ। ਬਾਕੀ ਜੇ ਤੁਸੀਂ ਪ੍ਰੋਜੈਕਟ ਦੀ ਗੱਲ ਕਰੋ, ਆਹ ਜਿਹੜੇ ਸਾਰੇ ਫੋਰ ਟ੍ਰੇਨਿੰਗ ਸੜਕਾਂ ਬਣੀਆਂ, ਜਦ ਮੈਂ PWD ਮਿਨਿਸਟਰ ਸੀ, ਇਹ ਸਾਰੀਆਂ DPR ਰਿਪੋਰਟਸ ਨੇ ਜਿਹੜੀਆਂ ਉਦੋਂ ਤਿਆਰ ਕਰਕੇ ਅਸੀਂ ਸੈਂਟਰ ਨੂੰ ਭੇਜੀਆਂ। ਤਕਰੀਬਨ 600-700 ਕਰੋੜ ਰੁਪਈਆ ਅਸੀਂ ਸਿਰਫ, ਮੇਰੇ ਕੋਲ ਐਗਜੈਕਟ ਫਿਗਰ ਨਹੀਂ ਹੈ, 500-700 ਕਰੋੜ ਦੇ ਵਿੱਚ ਕੋਈ ਅਮਾਊਂਟ ਹੋਏਗਾ ਜਿਹੜਾ ਸਿਰਫ ਜੋ ਪੇਂਡੂ ਸੜਕਾਂ ਨੂੰ ਲਿੰਕ ਰੋਡਸ ਨੂੰ ਚੌੜਾ ਕਰਨ ਵਾਸਤੇ, 18 ਫੁੱਟੀ ਕਰਨ ਵਾਸਤੇ ਸੰਗਰੂਰ ਅਤੇ ਬਰਨਾਲੇ ਜ਼ਿਲ੍ਹੇ ਦੇ ਵਿੱਚ ਉਹਨਾਂ 5 ਸਾਲਾਂ 'ਚ ਖਰਚ ਹੋਏ ਆ ਜੀ। ਫਿਰ ਮੈਂ, ਮੈਨੂੰ ਵਿੱਤ ਮੰਤਰੀ ਦੇ ਤੌਰ 'ਤੇ ਮਿਲਿਆ ਮੌਕਾ, ਸਾਰੇ ਸ਼ਹਿਰਾਂ ਦੇ ਵਿੱਚ ਸੀਵਰੇਜ, ਵਾਟਰ ਸਪਲਾਈ, ਨਵੇਂ ਕਾਲਜ ਅਸੀਂ ਬਣਾਏ ਸਾਡੇ ਦੋਨਾਂ ਜ਼ਿਲ੍ਹਿਆਂ ਦੇ ਵਿੱਚ। 10 ਸਾਲ ਪਹਿਲਾਂ ਤੱਕ ਸਿਰਫ 3 ਸਰਕਾਰੀ ਕਾਲਜ ਸੀ ਜੀ, ਹੁਣ ਅੱਜ ਅਸੀਂ ਨਾ 10 ਸਾਲਾਂ ਦੇ ਵਿੱਚ 4 ਨਵੇਂ ਸਰਕਾਰੀ ਕਾਲਜ ਸਥਾਪਿਤ ਕੀਤੇ, 6 ਨਵੇਂ ਹਸਪਤਾਲ ਅਸੀਂ ਜਿਹੜੇ ਟੋਟਲੀ ਨਵੇਂ ਅਸੀਂ ਬਣਾਏ ਜੀ, ਪੇਂਡੂ ਖੇਤਰਾਂ ਦੇ ਵਿੱਚ ਬਣਾਏ ਸਾਰੇ ਦੇ ਸਾਰੇ। ਇਹ ਕੋਈ ਛੋਟੀਆਂ ਗੱਲਾਂ ਨਹੀਂ, ਜਿਹੜੀ ਤੁਸੀਂ ਦੇਖੋ ਕਿ 65 ਸਾਲ ਕੰਮ ਨਹੀਂ ਹੋਇਆ ਤਾਂ ਇਹ ਵੀ ਇੱਕ ਪ੍ਰੋਜੈਕਟ ਹੀ ਹੈ ਜੇ ਸੂਬਾ ਸਰਕਾਰ ਜਿਹੜੇ ਕੰਮ ਕਰਦੀ ਹੈ। ਫਿਰ ਸੰਗਰੂਰ ਜ਼ਿਲ੍ਹੇ ਦੇ ਵਿੱਚ ਸਾਰੇ ਹਲਕਿਆਂ 'ਚ ਜਿਹੜਾ ਹੈ ਅੰਡਰਗਰਾਊਂਡ ਪਾਈਪਾਂ ਜਾਂ ਖਾਲਾਂ ਦੇ ਰਾਹੀਂ ਪਾਣੀ ਅੱਜ ਪਹੁੰਚ ਚੁੱਕਿਆ ਜੀ। 900 ਕਰੋੜ ਰੁਪਏ ਦਾ ਪ੍ਰੋਜੈਕਟ ਜਿਹੜਾ ਹੈ ਨਬਾਰਡ ਤੋਂ ਅਸੀਂ ਪਾਸ ਕਰਕੇ ਲਿਆਂਦਾ, ਸਿਰਫ ਖਾਲਾਂ ਦਾ ਅਤੇ ਅੰਡਰਗਰਾਊਂਡ ਪਾਈਪਾਂ ਦਾ ਜੀ। ਅਤੇ ਜਿਹੜੇ ਸਾਰੀਆਂ ਨਹਿਰਾਂ ਜਿਹੜੀਆਂ ਨੇ ਉਹ ਸਾਰੀਆਂ ਪੱਕੀਆਂ ਕਰਾਤੀਆਂ ਤਾਂ ਕਿ ਕਿਸਾਨਾਂ ਤੱਕ ਪਾਣੀ ਪਹੁੰਚੇ। ਇਹ ਸਾਰਾ ਪੈਸਾ ਜਿਹੜਾ ਹੈ ਮੇਰੇ ਵਿੱਤ ਮੰਤਰੀ ਹੁੰਦੇ ਹੁੰਦੇ ਜਾਂ PWD ਮੰਤਰੀ ਹੁੰਦੇ, ਇਹ ਸਾਰਾ ਪੈਸਾ ਲੱਗਿਆ ਸਾਡੇ ਜ਼ਿਲ੍ਹੇ ਦੇ ਵਿੱਚ ਅਤੇ ਇਹ ਲੋਕਾਂ ਦੇ ਸਾਹਮਣੇ ਹੈ। 65 ਸਾਲ 'ਚ ਜਿਹੜਾ ਕੁਛ ਨਹੀਂ ਸੀ ਹੋਇਆ ਉਸ ਤੋਂ ਵੱਧ ਅਸੀਂ 10 ਸਾਲਾਂ 'ਚ ਕਰਕੇ ਦਿਖਾਇਆ। ਆਪਾਂ ਲੋਕਾਂ ਤੋਂ ਹੀ ਪੁੱਛਦੇ ਹਾਂ, ਮੇਰੇ ਖਿਆਲ ਆਪਾਂ ਪਹੁੰਚਣ ਵਾਲੇ ਹਾਂ, ਲੋਕ ਢੀਂਡਸਾ ਸਾਹਿਬ ਦੀ ਗੱਲ ਨਾਲ ਸਹਿਮਤ ਨੇ ਜਾਂ ਨਹੀਂ, ਜਾਂ ਫਿਰ ਜਨਤਾ ਦੇ ਕੀ ਸਵਾਲ ਨੇ, ਆਪਾਂ ਜਿਹੜਾ ਅਗਲਾ ਪਿੰਡ ਹੈਗਾ ਪ੍ਰਚਾਰ ਵਾਲਾ ਉੱਥੇ ਪਹੁੰਚਣ ਵਾਲੇ ਹਾਂ ਅਤੇ ਉੱਥੇ ਜਨਤਾ 'ਚ ਜਾ ਕੇ ਹੁਣ ਗੱਲਬਾਤ ਕਰਦੇ ਹਾਂ। ਇਲੈਕਸ਼ਨ ਦਾ ਦੌਰ ਹੈ ਅਤੇ ਪ੍ਰਚਾਰ ਕਰਦਿਆਂ ਢੀਂਡਸਾ ਸਾਹਿਬ ਇਸ ਵਕਤ ਜਨਤਾ 'ਚ ਪਹੁੰਚ ਚੁੱਕੇ ਨੇ। ਲੋਕ ਸਭਾ ਹਲਕਾ ਸਕਰੂਰ ਦੇ ਪਿੰਡ ਬਖੋਰਾ 'ਚ ਇਸ ਵੇਲੇ ਅਸੀਂ ਮੌਜੂਦ ਹੈਗੇ ਹਾਂ। ਜਨਤਾ ਦੇ ਨਾਲ ਵੀ ਸੰਵਾਦ ਕਰਾਂਗੇ ਕਿ ਲੋਕ ਆਖਿਰਕਾਰ ਆਪਣੇ ਉਮੀਦਵਾਰ ਨੂੰ ਕੀ ਪੁੱਛਣਾ ਚਾਹੁੰਦੇ ਨੇ, ਪਰ ਉਸ ਤੋਂ ਪਹਿਲਾਂ ਢੀਂਡਸਾ ਸਾਹਿਬ ਮੇਰਾ ਇੱਕ ਸਵਾਲ ਹੈ। ਭਗਵੰਤ ਮਾਨ ਕਹਿੰਦੇ ਨੇ ਕਿ 25 ਕਰੋੜ ਦਾ ਫੰਡ ਮਿਲਦਾ ਅਤੇ 26.5 ਕਰੋੜ ਮੈਂ ਲੋਕਾਂ ਨੂੰ ਵੰਡਿਆ, ਫਿਰ ਉਹਨਾਂ ਦੀ ਕਿਹੜੀ ਵਜ੍ਹਾ ਹੈਗੀ ਹੈ ਕਿ ਲੋਕ ਮੈਨੂੰ ਵੋਟ ਨਾ ਪਾਉਣਗੇ? ਦੇਖੋ, ਮੇਰੀ ਤਾਂ ਇੱਕੋ ਹੀ ਹੈ ਵੀ ਸਾਰੇ MPਆਂ ਨੂੰ ਪੈਸੇ ਹੁੰਦਾ, ਸਾਰੇ ਖਰਚਦੇ ਆ। ਜਿਹੜੀ ਚੀਜ਼ ਸਰਕਾਰ ਨੇ ਆਪ ਦੇਣੀ ਹੈ ਉਹ ਖਰਚਣ 'ਚ ਕੋਈ ਖਾਸ ਨਹੀਂ, ਜਿਹੜੀ ਚੀਜ਼ ਤੁਸੀਂ ਜਿਹੜੀ ਹੈ ਜੱਦੋ ਜਹਿਦ ਕਰਕੇ ਲੈ ਕੇ ਆਉਂਦੇ ਹੋ, ਚਾਹੇ ਕੋਈ ਪ੍ਰੋਜੈਕਟ ਹੈ, ਚਾਹੇ ਕੋਈ ਹੋਰ ਲੋਕਾਂ ਵਾਸਤੇ ਸਹੂਲਤਾਂ ਹੈ, ਜਾਂ ਇਹ ਜਿਹੜੀ ਤੁਹਾਡੀ ਆਪਦੀ ਹਿੰਮਤ ਹੈ ਉਹ ਦੱਸੋ ਵੀ ਕੀ ਹੈ। ਅਤੇ ਅੱਜ ਸਾਨੂੰ ਬਹੁਤ ਹਲਕੇ ਦੇ ਵਿੱਚ ਬੜੀਆਂ ਵੱਡੀਆਂ ਜਿਹੜੀਆਂ ਲੋੜਾਂ ਨੇ, ਕੇਂਦਰ ਦੇ ਵੱਡੀ ਇਨਵੈਸਟਮੈਂਟ ਦੀ ਲੋੜ ਹੈ, ਅਤੇ ਉਹਦੇ ਵਿੱਚ ਕੀ ਪ੍ਰਾਪਤੀ ਹੈ ਉਹਨਾਂ ਦੀ, ਉਹ ਮੈਂ ਸਮਝਦਾ ਉਹ ਉਹਨਾਂ ਤੋਂ ਪੁੱਛਣ ਦੀ ਗੱਲ ਹੈ, ਨਾ ਕਿ ਵੀ ਜਿਹੜਾ 25 ਕਰੋੜ 25 ਕਰੋੜ ਤਾਂ ਸਾਰੇ MPਆਂ ਨੇ ਖਰਚਿਆ, ਕੋਈ ਐਸਾ MP ਹੈ ਹੀ ਨਹੀਂ ਜਿਹਨੇ ਨਾ ਖਰਚਿਆ ਹੋਵੇ ਸਾਰਿਆਂ ਦਾ। MP ਦੀ ਕਾਬਲੀਅਤ ਦੇ ਕੀ ਪੈਰਾਮੀਟਰਸ ਹੈਗੇ ਆ ਤੁਹਾਡੇ ਮੁਤਾਬਕ? ਦੇਖੋ, MP ਦੀ ਕਾਬਲੀਅਤ ਤਾਂ ਇਹ ਹੈ ਵੀ ਇਕੱਲੀ ਉੱਥੇ ਗੱਲ ਕਰਨੀ ਨਹੀਂ, ਬਲਕਿ ਉਹਦੀ ਪੈਰਵਾਈ ਕਰਕੇ ਉਹ ਗੱਲ ਮਨਵਾਉਣੀ। ਮੁੱਦੇ ਲੋਕਾਂ ਦੇ ਬਹੁਤ ਹੁੰਦੇ ਨੇ, ਹਰ ਵਰਗ ਦੇ ਮੁੱਦੇ ਨੇ, ਹਰ ਇਲਾਕੇ ਦੇ ਮੁੱਦੇ ਨੇ, ਕੋਈ ਲੋਕਲ ਜਿਹੜੇ ਨੇ ਜਿਵੇਂ ਪਿੰਡਾਂ ਦੇ ਆਪਦੇ ਮੁੱਦੇ ਨੇ। ਸੋ ਉਹ ਉਹਨਾਂ ਦੀ ਸਮੱਸਿਆ ਨੂੰ ਜਿਹੜੀ ਕੇਂਦਰ ਦੇ ਕਰਨ ਵਾਲੀ ਹੈ ਉੱਥੇ ਉਠਾਉਣਾ, ਅਤੇ ਇਕੱਲਾ ਉਠਾਉਣਾ ਨਹੀਂ ਬਲਕਿ ਉਹਦੀ ਪੈਰਵਾਈ ਵੀ ਕਰਨੀ। ਇਕੱਲੇ ਉਠਾਉਣ ਨਾਲ ਮਸਲਾ ਹੱਲ ਨਹੀਂ ਹੁੰਦਾ, ਜੇ ਆਪਾਂ ਪੈਰਵਾਈ ਨਹੀਂ ਕਰਦੇ ਤਾਂ ਉਹ ਮਸਲਾ ਹੱਲ ਨਹੀਂ ਹੁੰਦਾ। ਸੋ ਉੱਥੇ ਪੈਰਵਾਈ ਕਰਕੇ ਉਹਦਾ ਹੱਲ ਕਰਾਉਣਾ, ਇਹ ਸਮੇਂ ਦੀ ਲੋੜ ਹੈ। ਮੈਂ ਲੋਕਾਂ ਤੋਂ ਸਵਾਲ ਲੈਣੇ ਚਾਹੂੰਗਾ, ਕੌਣ ਸਵਾਲ ਕਰਨਾ ਚਾਹੁੰਦਾ ਜੀ?
ਅਸੀਂ ਤਾਂ ਇੱਕ ਗੱਲ ਪੁੱਛਣੀ ਚਾਹੁੰਦੇ ਹਾਂ ਵੀ ਜੇ ਭਗਵੰਤ ਮਾਨ ਕਹਿੰਦਾ ਮੈਂ 26 ਕਰੋੜ ਖਰਚ ਕੀਤਾ ਸਾਡੇ ਲਹਿਰੇ ਹਲਕੇ ਦੇ MLA ਨਾਲ ਮੁਕਾਬਲਾ ਕਰ ਲੈਣ, ਉਹ ਜੇ 10% ਲਾਇਆ ਹੋਇਆ ਅਸੀਂ ਉਹਦੇ ਦੇਣਦਾਰ ਹਾਂ ਲਹਿਰੇ ਹਲਕੇ ਦੇ ਮੁਕਾਬਲੇ। ਤੁਸੀਂ ਉਹਨਾਂ ਕੋਲ 9 ਹਲਕੇ ਹੈਗੇ ਆ, ਹਾਂਜੀ ਹਾਂਜੀ, ਤੁਸੀਂ ਪਰਮਿੰਦਰ ਜੀ ਨੂੰ ਕੀ ਸਵਾਲ ਕਰਨਾ ਚਾਹੁੰਦੇ ਹੋ? ਪਰਮਿੰਦਰ ਜੀ ਨੂੰ ਤਾਂ ਅਸੀਂ ਸਵਾਲ ਕੋਈ ਕਰਨ ਜੋਗਾ ਛੱਡੀ ਨਹੀਂ ਹੈਗਾ ਜੀ, ਅਸੀਂ ਤਾਂ ਮਤਲਬ ਸਿਆਣੇ ਚਮੜਤੇ ਇਹਨਾਂ ਨੇ। ਦੇਖੋ ਜੀ, ਮੇਰਾ ਤਾਂ ਕੋਈ ਸਵਾਲ ਨਹੀਂ, ਜੋ ਕੁਛ ਮੰਤਰੀ ਸਾਹਿਬ ਨੇ ਦਿੱਤਾ ਬਹੁਤ ਵਧੀਆ, ਸਾਡਾ ਹਲਕਾ 20 ਸਾਲ ਮੂਹਰੇ ਹੈ, ਇੱਦੂ ਕਹਿਣ ਦੀ ਕੋਈ ਗੱਲ ਨਹੀਂ। ਜੇ ਕਹੀਏ ਭਲਵੰਤ ਮਾਨ ਬਾਰੇ, ਉਹਦੇ ਬਾਰੇ ਤਾਂ ਸਾਨੂੰ ਕੋਈ ਜਾਣਕਾਰੀ ਨਾ, ਅਸੀਂ ਉਹਦੇ ਬਾਰੇ ਦੱਸ ਸਕਦੇ ਨਾ ਕਦੇ ਜਦੋਂ। ਹਾਂਜੀ ਸਰ, ਅਸੀਂ ਇੱਕ ਗੱਲ ਪੁੱਛਣਾ ਚਾਹੁੰਦੇ ਹਾਂ ਭਗਵੰਤ ਮਾਨ ਸਾਹਿਬ ਤੋਂ, ਇੱਕੋ ਗੱਲ ਪੁੱਛਣੀ ਆ, ਜ਼ਿਆਦਾ ਗੱਲ ਨਹੀਂ ਕਰਦੇ ਵੀ ਕਿੰਨਾ ਟਾਈਮ ਉਹਨਾਂ ਨੂੰ ਹੋਇਆ ਇੱਕ ਵਾਰੀ 10 ਦਿਨ ਸਾਡੇ ਪਿੰਡ 'ਚ ਉਹਨਾਂ ਨੇ ਪੈਰ ਵੀ ਰੱਖਿਆ ਹੋਵੇ ਤਾਂ, ਜਦੋਂ ਆ ਕੇ ਕੋਈ ਹਾਲ ਨਹੀਂ ਪੁੱਛਣਾ, ਚਾਲ ਨਹੀਂ ਪੁੱਛਣਾ, ਤਾਂ ਅਸੀਂ ਕਿਉਂ ਉਹਨਾਂ ਦੇ ਪਿੱਛੇ ਲੱਗੀਏ? ਕੀ ਸਾਨੂੰ ਲੋੜ ਹੈ, ਦਿੱਤਾ ਕੀ ਆ ਸਾਨੂੰ? ਕੁਛ ਵੀ ਨਹੀਂ ਦਿੱਤਾ, ਆ ਕੇ 10 ਦਿਨ ਤੁਹਾਡੇ ਪਿੰਡ 'ਚ ਕੀ ਹੋਣ ਵਾਲਾ? ਸਾਡੇ ਪਿੰਡ 'ਚ ਕੁਛ ਵੀ ਨਹੀਂ, ਨਾ ਜਿੰਮ ਨਾ ਉਹ, ਜਿਹੜਾ ਮੰਤਰੀ ਸਾਹਿਬ ਨੇ ਜਿਹੜਾ ਕੁਛ ਦਿੱਤਾ ਸੀ ਉਸ ਤੋਂ ਬਾਅਦ ਉਹਨਾਂ ਨੇ ਕਦੇ ਹਾਲ ਚਾਲ ਵੀ ਨਹੀਂ ਪੁੱਛਿਆ, ਅਸੀਂ ਕਿਉਂ ਪਿੱਛੇ ਲੱਗੀਏ? ਸਾਨੂੰ ਕੋਈ ਲੋੜ ਨਹੀਂ ਉਹਨਾਂ ਪਿੱਛੇ ਲੱਗਣ ਦੀ। ਸਾਨੂੰ ਤਾਂ ਕਿਤੇ ਹੋਰ ਵੀ ਰੋਸ ਭਗਵੰਤ ਮਾਨ ਤੇ ਜੀ, ਉਹਨਾਂ ਨੇ ਐਲਾਨ ਕੀਤਾ ਸੀ ਸਰਬਸੰਮਤੀ ਦੇ ਵਾਸਤੇ 5 ਲੱਖ ਰੁਪਇਆ ਪਿੰਡ ਨੂੰ ਲਿਓ, ਸਰਬਸੰਮਤੀ ਹੋਈ। ਸਾਡੇ ਤਾਂ ਉਰੇ ਐਪਲੀਕੇਸ਼ਨ ਮੰਗਾਉਂਦਾ ਰਿਹਾ, ਦੇ ਦਿਓ ਜੀ, ਪੰਚਾਇਤ ਆ ਜਾਓ ਜੀ, ਗੁੰਮਰਾਹ ਕਰਕੇ ਸਾਨੂੰ ਤਾਂ 5 ਲੱਖ ਉਹ ਵੀ ਨਹੀਂ ਦਿੱਤਾ ਸਾਨੂੰ, ਉੱਥੇ ਹੋਰ ਵੱਡਾ ਰੋਸ ਹੈ ਵੀ ਸਾਡੇ ਪਿੰਡ ਦਾ ਵੋਟ ਮੰਗਣ ਦਾ ਹੱਕਦਾਰ ਹੀ ਨਹੀਂ ਹੈਗਾ। ਇੱਕ ਵਾਰੀ ਜੀ ਉਹਨਾਂ ਨੇ ਬੁਲਾ ਕੇ ਸਾਡੇ ਪਿੰਡ ਦੀ ਪੰਚਾਇਤ, ਗੱਡੀ ਐਕਸੀਡੈਂਟ ਹੋ ਗਈ, ਨਾਲੇ ਕੁਛ ਦਿੱਤਾ ਨਹੀਂ, ਨਾਲੇ ਗੱਡੀ ਬਣਾ ਦੀ, ਨਾਲੇ ਬੰਦੇ ਮਰਾਤੇ ਹੁੰਦੇ ਨੇ, ਹਾਂ ਪੈਸੇ ਸਾਡੇ ਆਪਦੇ ਲੱਗੇ, ਕਹਿੰਦਾ ਆ ਜਾਓ ਮੈਂ ਤੁਹਾਨੂੰ ਗ੍ਰਾਂਟ ਦੇਊਂਗਾ, ਉਹਦੇ ਗੱਡੀ ਐਕਸੀਡੈਂਟ ਹੋ ਗਈ। ਹਾਂਜੀ ਹਾਂ, ਸਾਡੇ ਚਗਾਨ ਦੇ ਵਿੱਚ ਤੁਸੀਂ ਮੰਤਰੀ ਆਉਂਦੇ ਹੋ, ਵੱਡੇ ਤੋਂ ਵੱਡੇ ਆਉਂਦੇ ਹੋ ਤੁਸੀਂ, ਕੋਈ ਸਾਡਾ ਦੇਖ ਲਓ ਵੀ ਇੱਥੇ ਢੰਗ ਆ ਕੋਈ, ਸਾਡਾ ਲੰਘਣ ਨੂੰ ਤੁਹਾਨੂੰ ਖੜਨ ਨੂੰ ਥੋਵੀ ਨਹੀਂ ਹੈਗੀ ਜੀ। ਹਾਂ ਸਾਡੀ ਪੈਸਾ ਬਹੁਤ ਭੇਜਿਆ, ਢੀਂਡਸਾ ਸਾਹਿਬ ਨੇ ਪੈਸਾ ਬਹੁਤ ਭੇਜਿਆ, ਪਰ ਉਹ ਸਹੀ ਪੈਸਾ ਨਹੀਂ ਲੱਗਿਆ, ਪੈਸਾ ਰਫਾ ਦਫਾ ਹੋ ਗਿਆ ਸਾਰਾ। ਪੈਸਾ ਜੀ ਰਫਾ ਦਫਾ ਹੋ ਗਿਆ, ਅਕਾਲੀ ਸਰਕਾਰ ਦੇ ਵੇਲੇ ਲੋਕ ਇਹ ਗੱਲ ਮੰਨਦੇ ਆ, ਕਹਿੰਦੇ ਫੰਡ ਬਹੁਤ ਦਿੱਤੇ ਆ, ਪਰ ਕਹਿੰਦੇ ਕਿਤੇ ਸਰਪੰਚ ਖਾ ਗਏ, ਕਿਤੇ MLA ਖਾ ਗਏ, ਜਾਂ ਕਿਤੇ ਅਫਸਰ ਸ਼ਾਹੀ ਖਾ ਗਈ। ਦੇਖੋ ਗੱਲ ਇਹ ਹੈ, ਸਾਡੀ ਡਿਊਟੀ ਹੈ ਵੀ ਆਖਰ ਡਾਇਰੈਕਟਲੀ ਤਾਂ ਲਾ ਨਹੀਂ ਸਕਦੇ, ਸੁਪਰੀਮ ਹਾਈਕੋਰਟ ਦਾ ਆਰਡਰ ਹੈ ਵੀ ਪੈਸਾ ਸਿਰਫ ਪੰਚਾਇਤ ਨਹੀਂ ਲੱਗ ਸਕਦਾ, ਇਹ ਹਾਈਕੋਰਟ ਦਾ ਆਰਡਰ ਹੈ, ਤੁਹਾਨੂੰ ਵੀ ਪਤਾ ਹੈ। ਅਤੇ ਅਸੀਂ ਤਾਂ ਜਿਹੜਾ ਜਿਹੜੀ ਸਾਡੀ ਲੋਕਤੰਤਰਿਕ ਪ੍ਰਣਾਲੀ ਹੈ, ਜੋ ਸਿਸਟਮ ਹੈ, ਉਹਦੇ ਤਹਿਤ ਪੈਸਾ ਸਾਰਾ ਜਿਹੜਾ ਹੈ ਪੰਚਾਇਤ ਦੇ ਰਾਹੀਂ ਲੱਗਣਾ। ਜਿਹੜਾ ਕੋਈ 10 ਲੱਖ ਤੋਂ ਉੱਤੇ ਦਾ ਇੱਕ ਸਿੰਗਲ ਪ੍ਰੋਜੈਕਟ ਹੋਵੇ ਉਹ ਅਸੀਂ ਤੁਸੀਂ ਦੂਜੇ ਮਹਿਕਮੇ ਨੂੰ ਦੇ ਸਕਦੇ ਹਾਂ। ਸੋ ਚੁਣੀ ਹੋਈ ਨੁਮਾਇੰਦਾ ਪੰਚਾਇਤ ਹੁੰਦੀ ਹੈ, ਪੰਚਾਇਤ ਨੂੰ ਸਾਡੀ ਅਸੀਂ ਜਿਹੜਾ ਵੀ ਪਿੰਡ ਦੇ ਵਿੱਚ ਸੰਗਤ ਦਰਸ਼ਨ ਕਰਕੇ ਜੋ ਪਿੰਡ ਦੀਆਂ ਲੋੜਾਂ ਸੀ, ਜੋ ਕੰਮ ਹੋਣ ਵਾਲੇ ਸੀ, ਉਹਦੇ ਤਹਿਤ ਅਸੀਂ ਉਹਨਾਂ ਨੂੰ ਜਿਹੜੀਆਂ ਲੋੜੀਂਦੀਆਂ ਗਰਾਂਟਾਂ ਸੀ ਉਹ ਮੁਹੱਈਆ ਕਰਾਈਆਂ ਨੇ। ਅਤੇ ਆਖਰ ਜਿਹੜਾ ਹੈ ਜਿਵੇਂ MLA ਚੁਣੇ ਹੋਏ, ਮੈਂ ਸਮਝਦਾ ਪੰਚਾਇਤ ਵੀ ਲੋਕਾਂ ਦੀ ਚੁਣੀ ਹੋਈ ਹੈ ਅਤੇ ਪੰਚਾਇਤ ਨੂੰ ਵੀ ਲੋਕਾਂ ਨੂੰ ਜਵਾਬਦੇਹ ਹੋਣਾ ਚਾਹੀਦਾ ਵੀ ਕਿਹੜਾ ਪੈਸਾ ਕਿੱਥੇ ਲੱਗਿਆ। ਹੋਰ ਕੋਈ ਸਵਾਲ ਹੈ ਜੀ, ਕੋਈ ਮੰਗ ਹੈ ਤੁਹਾਡੀ? ਗ੍ਰਾਂਟ ਤਾਂ ਦੇਖੋ ਢੀਂਡ ਸਾਹਿਬ ਨੇ ਬਹੁਤ ਦਿੱਤੀਆਂ ਨੇ, ਅਸੀਂ ਇਹ ਨਹੀਂ ਕਹਿੰਦੇ ਵੀ ਗ੍ਰਾਂਟ ਨਹੀਂ, ਪੈਸਾ ਬਹੁਤ ਹੈ, ਪਰ ਸਾਡੇ ਦੇਖ ਲਓ ਕਿਤੇ ਲੱਗਿਆ ਹੋਇਆ ਕਿਤੇ ਨਹੀਂ ਸ਼ੋਰ ਹੈ, ਪਰ ਕਾਰਵਾਈ ਜਿਵੇਂ ਹੁਣ ਢੀਂਡ ਸਾਹਿਬ ਪੈਸਾ ਦਿੰਦੇ ਆ, ਗੌਰ ਤਾਂ ਹੋਣੀ ਚਾਹੀਦੀ ਵੀ ਅਸੀਂ ਪੈਸਾ ਦਿੱਤਾ ਉਹ ਸਹੀ ਲੱਗਿਆ, ਸਾਡਾ ਘਰਾਂ ਲੱਗਿਆ। ਹਾਂਜੀ ਚਾਨਣ ਹੋਣਾ ਚਾਹੀਦਾ ਪਿੰਡ 'ਚ, ਇਹ ਕਹਿੰਦੇ ਜੀ ਪੈਸਾ ਦਿੱਤਾ ਉਹ ਢੀਂਡ ਸਾਹਿਬ ਨੇ, ਅਸੀਂ ਨਹੀਂ ਕਹਿੰਦੇ ਅਸੀਂ ਮੁੱਕਰਦੇ। ਢੀਂਡ ਸਾਹਿਬ ਜਿੰਨੀ ਕੁ ਗੱਲ ਮੈਨੂੰ ਸਮਝ ਆਉਂਦੀ ਹੈ, ਜਿੰਨੀ ਕੁ ਮੈਨੂੰ ਗੱਲ ਸਮਝ ਆਉਂਦੀ ਹੈ ਇਹ ਐਲੀਗੇਸ਼ਨ ਅਸੀਂ ਪੂਰਾ ਪੰਜਾਬ ਘੁੰਮਦੇ ਹਾਂ, ਇਹ ਐਲੀਗੇਸ਼ਨ ਲੱਗਦਾ ਹੈ, ਕਹਿੰਦੇ ਸਰਪੰਚ ਤੁਹਾਡੇ ਵੇਲੇ ਤੁਹਾਡੀ ਪਾਰਟੀ ਦੇ ਸੀ, ਘਾਲੇ ਮਾਲੇ ਬਹੁਤ ਵੱਡੇ ਪੱਧਰ 'ਤੇ ਹੋਏ ਆ, ਉਹ ਕਹਿੰਦੇ ਕਿ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਕਿ ਪੈਸਾ ਉਹ ਗਿਆ ਕਿੱਥੇ ਆ। ਦੇਖੋ ਇਨਵੈਸਟੀਗੇਸ਼ਨ ਤਾਂ ਸਰਕਾਰ ਨੇ ਕਰਾਉਣੀ ਉਹਨਾਂ ਦੀ, ਹਾਂ ਅਸੀਂ ਕੋਈ ਕਿਸੇ ਦਾ ਉਹ ਨਹੀਂ ਕਰਦੇ, ਇਨਵੈਸਟੀਗੇਸ਼ਨ ਸਰਕਾਰ ਕਰਾ ਸਕਦੀ ਹੈ ਅਤੇ ਕਰਾਵੇ, ਸਾਨੂੰ ਕੋਈ ਇਸ 'ਤੇ ਇਤਰਾਜ਼ ਨਹੀਂ ਹੈ ਜੀ। ਕੋਈ ਵੀ ਜੇ ਕੋਈ ਬੰਦਾ ਜੇ ਕਿਸੇ ਨੇ ਗਲਤ ਕੀਤਾ ਹੋਊਗਾ ਆਪੀ ਜਿਹੜਾ ਉਹਦਾ ਕਰੂਗਾ ਜੀ। ਸੋ ਅਖੀਰਲਾ ਸਵਾਲ, ਪਰਮਿੰਦਰ ਸਿੰਘ ਢੀਂਡ ਸਾਹਿਬ ਤੋਂ ਕੋਈ ਡਿਮਾਂਡ ਹੈ ਤੁਹਾਡੀ? ਪਰਮਿੰਦਰ ਸਿੰਘ ਢੀਂਡ ਸਾਹਿਬ ਤੋਂ ਕੋਈ ਮੰਗ ਹੈ ਤੁਹਾਡੀ ਕਿ ਜੇਕਰ ਉਹ MP ਬਣਦੇ ਨੇ ਤਾਂ ਕੀ ਕਰਨ ਤੁਹਾਡੇ ਵਾਸਤੇ?
ਅਸੀਂ ਤਾਂ ਆਹੀ ਮੰਗਦੇ ਹਾਂ ਜੀ ਸਾਡਾ ਚਗਾਨ ਨੂੰ ਐਂਡ ਜਿਹੜੇ ਦੇਖਣ ਲੋਕ ਆ ਕੇ ਬਾਹਰ ਲੈ ਸਾਡੇ ਜੀ ਸਾਡੇ ਜੀ ਇਹ ਬੀਜ ਜਮ੍ਹਾਂ ਨਹੀਂ ਬਣੀ ਹੈਗੀ ਪਰ ਲਿਓ ਜੁਕਰੇ ਪਈ ਆ ਵੀ ਹਾਂ ਜੀ ਹਾਂ ਆਹ ਬੀਜ ਉਤਲੀ ਜੀ ਅਸੀਂ ਹੱਥ ਬੰਨ ਕੇ ਕਹਿੰਦੇ ਖਰਚਾ ਖਰਚੀ ਮਰਜਾ ਗਰੀਬ ਬੰਦੇ ਆ ਜੀ ਅਸੀਂ ਸਾਡੇ ਬੱਚੇ ਪੜ੍ਹਾਉਣ ਨੂੰ ਆਹ ਨਹੀਂ ਹੈਗਾ ਸਕੂਲ ਪੰਜਵੀਂ ਦਾ ਜੀ ਅੱਠਵੀਂ ਦਾ ਹੋਣਾ ਚਾਹੀਦਾ ਸਾਡੀ ਤਾਂ ਇਹ ਬੇਨਤੀ ਹੈ ਹਾਂ ਜੀ ਮੇਰੀ ਬੇਨਤੀ ਹੈ ਜੀ ਮੰਤਰੀ ਸਾਹਿਬ ਨੂੰ ਕਿ ਇਹਨਾਂ ਨੇ ਵਿਕਾਸ ਦੇ ਕੰਮ ਤਾਂ ਵੱਡੀ ਪੱਧਰ 'ਤੇ ਕਰਤੇ ਰਜਵਾਹਾ ਵੀ ਪੱਕਾ ਕਰ ਦੋ ਸਾਡੇ ਰਜਵਾਹੇ ਵੀ ਸਾਨੂੰ ਪਾਣੀ ਵਾਸਤੇ ਦੇ ਤੇ ਪਾਣੀ ਡਿਮਾਂਡ ਕੀ ਆ ਡਿਮਾਂਡ ਸਾਡੀ ਕੋਈ ਵਧੀਆ ਇੰਡਸਟਰੀ ਲੱਗ ਜੇ ਇਲਾਕੇ ਦੇ ਵਿੱਚ ਜਿਹੜੇ ਬੇਰੁਜ਼ਗਾਰ ਨੇ ਉਹ ਕੰਮ ਲੱਗ ਜਾਣ ਜੀ ਕਿਸੇ ਗਰੀਬ ਗੁਰਬ ਅਤੇ ਪੜ੍ਹੇ ਲਿਖੇ ਇੱਕ ਤਾਂ ਇੰਡਸਟਰੀ ਦੀ ਮੰਗ ਕਰਦੇ ਆ ਜੀ ਦੂਸਰੀ ਹੈ ਕਿ ਸਕੂਲ ਡਿਵੈਲਪ ਹੋਣਾ ਚਾਹੀਦਾ ਅਪਗ੍ਰੇਡ ਹੋਣਾ ਚਾਹੀਦਾ ਇੱਕ ਤਾਂ ਸਕੂਲ ਅਪਗ੍ਰੇਡ ਹੋਣਾ ਚਾਹੀਦਾ ਕਹਿੰਦੇ ਆ ਸਾਡਾ ਸਕੂਲ ਅਪਗ੍ਰੇਡ ਨਹੀਂ ਹੈ ਦੂਸਰਾ ਨੌਜਵਾਨ ਬੇਰੁਜ਼ਗਾਰ ਹੈ ਕਹਿੰਦੇ ਕੋਈ ਇੰਡਸਟਰੀ ਨਹੀਂ ਹੈਗੀ ਏਰੀਏ 'ਚ ਮੈਂ ਤਾਂ ਹੀ ਕਹਿ ਰਿਹਾ ਮੇਰੀ ਇੱਛਾ ਵੀ ਇਹੀ ਹੈ ਦੇਖੋ ਗੱਲ ਇਹ ਹੈ ਵੀ ਸਾਡੀ ਕੋਸ਼ਿਸ਼ ਇਹੀ ਹੈ ਵੀ ਇਹ ਜਿਹੜਾ ਇੰਡਸਟਰੀ ਜਾਂ ਕੋਈ ਯੂਨੀਵਰਸਿਟੀ ਵੱਡਾ ਪ੍ਰੋਜੈਕਟ ਜਿਵੇਂ ਮੈਂ ਗੱਲ ਕੀਤੀ ਉਹਦੀ ਇਲਾਕੇ ਦੇ ਵਿੱਚ ਲੋੜ ਹੈ ਇਹ ਵੀ ਮੈਂ ਤੁਹਾਨੂੰ ਆਪਦੀ ਗੱਲ ਰੱਖੀ ਹੈ ਵੀ ਉਹ ਕੇਂਦਰ ਸਰਕਾਰ ਤੋਂ ਹੀ ਆ ਸਕਦਾ ਸੋ ਉਹ ਸਾਡੀ ਪਹਿਲੀ ਪ੍ਰਾਇਓਰਟੀ ਹੋਏਗੀ ਵੀ ਸਾਡੇ ਜ਼ਿਲ੍ਹੇ ਦੇ ਵਾਸਤੇ ਕੋਈ ਚੰਗਾ ਜਿਹੜਾ ਹੈ ਪ੍ਰੋਜੈਕਟ ਉਹ ਅਸੀਂ ਲੈ ਕੇ ਆਈਏ ਅਤੇ ਨਾਲ ਹੀ ਜਿਹੜਾ ਹੈ ਸਕੂਲ ਦੀ ਜਿਹੜੀ ਹੈਗੀ ਹੈ ਉਹ ਤਾਂ ਪੰਜਾਬ ਦੀ ਮੌਜੂਦਾ ਸਰਕਾਰ ਨੇ ਹੁਣ ਉਹਨੂੰ ਕਰਨਾ ਅਸੀਂ ਟੇਕਅਪ ਕਰ ਲਾਂਗੇ ਅਤੇ ਉਹਦੇ ਸ਼ਰਤਾਂ 'ਚ ਆਇਆ ਤਾਂ ਜ਼ਰੂਰ ਅਸੀਂ ਪੂਰਾ ਜੀ ਪਹਿਲੀ ਗੱਲ ਤਾਂ ਮੈਂ ਸਰਪੰਚ ਬਣਿਆ ਸਾਡੇ ਅਕਾਊਂਟ 'ਚ ਕੋਈ ਪੈਸਾ ਨਹੀਂ ਤੀਆ ਦੂਸਰੀ ਗੱਲ ਸਾਨੂੰ ਹੌਲੀ ਹੌਲੀ ਮਸਾਂ ਤਰੀਕੇ ਨਾਲ ਪੈਸੇ ਮਿਲ ਲੱਗੇ ਜੋ ਸਾਡਾ ਕੰਮ ਚੱਲਣਾ ਗੱਲ ਸੁਣੋ ਜੀ ਮੈਂ ਅੱਗੇ ਨਹੀਂ ਮੈਂ ਕਹਿ ਰਿਹਾ ਮੈਂ ਸਰਪੰਚ ਤੇ ਆ ਸਾਨੂੰ ਪੈਸੇ ਲੇਟ ਮਿਲੇ ਫਿਰ ਇੱਕ ਮੈਂ ਲੇਟ ਪੈਸੇ ਖੜ ਜਾ ਯਾਰ ਤੂੰ ਵੀ ਖੜ ਜਾ ਪੈਸੇ ਲੇਟ ਮਿਲੇ ਲੇਟ ਮੇਰੇ ਕੰਮ ਚੱਲੇ ਕਾਂਗਰਸ ਦੀ ਸਰਕਾਰ ਬਣੀ ਜਦੋਂ ਉਦੋਂ ਮੇਰੇ ਕੰਮ ਚੱਲਣ ਲੱਗ ਰਹੇ ਤੇ ਸਾਡੇ ਪਿੰਡ ਦੇ ਤਿੰਨ ਬੰਦਿਆਂ ਨੇ ਮੇਰੇ ਸੈਕਟਰੀ ਬਦਲ ਤਿਆ ਜੀ ਬਦਲ ਤਿਆ ਉਦੋਂ ਕਿਸੇ ਨੇ ਉਹਨਾਂ ਨੂੰ ਸਵਾਲ ਨਹੀਂ ਕੀਤੇ ਮੇਰੇ ਤੋਂ ਰਜਿਸਟਰ ਲੈ ਗਏ ਮੈਂ ਬਕਾਇਦਾ ਵੀਡੀਓ ਸਾਹਿਬ ਨੇ ਕਿਹਾ ਵੀ ਲਿਖ ਕੇ ਦੇ ਮੈਂ ਲਿਖਤੀ ਰੂਪ 'ਚ ਦਿੱਤਾ ਹੋਇਆ ਜੀ ਬਕਾਇਦਾ ਵੀ ਮੇਰਾ ਰਜੈਨ ਹੈ ਭਾਈ ਜਿਹੜਾ ਕੋਈ ਕੰਮ ਚਲਾਉਣਾ ਚਾਹੁੰਦਾ ਚਲਾ ਲੇ ਇਹ ਸਵਾਲ ਜਿਹੜੇ ਅੱਜ ਲੋਕ ਕਰਦੇ ਨੇ ਵੀ ਉਹਨਾਂ ਤੋਂ ਐਂ ਸਰਪੰਚ ਤੋਂ ਪੁੱਛਿਆ ਪੈਸੇ ਨਹੀਂ ਲੱਗੇ ਮੈਂ ਕਹਿੰਦਾ ਉਹਨਾਂ ਨੂੰ ਕਿਉਂ ਨਹੀਂ ਪੁੱਛਦੇ ਜਿਨ੍ਹਾਂ ਨੇ ਮੇਰਾ ਸੈਕਟਰੀ ਬਦਲਿਆ ਤੀਆ ਜਿਨ੍ਹਾਂ ਨੇ ਮੇਰੇ ਕੰਮ ਬੰਦ ਕਰਾਏ ਤੇ ਉਹਨਾਂ ਨੂੰ ਕਿਉਂ ਨਹੀਂ ਸਵਾਲ ਕਰਾਇਆ ਤੁਹਾਡੇ ਪਿੰਡ ਦਾ ਮਸਲਾ ਹੈ ਢੀਂਡਸਾ ਸਾਹਿਬ ਅਖੀਰਲਾ ਸਵਾਲ ਹੈ ਅਖੀਰਲਾ ਸਵਾਲ ਹੈ ਤੁਸੀਂ ਸੰਗਰੂਰ ਦੇ ਲੋਕਾਂ ਦੇ ਲਈ ਕੀ ਬਲੂ ਪ੍ਰਿੰਟ ਤਿਆਰ ਕੀਤਾ ਕਿ ਲੋਕ ਤੁਹਾਨੂੰ ਵੋਟ ਪਾ ਕੇ ਜਿਤਾਉਣ ਕਿਉਂਕਿ ਭਗਵੰਤ ਕਹਿੰਦੇ ਆ ਕਿ ਦੋ ਵਾਰ ਢੀਂਡਸਾ ਫੈਮਿਲੀ ਇੱਥੋਂ ਹਾਰੀ ਹੈ ਹੁਣ ਲੋਕ ਤੁਹਾਨੂੰ ਕਿਉਂ ਜਿਤਾਉਣ ਦੇਖੋ ਜਿਹੜਾ ਜਿੱਤਿਆ ਜਵਾਬ ਤਾਂ ਉਹਨੇ ਦੇਣਾ ਵੀ ਕੀ ਕਰਕੇ ਲਿਆਂਦਾ ਕੀ ਉੱਥੋਂ ਕੀਤਾ ਹੈਗਾ ਕੀ ਉੱਥੋਂ ਪ੍ਰੋਜੈਕਟ ਲੈ ਕੇ ਆਏ ਕੀ ਇੱਥੇ ਇਨਵੈਸਟਮੈਂਟ ਕੀਤੀ ਅਤੇ ਆਪਦੀ ਗ੍ਰਾਂਟ ਤੋਂ ਬਿਨਾਂ ਕੀ ਬਣੇ ਜੀ ਸੋ ਜਵਾਬ ਦੇ ਤਾਂ ਹੋਏ ਨੇ ਦੂਜੀ ਗੱਲ ਜਿੱਥੋਂ ਤੱਕ ਮੇਰੀ ਗੱਲ ਹੈ ਸਾਡੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਜਿੱਥੋਂ ਤੱਕ ਤਾਂ ਸਾਰੇ ਹਲਕੇ ਦੀ ਗੱਲ ਹੈ ਉਹਦੇ ਵਾਸਤੇ ਦੋ ਚੀਜ਼ਾਂ 'ਚੋਂ ਇੱਕ ਚੀਜ਼ ਬਹੁਤ ਜ਼ਰੂਰੀ ਹੈ ਜਾਂ ਤਾਂ ਵੱਡੀ ਯੂਨੀਵਰਸਿਟੀ ਜੀ ਜਿਹੜੀ ਹੈ ਕੋਈ ਕੇਂਦਰੀ ਜਾਂ ਕੋਈ ਵੱਡਾ ਕਾਰਖਾਨਾ ਜਿਹਦੇ ਨਾਲ ਰੁਜ਼ਗਾਰ ਹੋ ਸਕੇ ਅਤੇ ਜਿਹੜੇ ਬੱਚਿਆਂ ਨੂੰ ਚੰਗੀ ਮਿਆਰ ਦੀ ਜਿਹੜੀ ਐਜੂਕੇਸ਼ਨ ਹੈ ਉਹ ਸਾਡੇ ਜ਼ਿਲ੍ਹੇ ਦੇ ਵਿੱਚ ਮੁਹੱਈਆ ਹੋ ਸਕੇ ਸੋ ਸਾਡੇ ਇਹ ਦੋ ਨਿਸ਼ਾਨੇ ਨੇ ਅਤੇ ਇਹੀ ਜਿਹੜਾ ਸਾਡਾ ਹੈਗਾ ਵੀ ਜਿਹੜਾ ਜ਼ਿਲ੍ਹੇ ਵਾਸਤੇ ਬਾਕੀ ਹਰ ਪਿੰਡ ਦੀ ਹਰ ਸ਼ਹਿਰ ਦੀਆਂ ਆਪਦੀਆਂ ਸਮੱਸਿਆਵਾਂ ਨੇ ਹਰ ਵਰਗ ਦੀਆਂ ਸਮੱਸਿਆਵਾਂ ਨੇ ਰੋਜ਼ੀ ਰੋਟੀ ਦੇ ਮਸਲੇ ਨੇ ਉਹ ਸਾਰੇ ਜਿਹੜੇ ਅਸੀਂ ਕੇਂਦਰ ਕੋਲ ਟੇਕਅਪ ਕਰਾਂਗੇ ਬਹੁਤ ਬਹੁਤ ਧੰਨਵਾਦ ਜੀ ਸਾਹਿਬ ਸਿਆਸਤਦਾਨਾਂ ਦੇ ਸਫ਼ਰ 'ਤੇ ਨਵਾਂ ਪ੍ਰੋਗਰਾਮ ਨੇਤਾ ਜੀ ਸਤਿ ਸ੍ਰੀ ਅਕਾਲ
ਹਾਂਜੀ ਨੇਤਾ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਨਮਨ ਜੀ, ਠੀਕ ਠਾਕ ਹੋ ਜੀ? ਬਹੁਤ ਵਧੀਆ, ਤੁਸੀਂ ਸੁਣਾਓ? ਪੋਲਿਟਿਕਸ ਤੁਹਾਡੀ ਇੱਛਾ ਦੇ ਖਿਲਾਫ ਫੈਸਲਾ? ਨਹੀਂ, ਇੱਛਾ ਤੋਂ ਬਿਨਾਂ ਤਾਂ ਨਹੀਂ ਹੁੰਦਾ, ਬਟ ਮੇਰਾ ਹਜੇ ਇੰਨੀ ਕੋਈ ਕਾਹਲੀ ਨਹੀਂ ਸੀ ਮੈਨੂੰ ਸਿਆਸਤ ਦੇ ਵਿੱਚ ਆਉਣ ਦੀ। ਮੈਂ ਚਾਹੁੰਦਾ ਸੀਗਾ, ਕਿਉਂਕਿ ਮੈਂ MBA ਕੀਤੀ ਸੀ, ਮੇਰਾ ਵੀ ਥੋੜ੍ਹਾ ਜਿਹਾ ਬਿਜ਼ਨਸ ਵੱਲ ਵੀ ਇੰਟਰਸਟ ਸੀਗਾ, ਅਤੇ ਮੈਂ ਸੀਗਾ ਵੀ ਮੈਂ ਪਹਿਲਾਂ ਬਿਜ਼ਨਸ ਅਸਟੈਬਲਿਸ਼ ਕਰਾਂ। ਸੋ ਤਕਰੀਬਨ ਵਿਆਹ ਤੋਂ 2 ਮਹੀਨੇ ਬਾਅਦ ਹੀ ਜਿਹੜਾ ਮੈਂ ਸਿਆਸਤ ਦੇ ਵਿੱਚ ਆ ਗਿਆ। ਅੱਛਾ। ਅਤੇ ਜਦ ਮੈਂ ਵਿਆਹ ਮੇਰਾ ਹੋਇਆ ਉਦੋਂ ਮੈਂ ਬਿਜ਼ਨਸ ਕਰਦਾ ਸੀ, 2 ਮਹੀਨੇ ਬਾਅਦ ਮੈਂ ਸਿਆਸਤ ਦੇ ਵਿੱਚ ਆ ਗਿਆ। ਮਤਲਬ ਸਿਆਸਤ ਤੁਹਾਡਾ ਹਨੀਮੂਨ ਪੀਰੀਅਡ ਸੀ? ਹਾਂ, ਇਨਫੈਕਟ ਉਹ ਤਾਂ ਮਿਲੇ ਹੀ ਨਹੀਂ। ਢੀਂਡਸਿਆਂ ਦਾ ਕੋਈ ਕੈਨੇਡਾ 'ਚ ਕਹਿੰਦੇ ਆਈਲੈਂਡ ਹੈਗਾ, ਕੋਈ ਇਸ ਤਰ੍ਹਾਂ ਦੀ ਗੱਲ ਸੱਚੀ ਹੈ? ਦੇਖੋ, ਲੋਕ ਗੱਲਾਂ ਬਣਾਉਂਦੇ ਆ। ਇਹ ਮੇਰੀ ਵੱਡੀ ਬੇਟੀ ਤੋਂ 9.5 ਸਾਲ ਛੋਟਾ। ਮੈਂ ਬਹੁਤ ਪਾਠ ਕਰਦੀ ਹੁੰਦੀ ਸੀ, ਅਤੇ ਮਨ 'ਚ ਵੀ ਹੁੰਦਾ ਹੀ ਹੈ ਵੀ ਬੱਚਾ ਹੋਵੇ, ਅਤੇ ਵਾਹਿਗੁਰੂ ਦਾਤ ਬਖਸ਼ੇ। ਗੁਰੂ ਨਾਨਕ ਦੇਵ ਜੀ ਨੇ ਆ ਕੇ ਮੇਰੇ ਸਿਰ 'ਤੇ ਹੱਥ ਰੱਖ ਕੇ ਕਹਿੰਦੇ, ਬੀਬੀ ਹੁਣ ਤੈਨੂੰ ਕਿਸੇ ਚੀਜ਼ ਦੀ ਘਾਟ ਨਹੀਂ ਰਹਿਣੀ। ਉਦੋਂ ਬਾਅਦ ਇਹ ਨਾਲ ਦੀ ਨਾਲ ਹੀ ਇਹਦਾ ਜਨਮ ਹੋਇਆ। ਮੈਂ ਤਾਂ ਇਹੀ ਸਮਝਦੀ ਹਾਂ ਵੀ ਇਹ ਇੱਕ ਰੱਬ ਦੀ ਹੋਈ ਦਾਤ ਹੈ। ਤੁਸੀਂ ਨਾਰਾਜ਼ਗੀ ਦਾ ਮੰਥਨ ਨਹੀਂ ਕੀਤਾ ਵੀ ਕੀ ਚੱਲ ਕੀ ਰਿਹਾ, ਕਾਰਨ ਕੀ ਹੈ ਢੀਂਡਸਾ ਸਾਹਿਬ ਦੀ ਨਾਰਾਜ਼ਗੀ ਦਾ? ਨਹੀਂ, ਉਹ ਤਾਂ ਦੇਖੋ ਉਹੀ ਦੱਸ ਸਕਦੇ ਹਾਂ, ਕਿਉਂਕਿ ਉਹ ਜਿਹੜੀਆਂ ਕਈ ਗੱਲਾਂ ਉਹ ਖੁੱਲ੍ਹ ਕੇ ਵੀ ਨਹੀਂ ਕਰਦੇ, ਉਹਨਾਂ ਸ਼ੁਰੂ ਤੋਂ ਨੇਚਰ ਵੀ ਰਿਜ਼ਰਵਡ ਜਿਹਾ ਨੇਚਰ ਹੈ ਸ਼ੁਰੂ ਤੋਂ। ਕਿਵੇਂ ਹੋ ਸਕਦਾ ਢੀਂਡਸਾ ਸਾਹਿਬ, ਪਿਓ ਪੁੱਤ ਦੀ ਤਾਂ ਬਹੁਤ ਮਤਲਬ ਸਿਆਸਤ ਤੇ ਚਰਚਾ ਕਿਵੇਂ ਨਾ ਹੋਵੇ, ਗੱਲ ਮੰਨਣ ਯੋਗ ਨਹੀਂ ਹੈ, ਬਹੁਤ ਔਖਾ ਹੈ। ਚਰਚਾ ਹੁੰਦੀ ਹੈ, ਬਾਪ ਤੇ ਬੇਟਾ ਹਰ ਗੱਲ ਸ਼ੇਅਰ ਕਰਦੇ, ਖਾਸ ਤੌਰ ਤੇ ਦੋਵੇਂ ਪੋਲਿਟਿਕਸ 'ਚ ਹੋਣ ਤਾਂ। ਦੇਖੋ ਗੱਲ ਸੁਣੋ, ਚਰਚਾ ਹੁੰਦੀ ਹੈ, ਇਹ ਨਹੀਂ ਕੋਈ ਚਰਚਾ ਨਹੀਂ ਹੁੰਦੀ। ਅਸੀਂ ਇੱਕ ਗੱਲ ਪੁੱਛਣਾ ਚਾਹੁੰਦੇ ਹਾਂ ਭਗਵੰਤ ਮਾਨ ਸਾਹਿਬ ਤੋਂ, ਇੱਕੋ ਗੱਲ ਪੁੱਛਣੀ ਆ, ਜ਼ਿਆਦਾ ਗੱਲ ਨਹੀਂ ਕਰਦੇ, ਵੀ ਕਿੰਨਾ ਟਾਈਮ ਉਹਨਾਂ ਨੂੰ ਹੋਇਆ ਇੱਕ ਵਾਰੀ ਦੱਸ ਦੇਣ ਸਾਡੇ ਪਿੰਡ 'ਚ ਉਹਨਾਂ ਨੇ ਪੈਰ ਵੀ ਰੱਖਿਆ ਹੋਵੇ ਤਾਂ? ਸਾਡੇ ਚੜਾਨ ਦੇ ਵਿੱਚ ਤੁਸੀਂ ਮੰਤਰੀ ਆਉਂਦੇ ਹੋ, ਵੱਡੇ ਤੋਂ ਵੱਡੇ ਆਉਂਦੇ ਹੋ ਤੁਸੀਂ, ਕੋਈ ਸਾਡਾ ਦੇਖ ਲਓ ਵੀ ਇੱਥੇ ਢੰਗ ਆ ਕੋਈ, ਸਾਡਾ ਲੰਘਣ ਨੂੰ ਤੁਹਾਨੂੰ ਖੜਨ ਨੂੰ ਥੋਵੀ ਨਹੀਂ ਹੈਗੀ ਜੀ। ਹਾਂ, ਸਾਡੀ ਪੈਸਾ ਬਹੁਤ ਭੇਜਿਆ ਢੀਂਡਸਾ ਸਾਹਿਬ ਨੇ, ਪੈਸਾ ਬਹੁਤ ਭੇਜਿਆ, ਪਰ ਉਹਦੇ ਸਹੀ ਪੈਸਾ ਨਹੀਂ ਲੱਗਿਆ, ਪੈਸਾ ਰਫਾ ਦਫਾ ਹੋ ਗਿਆ ਸਾਰਾ। ਪੈਸਾ ਜੀ ਰਫਾ ਦਫਾ ਹੋ ਗਿਆ, ਅਕਾਲੀ ਸਰਕਾਰ ਦੇ ਵੇਲੇ ਲੋਕ ਇਹ ਗੱਲ ਮੰਨਦੇ ਆ, ਕਹਿੰਦੇ ਫੰਡ ਬਹੁਤ ਦਿੱਤੇ ਆ, ਪਰ ਕਹਿੰਦੇ ਕਿਤੇ ਸਰਪੰਚ ਖਾ ਗਏ, ਕਿਤੇ MLA ਖਾ ਗਏ, ਜਾਂ